ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ੀਆ ਟੀਵੀ ਤੇ ਪ੍ਰੋਗਰਾਮ ਹੈ ਪ੍ਰਾਈਮ ਫੋਕਸ ਤੇ ਤੁਸੀਂ ਭੂਰਾ ਵੀ ਹੈਰਾਨ ਨਹੀਂ ਹੋਣਾ ਕਿ ਇਹ ਪ੍ਰੋਗਰਾਮ ਤਾਂ ਗੁਰਪ੍ਰੀਤ ਸੰਧਾਲੀ ਆਸਾਬ ਸ਼ੁਰੂ ਕਰਦੇ ਹੁੰਦੇ ਸੀ ਉਹ ਸ਼ੁਰੂ ਕਰਦੇ ਹੁੰਦੇ ਸੀ ਤੇ ਸ਼ੁਰੂ ਕਰਨਗੇ ਤੇ ਸ਼ੁਰੂ ਕਰਦੇ ਰਹਿਣਗੇ ਪਰ ਲੀਡਰ ਬੰਦੇ ਨੇ ਆਪਾਂ ਤਾਂ ਕਈ ਸਾਲ ਹੋ ਗਿਆ ਕਹਿੰਦੇ ਆ ਨੂੰ ਤੁਹਾਡੇ ਵਿੱਚੋਂ ਕਈ ਸੱਜਣ ਪਰਿਵਾਰ ਦੇ ਮੈਂਬਰ ਮੰਨ ਲੈਂਦੇ ਹੁੰਦੇ ਗੱਲ ਕਈ ਨਹੀਂ ਵੀ ਮੰਨਦੇ ਪਰ ਬੰਦਾ ਸੱਚੀਓ ਲੀਡਰ ਹੈ ਪਾਈ ਤੇ ਅੱਜ ਕੱਲ ਉਹਨਾਂ ਨੂੰ ਕੰਮ ਬਹੁਤ ਨੇ ਉਹ ਕਹਿੰਦੇ ਮੈਂ ਪ੍ਰਾਈਮ ਫੋਕਸ ਦਾ ਕਰਨਾ ਹੀ ਹੁੰਦਾ ਪਰ ਨਾਲ ਦੀ ਨਾਲ ਬਾਕੀ ਕੰਮ ਥੋੜੋ ਛੱਡਣੇ ਜਿਹੜਾ ਸਾਈਡ ਬਿਜ਼ਨਸ ਨਹੀਂ ਕਹਿੰਦੇ ਹੁੰਦੇ ਕੋਈ ਪ੍ਰੋਪਰਟੀ ਦਾ ਕਾਰੋਬਾਰ ਕਰਦਾ ਕੋਈ ਕੋਈ ਕਾਰੋਬਾਰ ਕਰਦਾ ਕਿਸੇ ਦਾ ਫੈਕਟਰੀ 'ਚ ਹਿੱਸਾ ਹੁੰਦਾ ਸਾਡਾ ਬੰਦਾ ਭਾਈ ਗੁਰਪ੍ਰੀਤ ਸੰਧਾਲੀ ਆ ਹੈਗਾ ਲੀਡਰ ਲੀਡਰਾਂ ਦਾ ਸਲਾਹਕਾਰ ਤੇ ਅੱਜ ਕੱਲ ਉਹਦੀ ਡਿਮਾਂਡ ਵਧੀ ਹੈ ਕੇਂਦਰ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ ਹੁਣ ਕੇਂਦਰ ਦੇ ਵਿੱਚੋਂ ਵੀ ਕਦੇ ਕਿਸੇ ਧਿਰ ਦਾ ਸਨੇਹਾ ਆ ਜਾਂਦਾ ਕਿ ਭਾਈ ਕੀ ਕਰੀਏ ਇੰਡੀਆ ਗੱਠਚੋੜ ਦੇ ਵਿੱਚ ਸ਼ਾਮਲ ਹੋਈਏ ਕਿ ਨਾ ਹੋਈਏ ਦੂਸਰੇ ਪਾਸੇ ਇਸਨੇ ਆ ਜਾਂਦਾ ਕਿ ਭਾਈ ਬੀਜੇਪੀ ਦੇ ਐਨਡੀਆਲ ਚਲ ਜਾਈਏ ਕਿ ਨਾ ਚਲ ਜਾਈਏ ਕਦੇ ਕੋਈ ਅੰਦਾਜ਼ਾ ਜਾਂ ਲਵਾਉਣ ਨੂੰ ਸੱਦ ਲੈਂਦਾ ਕਿ ਭਾਈ ਦਿੱਲੀ ਆਇਓ ਟਿਕਟ ਭੇਜ ਦਿੰਨੇ ਆ ਤੁਹਾਨੂੰ ਕਿ ਕੀ ਇੰਡੀਆ ਗੱਠ ਚੜ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਮੁਕਾਬਲਾ ਕਰ ਲੂ ਜਣੀ ਉਸ ਬੰਦੇ ਨੂੰ ਜਹਾਜ਼ਾਂ ਦੇ ਵਿੱਚ ਹੀ ਰਹਿਣਾ ਪੈਂਦਾ ਜੋਂ ਉਹ ਬੰਦਾ ਭਾਰਤ ਆ ਸਾਡੇ ਹੱਥ ਤੱਕ ਘੱਟ ਵੱਧ ਹੀ ਆਇਆ ਆਪਣੇ ਕਰਦੇ ਆ ਕਰਦੇ ਆ ਪ੍ਰੋਗਰਾਮ ਮੈਂ ਉਮੀਦ ਕਰਦਾ ਕਿ ਦੋ ਚਾਰ ਮਿੰਟਾਂ ਦੇ ਵਿੱਚ ਵਿੱਚ ਬੰਦਾ ਪਹੁੰਚ ਜਾਊਗਾ ਕਿਉਂਕਿ ਵਾਂਡੇ ਗਿਆ ਆ ਬੰਦਾ ਭਾਈ ਅਹੀ ਚਾਰ ਦਿਨ ਨੇ ਉਹਨਾਂ ਦੇ ਬਾਅਦ ਵਿੱਚ ਜਦੋਂ ਇਲੈਕਸ਼ਨ ਨਹੀਂ ਹੁੰਦੀ ਤਾਂ ਫਿਰ ਸਲਾਹਕਾਰਾਂ ਨੂੰ ਕੋਈ ਬਹੁਤਾ ਪੁੱਛਦਾ ਨਹੀਂ ਹੁੰਦਾ ਫਿਰ ਜੇ ਦਿੱਲੀੋਂ ਬੰਦਾ ਛੁੱਟਦਾ ਤਾਂ ਪੰਜਾਬ ਵੱਲ ਉਹ ਸੁਨੇਹਾ ਆ ਜਾਂਦਾ ਪੰਜਾਬ ਦੇ ਵਿੱਚ ਵੀ ਕਿ ਕੀ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਜਿਹੜਾ ਸੀਟ ਸ਼ੇਅਰਿੰਗ ਕਹਿ ਲਓ ਗੱਠਜੋੜ ਕਹਿ ਲਓ ਇੱਕ ਦੂਸਰੇ ਦੇ ਨਾਲ ਅੰਡਰਸਟੈਂਡਿੰਗ ਕਹਿ ਲਓ ਕਿ ਉਹ ਚੱਲਦੀ ਰਹਿਣੀ ਚਾਹੀਦੀ ਆ ਜਾਂ ਨਹੀਂ ਚੱਲਦੀ ਰਹਿਣੀ ਚਾਹੀਦੀ ਅਕਾਲੀ ਦਲ ਤੇ ਬਸਪਾ ਦੇ ਗੱਠਜੋੜ ਦਾ ਕੀ ਬਣੂਗਾ ਸਿਮਰਜੀਤ ਸਿੰਘ ਬੈਂਸ ਸਾਹਿਬ ਕਿੱਧਰ ਜਾਣਗੇ ਬੰਦੇ ਨੂੰ ਕੰਮ ਬੜੇ ਨੇ ਭਾਈ ਇਸ ਕਰਕੇ ਭੂਰਾ ਕਲੇਟ ਹੋ ਗਿਆ ਪਰ ਤੁਸੀਂ ਉਡੀਕ ਕਰਿਓ ਕਿ ਮੇਰਾ ਤਾਂ ਭਾਈ ਸਾਥੀ ਆ ਬੰਦਾ ਅਸੀਂ ਤਾਂ ਇੱਕ ਦੂਜੇ ਦੇ ਨਾਲ ਹੀ ਕੰਮ ਕਰਨਾ ਭਾਈ ਹੈ ਆਪਣਾ ਚਲੋ ਜਦੋਂ ਤੱਕ ਗੁਰਪ੍ਰੀਤ ਸਿੰਘ ਸੰਧਾਲੀਆ ਸਭ ਆਉਂਦੇ ਆ ਪੰਜਾਬੀ ਹੈਰਾਨ ਤਾਂ ਬਹੁਤ ਹੋਣਗੇ ਕਿ ਭਾਈ ਹੋਈ ਕੀ ਜਾਂਦਾ ਕਿਉਂਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਤੇ ਛੋਟੇ ਕਸਬਿਆਂ 'ਚ ਮੈਂ ਵੱਡੇ ਸ਼ਹਿਰਾਂ ਦਾ ਜ਼ਿਕਰ ਨਹੀਂ ਕਰਦਾ ਕਿਉਂਕਿ ਵੱਡੇ ਸ਼ਹਿਰਾਂ ਦੇ ਵਿੱਚ ਹੋਰ بڑے ਕੰਮ ਹੁੰਦੇ ਆ ਵੱਡੇ ਸ਼ਹਿਰਾਂ ਦੇ ਵਿੱਚ ਲੋਕਾਂ ਨੂੰ ਸਿਆਸਤ ਦੇ ਵਿੱਚ ਉਨੀ ਦਿਲਚਸਪੀ ਨਹੀਂ ਹੁੰਦੀ ਉਹਨਾਂ ਦੀ ਦਿਲਚਸਪੀ ਸਾਡੇ ਸਟਰੀਟ ਲਾਈਟ ਲੱਗੀ ਕਿ ਨਹੀਂ ਲੱਗੀ ਸਾਡੇ ਪਾਰਕ ਦੇ ਵਿੱਚ ਹਰਿਆਲੀ ਹੈਗੀ ਕਿ ਨਹੀਂ ਹੈਗੀ ਸਾਡੀ ਜਿਹੜੀ ਗਲੀ ਹੈ ਉਹਦੇ ਮੂਰੇ ਗੇਟ ਲਾ ਕੇ ਤੇ ਇੱਕ ਚੌਂਕੀ ਦਾ ਰੱਖ ਦਿਓ ਉਥੇ ਤੱਕ ਸੀਮਤ ਹੁੰਦਾ ਬਹੁਤੇ ਸ਼ਹਿਰ ਵਾਲਿਆਂ ਦਾ ਲੈਣ ਦੇਣ ਉਹ ਮੋਟੀ ਜਿਹੀ ਸਿਆਸਤ ਦੇ ਵਿੱਚ ਯਕੀਨ ਨਹੀਂ ਰੱਖਦੇ ਉਹਨਾਂ ਨੂੰ ਮੱਲੇ ਮੱਲੇ ਦਾ ਕੰਮ ਹੁੰਦਾ ਜਾਂ ਆਪਣੇ ਸ਼ਹਿਰ ਦਾ ਹੁਣ ਜਿਹੜੇ ਪੰਜਾਬ ਦੇ ਪਿੰਡਾਂ ਵਾਲੇ ਨੇ ਜਾਨੀ ਕਿ ਅਸੀਂ ਤੁਸੀਂ ਚਾਹੇ ਤੁਸੀਂ ਵਿਦੇਸ਼ ਦੇ ਵਿੱਚ ਵਸਦੇ ਹੋ ਚਾਹੇ ਪੰਜਾਬ ਦੇ ਵਿੱਚ ਵਸਦੇ ਹੋ ਹੈਗੇ ਆਪਾਂ ਪਿੰਡਾਂ ਵਾਲੇ ਆ ਆਪਣਾ ਖਾਣ ਪੀਣ ਰਹਿਣ ਸਹਿਣ ਉਹ ਪਿੰਡਾਂ ਵਾਲਿਆਂ ਦਾ ਆਰਕਾ ਹੁਣ ਪੰਜਾਬ ਤੋਂ ਬਾਹਰ ਜਾ ਕੇ ਕੈਨੇਡਾ ਯੂ ਐਸ ਏ ਆਸਟ੍ਰੇਲੀਆ ਇੰਗਲੈਂਡ ਮੋਟ ਸਾਰੇ ਮੁਲਕਾਂ ਦੇ ਵਿੱਚ ਜਿੱਥੇ ਪੰਜਾਬੀ ਚਲੇ ਵੀ ਜਾਂਦੇ ਨੇ ਪਿੰਡਾਂ ਦੇ ਵਿੱਚੋਂ ਕਹਿਣ ਨੂੰ ਉਹ ਅਮਰੀਕਾ ਕੈਨੇਡਾ ਦੇ ਵਾਸੀ ਹੋ ਜਾਂਦੇ ਆ ਪਰ ਸਵਾਦ ਉਹਨਾਂ ਨੂੰ ਉਦੋਂ ਹੀ ਆਉਂਦਾ ਕਹਿੰਦੇ ਬਾਹਰ ਪੁੱਤ ਫੇ ਚੁੱਲ੍ਹਾ ਬਣਾ ਦੇਈ ਮੁੰਡੇ ਨੇ 2 ਮਿਲੀਅਨ ਡਾਲਰ ਲਾ ਕੇ ਘਰ ਬਣਾਇਆ ਹੁੰਦਾ ਜਾਂ ਮਿਲੀਅਨ 10 ਲੱਖ ਡਾਲਰ ਲਾ ਕੇ ਘਰ ਬਣਾਇਆ ਹੁੰਦਾ ਉਹਨੇ ਵੱਟ ਕੱਢੇ ਹੁੰਦੇ ਰਸੋਈ ਦੇ ਫੜਕੇ ਪਰ ਜਦੋਂ ਫੇ ਬੀਬੀ ਨੂੰ ਪੁੱਛਦਾ ਬੀਬੀ ਕਿੱਦਾਂ ਕਰ? ਬਾਕੀ ਤਾਂ ਪੁੱਤ ਸਾਰਾ ਕੁਝ ਹੀ ਠੀਕ ਹੈ ਉਹ ਨੁਕਰੇ ਜਿਹੇ ਪਾਰਕ ਦੇ ਬਾਹਰਲੇ ਪਾਸੇ ਜਿੱਥੇ ਆਪਾਂ ਘਾ ਲਾਇਆ ਵਿਹੜੇ ਦੇ ਵਿੱਚ ਉੱਥੇ ਚਾਰ ਕਿੱਟਾਂ ਰੱਖ ਕੇ ਨਾ ਬਾਹਰਲਾ ਫੇ ਚੁੱਲਾ ਬਣਾ ਦੀ ਸਾਗ ਸੂਗ ਧਰਨਾ ਹੁੰਦਾ ਕਿਤੇ ਮੱਕੀ ਦੀਆਂ ਰੋਟੀਆਂ ਲਾਉਣੀਆਂ ਹੁੰਦੀਆਂ ਨਿੱਕੇ ਨਿਆਣਿਆਂ ਨੂੰ ਛੱਲੀਆਂ ਜਿਹੜੀਆਂ ਉਹ ਭੁੰਨ ਕੇ ਦੇਣੀਆਂ ਹੁੰਦੀਆਂ ਸਵਾਦ ਫੇਰ ਆਉਂਦਾ ਕਿਉਂਕਿ ਆਪਾਂ ਪਿੰਡਾਂ ਵਾਲੇ ਪਾਈ ਸਾਡੇ ਸੁਭਾਅ ਇਦਾਂ ਦੇ ਨੇ ਖੁੱਲ ਡੁੱਲੇ ਜੈ ਸਾਨੂੰ ਅੰਦਰਲੇ ਪਾਸੇ ਕਿਉਂਕਿ ਦੋ ਪਰੌਂਠੇ ਬਣਾਓ ਆਲੂਆਂ ਦੇ ਜਾਂ ਗੋਭੀ ਦੇ ਉਹ ਫਿਰ ਬਾਹਰਲੇ ਦੇਸ਼ਾਂ ਦੇ ਵਿੱਚ ਚੀਕਾਂ ਨਹੀਂ ਮਾਰਨ ਲੱ ਪੈਂਦਾ ਅਲਾਰਮ ਜਿਹਾ ਕਿ ਪਾਈ ਇਹਨਾਂ ਦੇ ਘਰੇ ਅੱਗ ਲੱਗ ਗਈ ਆ ਇੱ ਤੇ ਪਰੌਂਠੇ ਤਾਂ ਆਪਣੇ ਬਣਨੇ ਹੁੰਦੇ ਆ ਸਵੇਰ ਨੂੰ 7 ਵਜੇ ਤੋਂ 9 ਵਜੇ ਤੱਕ ਜਿੱਥੇ-ਜਿੱਥੇ ਪੰਜਾਬੀਆਂ ਦਾ ਘੜ ਹੈ ਉਥੇ ਧੂਏ ਨਿਕਲਦੇ ਦੇਖਣ ਵਾਲੇ ਹੁੰਦੇ ਆ ਮਹਿਕਾਂ ਆਉਂਦੀਆਂ ਦੇਖਣ ਵਾਲੀਆਂ ਹੁੰਦੀਆਂ ਆਪਾਂ ਪਿੰਡਾਂ ਵਾਲੇ ਲੋਕ ਆ ਹੁਣ ਪਿੰਡਾਂ ਵਾਲੇ ਲੋਕਾਂ ਦੇ ਮਨਾਂ ਦੇ ਵਿੱਚ ਆਮ ਤੌਰ ਦੇ ਉੱਤੇ ਇਹ ਬੜਾ ਵੱਡਾ ਭਲੇਖਾ ਹੁੰਦਾ ਸਾਨੂੰ ਸਾਰਿਆਂ ਨੂੰ ਕਿ ਸਾਡੇ ਤੋਂ ਬਾਅਦ ਰਾਜਨੀਤੀ ਕੋਈ ਨਹੀਂ ਜਾਣਦਾ ਪੋਲਿਟਿਕਸ ਸਾਡੇ ਹੱਡਾਂ 'ਚ ਰਚੀ ਹੈ ਆਮ ਹੀ ਗੱਲਾਂ ਚੱਲਦੀਆਂ ਹੁੰਦੀਆਂ ਸਾਡੇ ਫੇ ਦਾਦਾ ਜੀ ਦੀ ਬੜੀ ਨੇੜਤਾ ਹੁੰਦੀ ਸੀ ਸਾਡੇ ਨਾਨਾ ਜੀ ਔਸ ਲੀਡਰ ਤੇ ਬੜੇ ਕੋਲ ਜਾਂਦੇ ਹੁੰਦੇ ਸੀ ਜਾਂ ਉਹ ਲੀਡਰ ਸਾਡੇ ਦਾਦਾ ਜੀ ਦੇ ਕੋਲੋਂ ਜਾਂ ਸਾਡੇ ਤਾਇਆ ਜੀ ਦੇ ਕੋਲੋਂ ਸਲਾਹ ਲੈਣਾ ਹੁੰਦਾ ਹੁੰਦਾ ਸੀ ਜਦੋਂ ਕਿਤੇ ਕੜਿੱਕੀ ਜੀ ਫਸ ਜਾਣੀ ਜਦੋਂ ਕਿਤੇ ਮੁੱਦਾ ਖਰਾਬ ਹੋ ਜਾਣਾ ਜਦੋਂ ਕਿਤੇ ਇਲੈਕਸ਼ਨ ਦੇ ਵਿੱਚ ਚੋਣਾਂ ਦੇ ਵਿੱਚ ਐ ਲੱਗਣਾ ਕਿ ਭਾਈ ਐ ਕੀ ਤਾਂ ਗੱਡਾ ਚੱਕੜ ਚੋਂ ਨਿਕਲਦਾ ਨਹੀਂ ਉਦੋਂ ਫੇਰ ਤਾਇਆ ਜੀ ਕੋਲ ਸਲਾਹ ਲੈਣਾ ਹੁੰਦਾ ਯਾਨੀ ਪੰਜ ਸੱਤ ਲੀਡਰਾਂ ਦੇ ਨਾਲ ਨਿੱਗਰ ਤੇ ਨਿੱਜੀ ਸਬੰਧਾਂ ਦਾ ਸਾਨੂੰ ਆਮ ਹੀ ਮਾਨ ਹੁੰਦਾ ਸਾਡੇ ਘਰਾਂ ਦੇ ਵਿੱਚ ਜਨਮ ਦਿਨ ਹੋਵੇ ਸਾਡੇ ਘਰਾਂ ਦੇ ਵਿੱਚ ਵਿਆਹ ਹੋਵੇ ਸਾਡੇ ਘਰਾਂ ਦੇ ਵਿੱਚ ਕੋਈ ਜੀ ਚਲੇ ਜਾਏ ਦੁਨੀਆ ਤੋਂ ਤੇ ਅੰਤਮ ਅਰਦਾਸ ਹੋਵੇ ਲੀਡਰਾਂ ਤੋਂ ਬਿਨਾ ਪੂਰਾ ਹੁੰਦਾ। ਜੇ ਹੁੰਦਾ ਤਾਂ ਦੱਸ ਦਿਓ। ਅਸੀਂ ਤਾਂ ਜਦੋਂ ਅੰਤਮ ਅਰਦਾਸ ਦੇ ਉੱਤੇ ਕੀਰਤਨ ਚੱਲਦਾ ਹੁੰਦਾ ਤੇ ਤਿੰਨ ਵਾਰੀ ਜਾ ਕੇ ਰਾਗੀ ਸਿੰਘ ਦੇ ਕੰਨ ਦੇ ਵਿੱਚ ਵੀ ਜਾ ਕੇ ਕਹਿਦਾ ਕਿ 15 ਮਿੰਟ ਮੜ ਜਾ ਹੋਰ ਲੀਡਰ ਸਾਹਿਬ ਅਜੇ ਪਿੱਛੇ ਨੇ। ਤੇ ਜਦੋਂ ਵੈਸੇ ਤਾਂ ਜਵਾਈ ਭਾਈ ਦੀ ਫੁੱਫੜ ਦੀ ਟੌਰ ਬੜੀ ਹੁੰਦੀ ਆ ਵਿਆਹਾਂ ਦੇ ਵਿੱਚ। ਪਰ ਜਦੋਂ ਲੀਡਰ ਜੀ ਨੂੰ ਸੱਦਾ ਪੱਤਰ ਚੇਚਾ ਦੇ ਕੇ ਤਾਂ ਤਿੰਨ ਵਾਰੀ ਟੈਲੀਫੋਨ ਵੀ ਕੀਤਾ ਹੁੰਦਾ। ਕਿ ਜਿਹੜਾ ਤੂੰ ਆਉਣਾ ਜ਼ਰੂਰ ਹੈ ਵਿਆਹ ਤੇ ਪਹੁੰਚਣਾ ਦੇਰ ਸਵੇਰ ਨਹੀਂ ਆਉਣਾ ਹੈ 2-3 ਵਜੇ ਆਉਣਾ ਪਹਿਲਾਂ ਤਾਂ ਜਵਾਈ ਦੀ ਤੇ ਫੋਫੜ ਦੀ ਟੌਰ ਬੜੀ ਹੁੰਦੀ ਜਦੋਂ ਲੀਡਰ ਸਾਹਿਬ ਆਉਂਦੇ ਜਵਾਈ ਤੇ ਫੋਫੜ ਆਪਣੇ ਪਾਸੇ ਕੁਰਸੀਆਂ ਦੇ ਉੱਤੇ ਬੈਠੇ ਹੁੰਦੇ ਤੇ ਸਾਰਾ ਟੱਬਰ ਜਿਹੜਾ ਲੀਡਰ ਸਾਹਿਬ ਦੀ ਆਓ ਭਗਤਾਂ ਦੇ ਵਿੱਚ ਲੱਗਾ ਹੁੰਦਾ ਕਿ ਭਾਈ ਇਹਨਾਂ ਦੇ ਨਾਲ ਚਾਰਕ ਫੋਟੋ ਖਿਚਾ ਲਈਏ ਜਣੀ ਸਿਆਸਤ ਸਾਡੇ ਹੱਡਾਂ 'ਚ ਵੜੀ ਐ ਤੇ ਸਾਨੂੰ ਆਮ ਲੋਕਾਂ ਨੂੰ ਲੱਗਦਾ ਹੁੰਦਾ ਕਿ ਭਾਈ ਸਾਡੇ ਤੋਂ ਵੱਧ ਰਾਜਨੀਤੀ ਕੋਈ ਨਹੀਂ ਜਾਣਦਾ ਅਸੀਂ ਪੱਲੀ ਦਾਤੀ ਹੱਥ ਦੇ ਵਿੱਚ ਫੜੀ ਹੋਵੇ ਪਠੇਲੈਣ ਜਾਂਦੇ ਹੋਈਏ ਸਾਡੇ ਸਿਰ ਦੇ ਉੱਤੇ ਤੂੜੀ ਦੀ ਪੰਡ ਹੋਵੇ ਅਸੀਂ ਵਾਂਡੇ ਚੱਲੇ ਹੋਈਏ ਅਸੀਂ ਨਿੱਕੇ ਨਿਆਣਿਆਂ ਨੂੰ ਸਕੂਲ ਛੱਡਣ ਜਾਂਦੇ ਹੋਈਏ ਉਸੇ ਵੇਲੇ ਕਿਤੇ ਰਾਹ ਦੇ ਵਿੱਚ ਚਾਰ ਬੰਦੇ ਬੈਠੇ ਹੋਣ ਤੇ ਅਗਲਾ ਮੜਝ ਲੱਤ ਲਾ ਕੇ ਪੁੱਛੇ ਕੀ ਗੱਲਾਂ ਚੱਲਦੀਆਂ ਉਹ ਇਲੈਕਸ਼ਨ ਦੀਆਂ ਚੱਲਦੀਆਂ ਤੇ ਅਸੀਂ ਆਪਣੀ ਸਲਾਹ ਰੋਏ ਐਨੇ ਜਿਤਨਾ ਹੀ ਉਹ ਨਾ 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 ਜਿਹਦੀਆਂ ਤੂੰ ਗੱਲਾਂ ਕਰੀਆਂ ਉਹਦੇ ਪੱਲੇ ਕੱਖ ਨਹੀਂ ਮੈਂ ਵੇਖ ਕੇ ਆਇਆ ਰੈਲੀ 'ਚ ਕਿਤੇ ਇਕੱਠ ਸੀ ਆਹੀ ਬੰਦਾ ਐਦਕੀ ਜਿੱਤੂਗਾ ਸਾਡਾ ਵੀ ਤਜਰਬਾ ਨਾ ਕਦੇ ਉਹਨੂੰ ਕਦੇ ਲੀਡਰ ਸਿੱਧਾ ਮਿਲਿਆ ਹੁੰਦਾ ਨਾ ਕਦੇ ਪਾਰਟੀ ਦੇ ਵਿੱਚ ਕੋਈ ਬਹੁਤੀ ਥਾਂ ਹੁੰਦੀ ਐ ਪਰ ਅਸੀਂ ਲੜਾਈਆਂ ਤੱਕ ਕਰੀ ਦੀਆਂ ਹੁਣ 1.5 ਸਾਲ ਪਿੱਛੇ ਚਲੇ ਜਾਓ 2 ਸਾਲ ਪਿੱਛੇ ਆਪਾਂ ਕਈ ਵਾਰੀ ਪੰਜਾਬੀਆਂ ਨੂੰ ਕਹਿੰਨੇ ਹੁੰਨੇ ਆ ਜੇ ਤੁਹਾਨੂੰ ਪ੍ਰਾਈਮ ਫੋਕਸ ਦੇ ਵਿੱਚ ਚੇਤਾ ਗੁਰਪ੍ਰੀਤ ਸੰਧਾਲੀਆ ਸਾਹਿਬ ਨੇ ਆ ਜਾਣਾ ਉਹਨਾਂ ਤੋਂ ਵੀ ਲਵਾਂਗੇ ਸਲਾਹ ਉਹਨਾਂ ਨੇ ਵਾਹ ਕਿਹਾ ਮੈਨੂੰ ਫੇਨਾ ਆਪਣੇ ਭਾਈਚਾਰੇ ਲੋ ਬੋਲਣਾ ਪੈਣਾ ਮੈਨੂੰ ਭੇਜਿਆ ਤੁਸੀਂ ਲੀਡਰ ਕਹਿਨੇ ਆ ਤਾਂ ਮੈਨੂੰ ਲੀਡਰ ਵਾਲੀ ਗੱਲ ਕਰਨੀ ਪੈਣੀ ਹੈ ਉਹਨਾਂ ਨੇ ਉਧਰਲੀ ਗੱਲ ਕਰਨੀ ਹੈ ਇਸ ਤੋਂ ਪਹਿਲਾਂ ਕਿ ਉਹ ਬੰਦਾ ਆ ਜਵੇ ਆਪਾਂ ਆਮ ਬੰਦੇ ਦੀ ਗੱਲ ਕਰ ਲਈਏ ਹੁਣ ਜਦੋਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਸੀ ਜਦੋਂ ਮੁੱਖ ਮੰਤਰੀ ਬਣਨਾ ਸੀ ਭਗਵੰਤ ਸਿੰਘ ਮਾਨ ਹੁਰਾਨੇ ਜਦੋਂ ਚੰਨੀ ਸਾਹਿਬ ਨੇ ਦੋ ਇਲੈਕਸ਼ਨਾਂ ਹਰਨੀਆਂ ਸੀ ਜਦੋਂ ਵੱਡੇ ਬਾਦਲ ਸਾਹਿਬ ਤੇ ਛੋਟੇ ਬਾਦਲ ਸਾਹਿਬ ਨੇ ਵੀ ਇਲੈਕਸ਼ਨ ਹਰਨੀ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਤੇ ਵਿਕਰਮ ਸਿੰਘ ਮਜੀਠੀਆ ਨੇ ਵੀ ਹਰਨਾ ਸੀ ਉਸ ਵੇਲੇ ਆਪਾਂ ਕਿੰਨੀ ਵਾਰੀ ਰੌਲਾ ਪਾਇਆ ਤੁਸੀਂ ਟਿੱਪਣੀ ਜ਼ਰੂਰ ਕਰਿਓ ਕਿ ਠੀਕ ਹੈ ਭਾਈ ਤੁਸੀਂ ਸਾਰੇ ਹੀ ਪੰਜਾਬੀ ਬਹੁਤ ਵਧੀਆ ਹੋ ਆਪਾਂ ਬੇਨਤੀ ਕੀਤੀ ਸੀ ਕਿ ਇੱਕ ਵੋਟ ਜ਼ਰੂਰ ਪਾਇਓ ਦੂਸਰਾ ਪੰਜਾਬ ਦੇ ਪਿੰਡਾਂ ਦੇ ਵਿੱਚ ਨਾ ਲੜਿਓ ਨਾ ਕੋਈ ਅਕਾਲੀ ਹੋ ਸਕਦਾ ਹੈ ਕੋਈ ਕਾਂਗਰਸੀ ਹੋ ਸਕਦਾ ਹੈ ਕੋਈ ਆਮ ਆਦਮੀ ਪਾਰਟੀ ਦਾ ਬੰਦਾ ਹੁੰਦਾ ਹੈ ਕਿਸੇ ਨੇ ਭੋਜਨ ਸਮਾਜ ਪਾਰਟੀ ਦਾ ਸਮਰਥਨ ਕਰਨਾ ਹੈ ਕੋਈ ਬੈਂਸ ਭਰਾਵਾ ਦਾ ਬੰਦਾ ਹੈ ਕਿਸੇ ਨੇ ਭਾਰਤੀ ਜਨਤਾ ਪਾਰਟੀ ਦੇ ਕਮਲ ਦੇ ਫੁੱਲ ਨੂੰ ਵੋਟ ਪਾਉਣੀ ਹੈ ਕੋਈ ਕਾਮਰੇਡਾਂ ਦੀ ਖੱਬੇ ਪੱਖੀ ਧਿਰਦਾ ਹੁੰਦਾ ਹੋ ਸਕਦੇ ਆ ਕਿਉਂ ਨਹੀਂ ਹੋ ਸਕਦੇ ਕੋਈ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਅਕਾਲੀ ਦਲ ਅੰਮ੍ਰਿਤਸਰ ਦਾ ਹਮਾਇਤੀ ਹੁੰਦਾ ਆਪਾਂ ਬਾਰ-ਬਾਰ ਬੇਨਤੀ ਕਰਦੇ ਸੀ ਕਿ ਭਾਈ ਆਪਾਂ ਸਭ ਤੋਂ ਪਹਿਲਾਂ ਪੰਜਾਬੀ ਆਪਾਂ ਸਭ ਤੋਂ ਪਹਿਲਾਂ ਆਪਣੇ ਪਿੰਡ ਦੇ ਵਿੱਚ ਰਹਿਣੇ ਆ ਇਕੱਠੇ ਰਹਿਣੇ ਆ ਦੁੱਖ ਸੁੱਖ ਚ ਸ਼ਰੀਕ ਹੁੰਨੇ ਆ ਕਿਤੇ ਆ ਵੋਟਾਂ ਵੇਲੇ ਆਪਸ ਦੇ ਵਿੱਚ ਇੰਨੇ ਲੜਾਈਆਂ ਝਗੜੇ ਨਾ ਪਾ ਲਿਓ ਇੱਕ ਦੂਜੇ ਦੇ ਦਿੰਸੁੱਤੇ ਜਾਣੋ ਰਹੀਏ ਅਵੇਂ ਝਗੜੇ ਨਾ ਕਰਿਓ ਲਾਠੀਆਂ ਨਾ ਇੱਕ ਦੂਜੇ ਦੇ ਉੱਤੇ ਵਾਹ ਲਿਓ ਬਹੁਤ ਮਾੜਾ ਕੰਮ ਇਦਾਂ ਨਾ ਕਰਿਓ ਜੇ ਤੁਹਾਨੂੰ ਚੇਤਾਵਨੀ ਕਰ ਦਿਓ ਉਹਦੇ ਇੱਕ ਕਾਰਨ ਸੀ ਚਲੋ ਵੋਟਾਂ ਪਈਆਂ ਰਿਜ਼ਲਟ ਆਏ 92 ਸੀਟਾਂ ਆਮ ਆਦਮੀ ਪਾਰਟੀ ਦੀਆਂ 17 ਕਾਂਗਰਸ ਦੀਆਂ 3 ਸ਼੍ਰੋਮਣੀ ਅਕਾਲੀ ਦਲ ਦੀਆਂ 2 ਭਾਜਪਾ ਦੀਆਂ 1 ਬੀਐਸਪੀ ਦੀ ਤੇ ਰਾਣਾ ਇੰਦਰਪ੍ਰਤਾਪ ਸਿੰਘ ਸੁਲਤਾਨਪੁਰ ਲੋਧੀ ਤੋਂ ਆਜ਼ਾਦੀਤ ਗਿਆ 117 ਪੂਰੀਆਂ ਕੈਪਟਨ ਸਾਹਿਬ ਦੀ ਪਾਰਟੀ ਦਾ ਖਾਤਾ ਨਾ ਖੁੱਲਿਆ ਸਿਮਰਜੀਤ ਸਿੰਘ ਬੈਂਸਾਹਬ ਦੀ ਪਾਰਟੀ ਦਾ ਵੀ ਖਾਤਾ ਨਾ ਖੁੱਲਿਆ ਉਦੋਂ ਸਰਦਾਰ ਸੁਖਦੇਵ ਸਿੰਘ ਢੀਂਸਾ ਸਾਹਿਬ ਦਾ ਵੀ ਜਿਹੜਾ ਉਹ ਡੱਬਾ ਖਾਲੀ ਰਹਿ ਗਿਆ। ਕਈ ਪਾਰਟੀਆਂ ਸੀ ਜਿਨ੍ਹਾਂ ਦਾ ਕੋਈ ਨੁਮਾਇੰਦਾ ਨਹੀਂ ਜਿੱਤੇ ਖੱਬੇ ਪੱਖੀ ਪਾਰਟੀਆਂ ਦਾ ਕਿਹੜਾ ਕੋਈ ਜਿੱਤੇ ਆ। ਤੇ ਬਸਪਾ ਦਾ ਬੜੇ ਲੰਬੇ ਸਮੇਂ ਬਾਅਦ ਦਹਾਕਿਆਂ ਬਾਅਦ ਪੰਜਾਬ 'ਚ ਖਾਤਾ ਖੁੱਲਿਆ। ਹੁਣ ਪਿੰਡਾਂ 'ਚ ਕੀ ਹੋਇਆ ਸੀ? ਅਸੀਂ ਖੰਘੂਰੇ ਮਾਰਦੇ ਸੀ ਇੱਕ ਦੂਜੇ ਨੂੰ। ਆਪਾਂ ਕਹਿੰਦੇ ਸੀ ਪੋਲਿੰਗ ਬੂਥ ਇੱਕ ਲਾਇਓ ਪੰਜਾਬ ਦੇ ਲੋਕੋ ਪੋਲਿੰਗ ਬੂਥ ਇੱਕ ਲਾਇਓ। ਤੁਸੀਂ ਸਾਰੀਆਂ ਪਾਰਟੀਆਂ ਦੇ ਨਿਸ਼ਾਨ ਉੱਥੇ ਲਾ ਲਿਓ। ਐਵੇਂ 5-5 7-7 ਪੋਲਿੰਗ ਬੂਥ ਨਾ ਲਾਇਓ। ਆਮ ਬੰਦੇ ਨੂੰ ਔਖਾ ਹੁੰਦਾ ਹੈ। ਅਮੰਦ ਨੇ ਓਖਾਂ ਦਾ ਕਿੱਥੋਂ ਪਰਚੀ ਲਵਾ ਇੱਕ ਬੰਦੇ ਵੱਲ ਦੇਖ ਲਿਆ ਦੂਜੇ ਵੱਲ ਨਹੀਂ ਦੇਖਿਆ ਉਹਨੇ ਉਹਦੀ ਕੌੜ ਰੱਖਣੀ ਮੁੜ ਕੇ ਕਿ ਭਾਈ ਇਹ ਬੰਦੇ ਨੇ ਤਾਂ ਵੋਟ ਦੂਜੇ ਪਾਸੇ ਪਾਈ ਐ ਹੁਣ ਥੋੜਾ ਜਿਹਾ ਬਚ ਕੇ ਚੱਲੀਏ ਸਾਡੇ ਕਹਿਣ ਤੋਂ ਇਹ ਭਾਵ ਕਿਉਂ ਸੀ ਕਿਉਂਕਿ ਰਾਜਨੀਤਿਕ ਪਾਰਟੀਆਂ ਨੇ ਭਾਈ ਉਹਨਾਂ ਦੇ ਲਈ ਕੁਰਸੀ ਪ੍ਰਾਇੋਰਟੀ ਐ ਉਹਨਾਂ ਨੂੰ ਕੁਰਸੀ ਮਿਲ ਜਾਵੇ ਠੀਕ ਐ ਤੁਸੀਂ ਆਪਣੇ ਘਰਾਂ ਤੇ ਝੰਡੇ ਲਾਉਂਦੇ ਰਹਿ ਜਾਣਾ ਤੁਸੀਂ ਡੰਡਿਆਂ ਦੇ ਵਿੱਚ ਝੰਡੇ ਫਸਾਉਂਦੇ ਰਹਿ ਜਾਣਾ ਤੁਸੀਂ ਰੋਡ ਸ਼ੋਅ ਦੇ ਉੱਤੇ ਜਾ ਜਾ ਕੇ ਸਕੂਟਰ ਸਾਈਕਲਾਂ ਦੀਆਂ ਰੇਸਾਂ ਦਿੰਦੇ ਰਹਿ ਜਾਣਾ ਤੁਸੀਂ ਰੈਲੀ ਦੇ ਵਿੱਚ ਸਭ ਤੋਂ ਪਿੱਛੇ ਦਰੀ ਦੇ ਉੱਤੇ ਜਾ ਕੇ ਬਹਿ ਜਾਣਾ ਜਿੱਥੇ ਤੁਹਾਡੇ ਕੰਨਾਂ 'ਚ ਬਾਰ-ਬਾਰ ਇਹ ਸੁਣਨ ਨੂੰ ਮਿਲਣਾ ਅਜੇ ਰੈਲੀ ਮੁੱਕੀ ਨਹੀਂ ਐ ਅਜੇ ਆ ਸਾਡੇ ਵੱਡੇ ਲੀਡਰ ਨੇ ਆਣਾ ਐ ਉਹਨਾਂ ਨੇ ਭਾਸ਼ਣ ਦੇਣਾ ਐ ਤੁਸੀਂ ਆਪੋ ਆਪਣੇ ਪਿੰਡ ਜਾ ਕੇ ਬਹਿਣਾ ਨਹੀਂ ਐ ਬਾਕੀ ਸਾਰੀਆਂ ਪਾਰਟੀਆਂ ਮਾੜੀਆਂ ਆਪਣੇ ਗਵਾਂਢੀ ਨੂੰ ਵੀ ਕਹਿਣਾ ਆਪਣੇ ਰਿਸ਼ਤੇਦਾਰਾਂ ਨੂੰ ਕਹਿਣਾ ਵੋਟ ਸਾਨੂੰ ਪਾਉਣੀ ਐ ਆਪਾਂ ਇਹ ਕੋਈ ਸੁਣਿਆ ਅਸੀਂ ਉਦੋਂ ਕਿਉਂ ਆਂਦੇ ਸੀ ਕਿ ਪੋਲਿੰਗ ਬੂਥ ਇੱਕ ਲਾਇਓ ਅਸੀਂ ਕਿਉਂ ਕਹਿੰਦੇ ਸੀ ਕਿ ਪਾਈਏ ਜਿਹੜੇ ਰਾਜਨੀਤਿਕ ਲੀਡਰ ਨੇ ਇਹ ਵਿਆਹਾਂ ਸ਼ਾਦੀਆਂ ਚ ਇੱਕ ਦੂਸਰੇ ਦੇ ਜਾਂਦੇ ਆ ਇਹ ਕਿਸੇ ਦੇ ਘਰੇ ਅਫਸੋਸ ਹੋਇਆ ਹੋਵੇ ਤਾਂ ਮਿੰਟ ਨਹੀਂ ਪੈਣ ਦਿੰਦੇ ਉਸੇ ਵੇਲੇ ਅਪੜਦੇ ਆ ਇਹ ਆਪਸ ਦੇ ਵਿੱਚ ਕਦੇ ਝਗੜਦੇ ਤੁਸੀਂ ਕਦੇ ਦੇਖਿਆ ਕਿ ਵੱਡੇ ਸਿਆਸੀ ਲੀਡਰ ਗੁੱਥਮ ਗੁੱਥਾ ਹੋਏ ਹੋਣ ਤੁਸੀਂ ਕਦੇ ਦੇਖਿਆ ਕਿ ਵੱਡੇ ਸਿਆਸੀ ਲੀਡਰ ਕਿਸੇ ਵੱਟ ਬੰਨਣ ਦੇ ਲਈ ਲੜੇ ਹੋਣ ਤੁਸੀਂ ਕਦੇ ਵੇਖਿਆ ਕਿ ਵੱਡੇ ਲੀਡਰਾਂ ਦੇ ਮਾਨਹਾਨੀ ਤੋਂ ਬਿਨਾ ਆਪਸ ਦੇ ਵਿੱਚ ਕੋਈ ਕੇਸ ਚੱਲਦੇ ਹੋਣ ਤੁਸੀਂ ਕਦੇ ਵੇਖਿਆ ਕਿ ਵੱਡੇ ਲੀਡਰਾਂ ਦੇ ਪੁੱਤ ਪੁੱ ਜਿਹੜੇ ਪੁੱਤ ਪੋਤੇ ਦੋਤੇ ਦੋਤੀਆਂ ਆਪਸ ਵਿੱਚ ਝਗੜਦੇ ਹੁਣ ਕਦੇ ਵੀ ਨਹੀਂ ਨਾ ਸਗੋਂ ਇੱਕ ਦੂਜੇ ਦੇ ਆਉਂਦੇ ਜਾਂਦੇ ਆ ਤੇ ਜੇ ਸਾਡੀਆਂ ਵੱਖ-ਵੱਖ ਪਾਰਟੀਆਂ ਦੇ ਲੀਡਰ ਇੱਕ ਦੂਜੇ ਦੇ ਆਉਂਦੇ ਜਾਂਦੇ ਆ ਵਿਆਹ ਸ਼ਾਦੀ ਰਿਸ਼ਤੇ ਇੱਕ ਦੂਜੇ ਦੇ ਹੁੰਦੇ ਆ ਅਸੀਂ ਫਿਰ ਇਹਨਾਂ ਦੇ ਮਗਰ ਲਾ ਕੇ ਦੁਸ਼ਮਣੀਆਂ ਕਿਉਂ ਪਾਈਏ ਬਈ ਅਸੀਂ ਇੱਕ ਦੂਜੇ ਨੂੰ ਤਾਨੇ ਮਿਹਣੇ ਕਿਉਂ ਮਾਰਦੇ ਫਿਰ ਤੂੰ ਇਹ ਬਲਾਨੀ ਪਾਰਟੀ ਦਾ ਦੇਖਿਆ ਸਾਡੀ ਪਾਰਟੀ ਜਿੱਤ ਗਈ ਹੈ ਤੇਰੀ ਹਾਰ ਗਈ ਹੈ ਹੁਣ ਬਣਾਉਨੇ ਆ ਬੰਦੇ ਨਾ ਲੋੜ ਹੀ ਨਹੀਂ ਹੁਣ ਤੁਸੀਂ ਦੇਖੋ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਿੰਨੀ ਵੱਡੀ ਕਰਵਟ ਆ ਰਹੀ ਹੈ ਆਮ ਆਦਮੀ ਪਾਰਟੀ ਨੇ ਜਿੱਤਣ ਤੋਂ ਪਹਿਲਾਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦਾ ਪ੍ਰਚਾਰ ਕਰਦੇ ਹਾਂ ਕੀ ਕਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਵਾਲੇ ਬਹੁਤ ਮਾੜੇ ਕਾਂਗਰਸ ਵਾਲੇ ਬਹੁਤ ਮਾੜੇ ਬਾਕੀ ਸਾਰੀਆਂ ਤਰ੍ਹਾਂ ਮਾੜੀਆਂ ਤੁਸੀਂ ਇੱਕ ਵਾਰੀ ਤਬਦੀਲੀ ਲਿਆਓ ਸਾਨੂੰ ਸਰਕਾਰ ਬਣਾਉਣ ਦਾ ਮੌਕਾ ਦਿਓ ਫੇਰ ਦੇਖਿਓ ਅਸੀਂ ਚੀਜ਼ ਕੀ ਹੈ ਉਹ ਤਾਂ ਕਹਿੰਦੇ ਮੂੰਹ ਨਹੀਂ ਲਾਉਣਾ ਇਹਨਾਂ ਨੂੰ ਨਾ ਕਿਸੇ ਵੀ ਕੀ ਮੱਤੇ ਨਹੀਂ ਪੰਜਾਬ ਇਹਨਾਂ ਨੇ ਬਰਬਾਦ ਕਰਕੇ ਰੱਖ ਦਿੱਤਾ ਇਹੀ ਗੱਲਾਂ ਸੀ ਨਾ ਦੂਸਰਾ ਕਾਂਗਰਸ ਪਾਰਟੀ ਵਾਲੇ ਕੀ ਕਹਿੰਦੇ ਸੀ ਕਾਂਗਰਸ ਪਾਰਟੀ ਵਾਲੇ ਕਹਿੰਦੇ ਇਹ ਤਾਂ ਦਿੱਲੀੋਂ ਚਲਦੀ ਪਾਰਟੀ ਐ ਇੱਥੇ ਜੋ ਵੀ ਫੈਸਲੇ ਕਰਦੇ ਅਰਵਿੰਦ ਕੇਜਰੀਵਾਲ ਸਾਹਿਬ ਕਰਦੇ ਐ ਇੱਥੇ ਪੰਜਾਬ ਵਾਲੇ ਲੀਡਰਾਂ ਨੂੰ ਤਾਂ ਇੱਕ ਸ਼ਬਦ ਵੀ ਬੋਲਣ ਦਾ ਹੱਕ ਨਹੀਂ ਉਹਨਾਂ ਨੇ ਇੱਕ ਸ਼ਬਦ ਵੀ ਬੋਲਣਾ ਤੇ ਉਹਨਾਂ ਨੂੰ ਦਿੱਲੀੋਂ ਆਕੇ ਆ ਲੈਣੀ ਪੈਂਦੀ ਐ ਜਦੋਂ ਸਰਕਾਰ ਵੀ ਬਣ ਗਈ ਉਦੋਂ ਵੀ ਕੀ ਕਹਿੰਦੇ ਸੀ ਕਾਂਗਰਸ ਪਾਰਟੀ ਵਾਲੇ ਕਿ ਇਹਨਾਂ ਨੇ ਹੜਾਂ ਤੇ ਕੰਮ ਨਹੀਂ ਕੀਤਾ ਚੰਗੀ ਤਰ੍ਹਾਂ ਪਿੰਡਾਂ ਦੀ ਕਹਿੰਦੇ ਸੀ ਡਿਵੈਲਪਮੈਂਟ ਰੁਕ ਗਈ ਐ ਇੱਕ ਆਮ ਆਦਮੀ ਪਾਰਟੀ ਦੀ ਵਿਧਾਇਕਾ ਦੇ ਉੱਤੇ ਕਾਂਗਰਸ ਪਾਰਟੀ ਦੇ ਐਮਐਲਏ ਸਰਦਾਰ ਸੁਖਪਾਲ ਸਿੰਘ ਖਹਿਰਾ ਸਾਹਿਬ ਜਾ ਕੇ ਕਹਿੰਦੇ ਸੀ ਉਹਨਾਂ ਨੂੰ ਕੋਠੀ ਦਬਲੀ ਐ। ਅਦਾਲਤ ਤੱਕ ਜਾਣ ਦੀ ਗੱਲ ਕਰਦੇ ਸੀ। ਫੌਜਾ ਸਿੰਘ ਸਰਾਰੀ ਹੋਰੀ, ਲਾਲਚੰਦ ਕਟਾਰੂ ਚੱਕ ਹੋਰੀ, ਕਿੰਨੇ ਲੀਡਰ ਨੇ ਜਿਨ੍ਹਾਂ ਦੇ ਉੱਤੇ ਕਾਂਗਰਸ ਪਾਰਟੀ ਵਾਲੇ ਠੋਕ ਵਜਾ ਕੇ ਦੋਸ਼ ਲਾਉਂਦੇ ਸੀ ਕਿ ਭਾਈ ਆਹ ਦੇਖੋ, ਆਹ ਹੁੰਦੀ ਐ ਤਬਦੀਲੀ, ਆਹ ਹੁੰਦੀ ਐ ਸਰਕਾਰ। ਧਰਨੇ ਤੇ ਧਰਨਾ, ਠਾ ਧਰਨਾ ਤੇ ਹਰ ਧਰਨੇ ਦੇ ਵਿੱਚ ਇਹੀ ਕਹਿੰਦੇ ਸੀ ਕਿ ਭਾਈ ਜਾਵਾਂਗੇ ਕਿੱਦਾਂ ਇਹ ਸਰਕਾਰ ਬੜੀ ਮਾੜੀ ਚਲਾਉਂਦੇ ਐ। ਸ਼੍ਰੋਮਣੀ ਅਕਾਲੀ ਦਲ ਵਾਲੇ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਤਾਂ ਹਰਥਾ ਇਹ ਕਹਿੰਦੇ ਸੀ ਕਿ ਆਪਾਂ 3.5 ਸਾਲ ਕੱਟਣੇ ਕਿਦਾਂ ਇਹ ਜਿੱਧਰ ਦੇ ਪਾਸੇ ਨੂੰ ਸੂਬਾ ਲੈ ਗਿਆ ਇਹਨਾਂ ਨੇ ਤਬਾਈ ਕਰ ਦੇਣੀ ਹੈ ਹੁਣ ਜੇ ਇਸ ਕਾਂਗਰਸ ਪਾਰਟੀ ਨੂੰ ਹਰਾ ਕੇ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਸੱਤਾ ਅਸਲ ਕੀਤੀ ਹੈ ਤੇ ਜੇ ਇਸ ਕਾਂਗਰਸ ਪਾਰਟੀ ਦੇ ਬਹੁਤ ਸਾਰੇ ਲੀਡਰ ਚੱਕ ਕੇ ਉਹਨਾਂ ਨੇ ਅੰਦਰ ਵੀ ਦਿੱਤੇ ਆ ਸਾਬਕਾ ਮੰਤਰੀ ਭਾਜਪਾ ਦੇ ਵੀ ਬੰਦੇ ਦਿੱਤੇ ਅੰਦਰ ਅਕਾਲੀਆਂ ਦੇ ਕੁਝ ਇੱਕ ਬੰਦਿਆਂ ਦੀ ਵੀ ਜਾਂਚ ਚੱਲ ਰਹੀ ਹੋਊਗੀ ਪਰ ਸਭ ਤੋਂ ਵੱਧ ਜੇ ਸੇਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਾਅਦ ਵਿਜੀਲੈਂਸ ਤੇ ਈਡੀ ਦਾ ਕਿਸੇ ਨੂੰ ਲੱਗਾ ਤੇ ਉਹ ਕਾਂਗਰਸ ਹੈ ਹੁਣ ਜੇ ਤੁਸੀਂ ਅਮਰਿੰਦਰ ਸਿੰਘ ਰਾਜਾਵੜਿੰਗ ਸਾਹਿਬ ਦਾ ਭਾਸ਼ਣ ਸੁਣੋ ਜੇ ਤੁਸੀਂ ਸਰਦਾਰ ਪ੍ਰਤਾਪ ਸਿੰਘ ਬਾਜਬਾ ਸਾਹਿਬ ਦਾ ਭਾਸ਼ਣ ਸੁਣੋ ਜੇ ਤੁਸੀਂ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਦੀ ਗੱਲਬਾਤ ਸੁਣੋ ਤੇ ਜੇ ਕਿਤੇ ਸਰਦਾਰ ਸੁਖਪਾਲ ਸਿੰਘ ਖਹਿਰਾ ਸਾਹਿਬ ਨੂੰ ਸੁਣ ਲਓ ਐ ਲੱਗਦਾ ਕਿ ਆਮ ਆਦਮੀ ਪਾਰਟੀ ਨੇ ਕੀਤਾ ਹੀ ਕੁਛ ਨਹੀਂ ਆਮ ਆਦਮੀ ਪਾਰਟੀ ਦਾ ਪੰਜਾਬ ਨੂੰ ਖਾਟ ਦੇ ਵਿੱਚ ਛੱਟ ਤੋ ਕੀ ਤਾਂ ਜੇ ਤੁਸੀਂ ਆਮ ਆਦਮੀ ਪਾਰਟੀ ਵਾਲਿਆਂ ਦੀਆਂ ਗੱਲਾਂ ਸੁਣੋ ਉਹ ਕਹਿੰਦੇ ਜੀ ਲੁੱਟ ਕੇ ਖਾ ਗਏ ਉਹ ਕਹਿੰਦੇ ਜੀ ਰੇਤਾ ਖਾ ਗਏ ਉਹ ਕਹਿੰਦੇ ਜੀ ਇਹਨਾਂ ਨੇ ਘਰ ਬਣਾ ਲਿਆ ਪ੍ਰਾਪਰਟੀਆਂ ਬਣਾ ਲਈਆਂ ਇਹਨਾਂ ਨੇ ਤਾਂ ਮੰਤਰੀ ਹੁੰਦੇ ਆ ਕੱਪੜੇ ਬੜੇ ਵੱਡੇ ਕੀਤੇ ਆ ਅਸੀਂ ਜਾਂਚ ਕਰ ਰਹੇ ਆ ਯਾਨੀ ਬਿਲਕੁਲ ਉਲਟ ਦਿਸ਼ਾ ਚੱਲਦੇ ਸੀ ਦੋਏ ਤਰ੍ਹਾਂ ਇੱਕ ਦੂਸਰੇ ਨੂੰ ਕਹਿੰਦੀਆਂ ਸੀ ਕਿ ਪੰਜਾਬ ਦੀਆਂ ਦੁਖੀ ਨੇ ਅਚਾਨਕ ਇੱਕ ਗੱਠਜੋੜ ਬਣਦਾ ਜਿਹਨੂੰ ਇੰਡੀਆ ਗੱਠਜੋੜ ਕਹਿੰਦੇ ਆ ਉਹਦੇ ਵਿੱਚ ਕਾਂਗਰਸ ਪਾਰਟੀ ਵੀ ਬੈਂਦੀ ਹੈ ਤੇ ਆਮ ਆਦਮੀ ਪਾਰਟੀ ਵੀ ਬੈਂਦੀ ਹੈ ਹਰਪਾਲ ਸਿੰਘ ਚੀਮਾ ਸਾਹਿਬ ਨੇ ਕਿਹਾ ਕਿ ਭਾਈ ਭਾਜਪਾ ਨੂੰ ਹਰਾਉਣ ਦੇ ਲਈ ਗੱਠਜੋੜ ਤੇ ਭਾਜਪਾ ਨੂੰ ਹਰਾਉਣ ਦੇ ਲਈ ਕਈ ਵਾਰੀ ਛੋਟੇ ਮੋਟੇ ਮਨਮਟਾਬ ਜਿਹੜੇ ਆ ਸਾਨੂੰ ਦੂਰ ਕਰਨੇ ਪੈਂਦੇ ਆ ਹੁਣ ਫਿਰ ਬਈ ਪੰਜਾਬ ਦੇ ਪਿੰਡਾਂ ਦੇ ਵਿੱਚ ਹੋ ਸਕਦਾ ਕਿ ਖੁੰਡ ਦੇ ਇੱਕ ਪਾਸੇ ਕੋਈ ਅਕਾਲੀ ਬੈਠਾ ਹੋਵੇ ਇੱਕ ਪਾਸੇ ਕੋਈ ਬੰਦਾ ਭਾਜਪਾ ਦਾ ਬੈਠਾ ਹੋਵੇ ਉਧਰ ਦੂਸਰੇ ਪਾਸੇ ਖੁੰਡ ਦੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਬੰਦੇ ਬੈਠੇ ਹੋਣਗੇ ਹੋ ਸਕਦਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਕਿਉਂਕਿ ਕਾਂਗਰਸ ਦੀ ਸਰਕਾਰ ਗਈ ਹੈ ਤੇ ਆਮ ਆਦਮੀ ਪਾਰਟੀ ਦੀ ਆਈ ਹੈ ਤੇ ਉਹਨਾਂ ਦੇ ਵਿੱਚ ਹੋ ਸਕਦਾ ਕਿ ਇੱਕ ਦੂਜੇ ਦੇ ਸਿਰ ਵੀ ਕਿਸ ਨੇ ਪਾੜਿਆ ਹੋਵੇ ਹੋ ਸਕਦਾ ਹੈ ਕਿ ਹਰ ਰੋਜ਼ ਉਹ ਕੈਂਸਮ ਕੈਂਸ ਇੱਕ ਦੂਸਰੇ ਦੇ ਨਾਲ ਕਰਦੇ ਹੁਣ ਕਿ ਦੇਖਿਓ ਹੁਣ ਆ ਗਈ ਸਾਡੀ ਪਾਰਟੀ ਦੀ ਸਰਕਾਰ ਤੁਹਾਡੀ ਪਾਰਟੀ ਨੇ ਬੜਾ ਲੁੱਟਿਆ ਚੱਕ ਚੱਕ ਦੇਖਿਓ ਕਿਦਾਂ ਅੰਦਰ ਕਰਨੇ ਮਾਨ ਸਾਹਿਬ ਦੀ ਸਰਕਾਰ ਨੇ ਤੇ ਦੂਸਰੇ ਪਾਸੇ ਉਹ ਕਹਿੰਦੇ ਹੋਣਗੇ ਦੇਖ ਲੈ ਤੁਹਾਡੇ ਮੰਤਰੀ ਵੀ ਆ ਦੇਖ ਲੈ ਕੰਮ ਉਹਨਾਂ ਦੇ ਆ 2021 ਕਰ ਲਿਆ ਤੁਸੀਂ ਹਜ਼ਾਰ ਹਜ਼ਾਰ ਰੁਪਇਆ ਮਹੀਨਾ ਬੀਬੀਆਂ ਦਿੱਤਾ ਕਿਉਂ ਨਹੀਂ ਰੋਜ਼ ਲੜ ਕੇ ਤਪ ਕੇ ਮਹਾ ਟੰਕੇ ਗੁੱਥਮ ਗੁੱਥੀ ਹੁੰਦਿਆਂ ਘਰੋਂ ਨਹੀਂ ਜਾਂਦੇ ਹੋਣੇ ਆ ਅਚਾਨਕ ਉੱਪਰੋਂ ਇੱਕ ਫਰਮਾਨ ਆਉਂਦਾ ਸਿਆਸਤ ਐ ਪਾਈ ਸਾਨੂੰ ਲੱਗਦਾ ਹੁੰਦਾ ਪੰਜਾਬ ਦੇ ਆਮ ਲੋਕਾਂ ਨੂੰ ਪਿੰਡਾਂ ਦੇ ਲੋਕਾਂ ਨੂੰ ਕਿ ਪਾਈ ਸਿਆਸਤ ਸਾਡੀ ਸਮਝ ਦੀ ਗੱਲ ਐ ਸਾਡਾ ਸਿਆਸਤ ਤੇ ਕੰਟਰੋਲ ਬੜਾ ਐ ਸਾਡਾ ਪਾਰਟੀ ਦੇ ਵਿੱਚ ਨਿੱਗ ਬੜਾ ਐ ਅਹਿਸਾਸ ਬੜਾ ਆਪਣੱਤ ਬੜੀ ਐ ਪਰ ਨਾ ਇੱਕਦਮ ਸਿਨੈਰੀਓ ਚੇਂਜ ਹੋ ਗਿਆ ਕਿਤੇ ਸਿਆਸਤ ਸਾਨੂੰ ਕੰਟਰੋਲ ਤਾਂ ਨਹੀਂ ਕਰਦੀ ਹੁਣ ਤੱਕ ਕੀ ਸੀ ਕਿ ਪੰਜਾਬ ਨੂੰ ਉੱਪਰ ਲੈ ਕੇ ਜਾਣਾ ਪੰਜਾਬ ਨੂੰ ਆਹ ਕਰਨਾ ਹੁਣ ਇੱਕਦਮ ਭਾਰਤੀ ਜਨਤਾ ਪਾਰਟੀ ਨੂੰ ਕੇਂਦਰ ਬਿੰਦੂ ਰੱਖ ਕੇ ਕਿਹਾ ਜਾ ਰਿਹਾ ਕਿ ਭਾਈ ਬੀਜੇਪੀ ਨੂੰ ਜੇ ਦੇਸ਼ ਦੇ ਵਿੱਚੋਂ ਬਾਹਰ ਕਰਨਾ ਤਾਂ ਬੜਾ ਜ਼ਰੂਰੀ ਹੈ ਕਿ ਬੀਜੇਪੀ ਨੂੰ ਦੇਸ਼ ਤੋਂ ਬਾਹਰ ਕਰਨਾ ਬੜਾ ਜ਼ਰੂਰੀ ਹੈ ਇੱਕ ਮੋਟੋ ਓਕੇ ਚੱਲ ਰਹੀ ਏ ਇੱਕ ਵਾਰੀ ਬੀਜੇਪੀ ਹਰ ਜਾ ਫਿਰ ਦੇਖਦੇ ਹਾਂ ਕੀ ਹੁੰਦਾ ਆਮ ਆਦਮੀ ਪਾਰਟੀ ਦਾ ਕਿਸੇ ਵੀ ਲੀਡਰ ਦਾ ਤੁਸੀਂ ਬਿਆਨ ਸੁਣਿਆ ਹਰਪਾਲ ਸਿੰਘ ਚੀਮਾ ਸਾਹਿਬ ਤੋਂ ਬਿਨਾਂ ਕਿ ਕਿਸੇ ਲੀਡਰ ਨੇ ਕਿਹਾ ਹੋਵੇ ਕਿ ਅਸੀਂ ਕਾਂਗਰਸ ਦੇ ਨਾਲ ਕਿੱਦਾਂ ਇਕੱਠੇ ਜੋੜ ਕਰ ਸਕਦੇ ਹਾਂ ਅਸੀਂ ਤਾਂ ਕਾਂਗਰਸ ਦੇ ਖਿਲਾਫ ਪ੍ਰਚਾਰ ਕਰਕੇ ਸੱਤਾ ਦੇ ਵਿੱਚ ਆਏ ਹਾਂ ਅਸੀਂ ਤਾਂ ਕਾਂਗਰਸ ਪਾਰਟੀ ਦੇ ਬੰਦੇ ਚੱਕ ਚੱਕ ਅੰਦਰ ਦੇਣ ਦੇ ਵਿੱਚ ਖੁਸ਼ੀ ਦਾ ਬੜਾ ਪ੍ਰਗਟਾਵਾ ਕੀਤਾ ਹੈ। ਅਸੀਂ ਤਾਂ ਲੋਕਾਂ 'ਚ ਜਾ ਕੇ ਕਹਿੰਦੇ ਰਏ ਸੀ ਕਿ ਇਹਨਾਂ ਨੇ ਭ੍ਰਿਸ਼ਟਾਚਾਰ ਬੜਾ ਕੀਤਾ ਹੈ। ਇਹੀ ਗੱਲਾਂ ਸੀ ਨਾ। ਕੀ ਆਮ ਆਦਮੀ ਪਾਰਟੀ ਦੇ ਕਿਸੇ ਇੱਕ ਲੀਡਰ ਦਾ ਤੁਸੀਂ ਬਿਆਨ ਸੁਣਿਆ? ਨਾ। ਹੁਣ 2 ਦਿਨ ਹੋ ਗਏ। ਜਦੋਂ ਅਰਵਿੰਦ ਕੇਜਰੀਵਾਲ ਤੇ ਬੀਬੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਹੋਰੀ ਇੱਕ ਸਟੇਜ ਦੇ ਉੱਤੇ ਸੀ। ਮੀਟਿੰਗ ਦੇ ਵਿੱਚੋਂ ਬਾਹਰ ਨਿਕਲੇ ਦੋਨਾਂ ਤਰ੍ਹਾਂ ਨੇ ਕਿਹਾ ਕਿ ਗੱਟਜੋੜ ਹੋਊਗਾ, ਅਸੀਂ ਭਾਜਪਾ ਹਰਾਉਣੀ ਹੈ। ਕੀ ਪੰਜਾਬ ਕਾਂਗਰਸ ਦੇ ਕਿਸੇ ਲੀਡਰ ਨੇ ਕਿਹਾ? ਕਿ ਭਾਈ ਨਾ ਅਸੀਂ ਆਮ ਆਦਮੀ ਪਾਰਟੀ ਬਾਰੇ ਬਹੁਤ ਕੁਝ ਕਹਿੰਦੇ ਰਹੇ ਹਾਂ ਤੇ ਅਸੀਂ ਨਹੀਂ ਸੀਟ ਸ਼ੇਰਿੰਗ ਕਰਨੀ ਕਿਹਾ ਕਿਸੇ ਨੇ ਕਿਹਾ ਹੀ ਨਹੀਂ ਹਾਲਾਂਕਿ ਚਿੱਠੀ ਉਹਨਾਂ ਨੇ ਲਿਖੀ ਪਹਿਲਾਂ ਦਿੱਲੀ ਜਾ ਕੇ ਆਏ ਨੇ ਉਹ ਉਹ ਕਹਿ ਕੇ ਆਏ ਆ ਕਿ ਭਾਈ ਪੰਜਾਬ ਦੇ ਵਿੱਚ ਜੇ ਤੁਸੀਂ ਗੱਠਜੋੜ ਕਰਦੇ ਹੋ ਜਾਂ ਸੀਟ ਸ਼ੇਰਿੰਗ ਕਰਦੇ ਹੋ ਤਾਂ ਨੁਕਸਾਨ ਬੜਾ ਹੋਊਗਾ ਪਰ ਹੁਣ ਜੋ ਕੁਝ ਸਾਹਮਣੇ ਆਈ ਜਾਂਦਾ ਨਹੀਂ ਤਾਂ ਇੱਕ ਮਿੰਟ ਦੇ ਵਿੱਚ ਲੀਡਰ ਕਹਿੰਦੇ ਹੁੰਦੇ ਆ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਦਾ ਤਾਂ ਬਿਆਨ ਹੋਣਾ ਚਾਹੀਦਾ ਸੀ ਕਿ ਹਰਪਾਲ ਸਿੰਘ ਚੀਮਾ ਐਵੇਂ ਹੀ ਕਰ ਰਹੇ ਨੇ ਇਹ ਸਾਡਾ ਕੋਈ ਗੱਠਜੋੜ ਨਹੀਂ ਹੈ ਅਸੀਂ 13 ਦੀਆਂ 13 ਸੀਟਾਂ ਚੁਣ ਲੈਣਗੇ ਜੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੋਵਾਂ ਧਿਰਾਂ ਦਾ ਕੋਈ ਵੀ ਲੀਡਰ ਇਸ ਮੁੱਦੇ ਤੇ ਬੋਲ ਨਹੀਂ ਰਿਹਾ ਇਹਦਾ ਮਤਲਬ ਸੁਨੇਹੇ ਲੱਗਾ ਹੈ ਇਹਦਾ ਮਤਲਬ ਕਿ ਕੰਮ ਦੂਜੇ ਪਾਸੇ ਨੂੰ ਤੁਰ ਪਿਆ ਇਹਦਾ ਮਤਲਬ ਹੈ ਕਿ ਭਾਈ ਗੱਠਜੋੜ ਹੋਊਗਾ ਜਾਂ ਸੀਟ ਸ਼ੇਅਰਿੰਗ ਹੋਊਗੀ ਹੁਣ ਹੋ ਕੀ ਸਕਦਾ ਆਪਾਂ ਸੁਨੀਲ ਜਾਖੜ ਤੇ ਸ਼ਰਮਣੀ ਅਕਾਲੀ ਦਲ ਪਲਬਾਦ ਵਿੱਚ ਚੱਲਦੇ ਆਂ ਜਾਖੜ ਸਾਹਿਬ ਭਾਜਪਾ ਦੇ ਪ੍ਰੈਜ਼ੀਡੈਂਟ ਨੇ ਸੂਬੇ ਦੇ ਕੀ ਹੋ ਸਕਦਾ ਪੰਜਾਬ ਦੇ ਵਿੱਚ ਵੈਸੇ ਸਕੱਟਿਓਰ ਦੀ ਲੋੜ ਨਹੀਂ ਸੀ ਆਪਾਂ ਪਿਛਲੇ 2 ਦਿਨ ਤੋਂ ਕਹਿ ਰਹੇ ਹਾਂ ਪਰ ਕੋਈ ਗੱਲ ਨਹੀਂ ਸਿਆਸਤ ਹੈ ਭਾਈ ਸਿਆਸਤ ਭਾਰਤ ਦੀ ਬੜੀ ਅਜੀਬੋ-ਗਰੀਬ ਹੈ ਇੱਥੇ ਤਾਂ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਵਾਰੀ ਭਾਜਪਾ ਤੇ बसपा ਨੇ 6-6 ਮਹੀਨੇ ਦੀਆਂ ਸਰਕਾਰਾਂ ਬਣਾ ਲੀਆਂ ਸੀ ਕਿ 6 ਮਹੀਨੇ ਬੀਬੇ ਮਾਇਆਬੱਤੀ ਮੁੱਖ ਮੰਤਰੀ 6 ਮਹੀਨੇ ਬਾਅਦ ਮੁੜ ਕੇ ਭਾਰਤੀ ਜਨਤਾ ਪਾਰਟੀ ਦਾ ਮੁੱਖ ਮੰਤਰੀ ਇੱਥੇ ਤਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਗੱਠਜੋੜ ਦਿੱਲੀ ਦੇ ਵਿੱਚ ਹੋ ਗਿਆ ਸੀ ਤੇ ਉਦੋਂ ਵੀ ਆਮ ਆਦਮੀ ਪਾਰਟੀ ਕਾਂਗਰਸ ਨੂੰ ਹਰਾ ਕੇ ਸੱਤਾ ਚਾਹੀ ਸੀ ਬੀਬੀ ਸ਼ਿਲਾ ਦੀਕਸ਼ਿਤ ਦੀ ਸਰਕਾਰ ਨੂੰ ਲਾ ਕੇ ਉੱਪਰਲੇ ਪਾਸੇ ਜੰਮੂ ਕਸ਼ਮੀਰ ਚ ਦੇਖ ਲਓ ਪੀਡੀਪੀ ਦੀ ਨੀਤੀ ਕੀ ਹੈ ਪੀਪਲਸ ਡੈਮੋਕ੍ਰੈਟਿਕ ਪਾਰਟੀ ਦੀ ਬੀਬੀ ਮਹਿਬੂਬਾ ਮੁਫਤੀ ਦੀ ਬੀਜੇਪੀ ਤੋਂ ਬਿਲਕੁਲ ਉਲਟ ਪਰ ਨਾ ਅਗਲੇ ਨੇ 2.5 3 ਸਾਲ ਸਰਕਾਰ ਚ ਚਲਾਈ ਜੰਮੂ ਕਸ਼ਮੀਰ ਦੇ ਵਿੱਚ ਪੀਡੀਪੀ ਦਾ ਮੁੱਖ ਮੰਤਰੀ ਭਾਰਤੀ ਜਨਤਾ ਪਾਰਟੀ ਦਾ ਉਪ ਮੁੱਖ ਮੰਤਰੀ ਸਿਆਸਤ ਐ ਭਾਈ ਇਥੇ ਸਾਰਾ ਕੁਝ ਹੀ ਹੋ ਜਾਂਦਾ ਹੁਣ ਤੁਸੀਂ ਦੇਖੋ ਨਿਤਿਸ਼ ਕੁਮਾਰ ਬਿਹਾਰ ਦੇ ਵਿੱਚ ਜਣੀ ਇਹ ਪਹਿਲੀ ਸਿਆਸੀ ਉਲਟਵਾਜ਼ੀ ਨਹੀਂ ਹੈ ਸਿਆਸਤ ਦੇ ਰੰਗ ਬੜੇ ਨਿਆਰੇ ਨੇ ਸਿਆਸਤ ਵਿੱਚ ਉਹ ਵੀ ਰੰਗ ਨੇ ਜਿਹੜੇ ਸਾਨੂੰ ਕਿਤਾਬਾਂ ਦੇ ਵਿੱਚ ਪੜ੍ਹਾਏ ਨਹੀਂ ਜਾਂਦੇ ਸਾਨੂੰ ਜਿੰਨੇ ਕ ਰੰਗ ਪੜ੍ਹਾਏ ਜਾਂਦੇ ਜੀ ਇਹ ਗੁਲਾਬੀ ਹੈ ਇਹ ਲਾਲ ਹੈ ਇਹ ਕਾਲਾ ਹੈ ਇਹ ਪੀਲਾ ਇਹ ਸੰਤਰੀ ਰੰਗ ਹੈ ਆਹ ਹੀ ਪੜ੍ਹਾਇਆ ਜਾਂਦਾ ਆਹ ਹਰਾ ਰੰਗ ਹੈ ਪਰ ਸਿਆਸਤ ਵਿੱਚ ਬੜੇ ਰੰਗ ਨੇ ਜਿਨ੍ਹਾਂ ਨੂੰ ਜੇ ਕਿਤਾਬਾਂ ਦੇ ਵਿੱਚ ਜਗ੍ਹਾ ਮਿਲਣੀ ਬਾਕੀ ਹੈ ਤੇ ਉਹ ਰੰਗਾਂ ਨੂੰ ਦੇਖ ਕੇ ਲੋਕਾਂ ਦੀਆਂ ਜੀਭਾਂ ਬਾਹਰ ਨਿਕਲਦੀਆਂ ਹੈ ਹੈ ਆ ਵੀ ਰੰਗ ਹੈਗਾ ਨਿਤਿਸ਼ ਕੁਮਾਰ ਦਾ ਜਦੋਂ ਜੀ ਕਰਦਾ ਉਹ ਭਾਜਪਾ ਦੇ ਸਮਰਥਨ ਨਾਲ ਬਿਹਾਰ ਦਾ ਮੁੱਖ ਮੰਤਰੀ ਬਣ ਜਾਂਦਾ ਜਿੱਦਣ 18 ਬਈ ਮਹੀਨੇ ਬਾਅਦ ਉਹਦਾ ਜੀ ਕਰਦਾ ਨਹੀਂ ਯਾਰ ਲਾਲੂ ਪ੍ਰਸਾਦ ਯਾਦਵ ਦਾ ਮੁੰਡਾ ਤੇਜਸਵੀ ਯਾਦਵ ਚੰਗਾ ਹੈ ਉਹ ਉਧਰਲੇ ਪਾਸੇ ਜਾ ਕੇ ਮੁੱਖ ਮੰਤਰੀ ਬਣ ਜਾਂਦਾ ਕੋਈ ਪੁੱਛਣ ਗਿਛਣ ਵਾਲਾ ਥੋੜੀ ਐ ਚੱਲੀ ਜਾਂਦਾ ਕੰਮ ਆ ਸਾਡੇ ਪੰਜਾਬ ਤੋਂ ਏਟਲੇ ਪਾਸੇ ਨੂੰ ਜੇ ਨਕਸ਼ਾ ਤੁਸੀਂ ਚੰਗੇ ਤਰੀਕੇ ਦੇਖੋ ਤਾਂ ਇੱਕ ਹਰਿਆਣੇ ਰਾਜ ਦਾ ਸੂਬਾ ਹੈ ਉੱਥੇ ਜਨਨਾ ਇੱਕ ਜਨਤਾ ਪਾਰਟੀ ਬਣਦੀ ਇੰਡੀਅਨ ਨੈਸ਼ਨਲ ਲੋਕਦਲ ਚਟਾਲਿਆਂ ਦੇ ਵਿੱਚੋਂ ਟੁੱਟ ਕੇ ਸਾਰਾ ਜ਼ੋਰ ਭਾਜਪੀ ਦੇ ਖਿਲਾਫ ਲਾਤਾ 11-12 ਐਮਐਲਏ ਜੀ ਤਾ ਕੇ ਮੁੜ ਕੇ ਭਾਜਪੀ ਦੇ ਨਾਲ ਹੀ ਸਾਂਝੀ ਸਰਕਾਰ ਬਣਾ ਕੇ ਬੈਠੇ ਕੀ ਕਰ ਲੂਗਾ ਕੋਈ ਜੋ 3 ਦੇ 3 ਸਿੰਧਿਆ ਕਾਂਗਰਸ ਪਾਰਟੀ ਵੱਲੋਂ ਜਿੱਤੇ ਅਸੀਂ ਇਲੈਕਸ਼ਨ ਅੱਜ ਕੱਲ ਬੀਜੇਪੀ ਵੱਲੋਂ ਕੇਂਦਰ ਸਰਕਾਰ ਦੇ ਵਿੱਚ ਮਨਿਸਟਰ ਹੈ ਕੀ ਕਰ ਲੋਗੇ ਤੁਸੀਂ ਸਚਨ ਪਾਇਲਟ ਰਾਜਸਥਾਨ ਵਾਲਾ ਆਪਣੀ ਹੀ ਪਾਰਟੀ ਦੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋ ਉੱਤੇ ਵੱਡੇ ਦੋਸ਼ ਲਾਉਂਦਾ ਹੈ ਕਿ ਭਾਈ ਤੁਸੀਂ ਪਿਛਲੀ ਭਾਜਪਾ ਦੀ ਸਰਕਾਰ ਦੇ ਵਿੱਚ ਭ੍ਰਿਸ਼ਟਾਚਾਰ ਦੇ ਮੁੱਦੇ ਜਿਹੜੇ ਸੀ ਉਹ ਖੋਲਦੇ ਨਹੀਂ ਮੈਂ ਅਨਸ਼ੰਨ ਕਰੂੰਗਾ ਮੈਂ ਭੁੱਖ ਹੜਤਾਲ ਤੇ ਬੈਠੂੰ ਮੈਂ ਯਾਤਰਾ ਕਰੂੰਗਾ ਠੀਕ ਹੈ ਵੱਡੇ ਦੋਸ਼ਲਾਤ ਤੇ ਲੱਗਦਾ ਸੀ ਲੋਕਾਂ ਨੂੰ ਕਿ ਭਾਈ ਪਟਾਕਾ ਪੈ ਗਿਆ ਰਾਹੁਲ ਗਾਂਧੀ ਨੇ ਇੱਕ ਮੀਟਿੰਗ ਕਰਾਈ ਹੁਣ ਚੁੱਪ ਕਰਕੇ ਇੱਕੋ ਸਟੇਜ ਦੇ ਉੱਤੇ ਦੋਨੇ ਬੈਠੇ ਹੁੰਦੇ ਆ ਰਾਜਨੀਤੀ ਹੈ ਸਾਨੂੰ ਲੱਗਦਾ ਹੁੰਦਾ ਉੱਪਰਲੇ ਪਾਸੇੋਂ ਕਿ ਭਾਈ ਇਹ ਪਤੀਲੇ ਪਤੀਲੇ ਤੇ ਟੱਕਣ ਲੈ ਟੱਕਣ ਚੱਕਾਂਗੇ ਤਾਂ ਥੱਲੇ ਸਬਜੀ ਹੋਏਗੀ ਕਈ ਵਾਰੀ ਪਤੀਲੇ 'ਚ ਪਾਣੀ ਪਾ ਕੇ ਉਹ ਅਗਲੇ ਰਿੰਨੀ ਜਾਂਦੇ ਆ ਸਿਆਸਤ ਹੈ ਸਿਆਸਤ ਦੇ ਵਿੱਚ ਕੁਝ ਵੀ ਹੋ ਸਕਦਾ ਕੁਝ ਵੀ ਸੰਭਵ ਹੈ ਹੁਣ ਹੋ ਕੀ ਰਿਹਾ ਕੀ ਹੋ ਸਕਦਾ ਤਿੰਨ ਚੀਜ਼ਾਂ ਹੋ ਸਕਦਾ ਹੈ ਕਿ ਭਾਈ ਲੋਕਾਂ ਦਾ ਮੂੰਹ ਮਲਾਜਾ ਵੀ ਰੱਖਣਾ ਹੈ ਤੇ ਉਥੇ ਗੱਠਜੋੜ ਦੀ ਸੰਭਾਵਨਾ ਬੜੀ ਘੱਟ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਮੈਂ ਕਲੀਅਰ ਕਰਦਾ ਗੱਠਜੋੜ ਕੀ ਹੁੰਦਾ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਸੀ ਸਾਂਝੇ ਪੋਸਟਰ ਛਾਪਦੇ ਸੀ ਸਾਂਝੀਆਂ ਰੈਲੀਆਂ ਹੁੰਦੀਆਂ ਸੀ ਸਾਂਝੇ ਮੈਨੀਫੈਸਟੋ ਵੀ ਬਣਦੇ ਰਹੇ ਐ ਇੱਕ ਦੂਸਰੇ ਦੇ ਹਲਕੇ ਦੇ ਵਿੱਚ ਜਾ ਕੇ ਪ੍ਰਚਾਰ ਕਰਦੇ ਰਹੇ ਨੇ ਲੀਡਰ ਉਹ ਗੱਠਜੋੜ ਹੁੰਦਾ ਹੈ ਕਿ ਸਾਡਾ ਇੱਕ এজেন্ডਾ ਹੈ ਅਸੀਂ ਰਲ ਕੇ ਹਨ ਹਲਕੇ ਚ ਪ੍ਰਚਾਰ ਕਰਕੇ ਆਪਣੇ ਸਾਂਝੇ ਉਮੀਦਵਾਰ ਜਤਾਉਣੇ ਆ ਸੀਟ ਸ਼ੇਰਿੰਗ ਸ਼ਾਇਦ ਪੰਜਾਬ ਦੇ ਲੋਕਾਂ ਨੇ ਪਹਿਲੀ ਵਾਰੀ ਨਾਂ ਸੁਣਿਆ ਕਿਹਨੇ ਕਿਹਨੇ ਨਾਂ ਸੁਣਿਆ ਪਹਿਲਾਂ ਸੀਟ ਸ਼ੇਰਿੰਗ ਕੀ ਆ ਬਈ ਜਾਂ ਤਾਂ ਗੱਠ ਜੋੜੇ ਜਾਂ ਗੱਠ ਛੋੜਨੇ ਹੀ ਆ ਸੀਟ ਸ਼ੇਰਿੰਗ ਦਾ ਮਤਲਬ ਕਿ ਪਾਈ ਤੁਹਾਡੇ ਨਾਲ ਵਿਚਾਰ ਤਾਂ ਨਹੀਂ ਸਾਡੇ ਮਿਲਦੇ ਤੁਹਾਡੀ ਆਪਣੀ ਸੋਚ ਆ ਸਾਡੀ ਆਪਣੀ ਆ ਪਰ ਠੀਕ ਹੈ ਆਪਾਂ ਪੰਜ ਸੀਟਾਂ ਤੁਸੀਂ ਲੈ ਲਓ ਪੰਜ ਅਸੀਂ ਲੈ ਲਓ ਸੀਟਾਂ ਸ਼ੇਅਰ ਕਰ ਲਈਆਂ ਕਿ ਇੱਕ ਦੂਸਰੇ ਦੇ ਉਮੀਦਵਾਰ ਦੇ ਖਿਲਾਫ ਆਪਾਂ ਉਮੀਦਵਾਰ ਨਹੀਂ ਖੜਾ ਕਰਦੇ ਜਿਹਦੇ ਨਾਲ ਕਿ ਵੋਟਾਂ ਵੰਡੀਆਂ ਨਾ ਜਾਣ ਇਹ ਨਵਾਂ ਕਨਸੈਪਟ ਹੈ ਭਾਰਤੀ ਰਾਜਨੀਤੀ ਦੇ ਵਿੱਚ ਖਾਸ ਤੌਰ ਦੇ ਉੱਤੇ ਪੰਜਾਬ ਦੀ ਰਾਜਨੀਤੀ ਵਿੱਚ ਸੀਟ ਸ਼ੇਅਰਿੰਗ ਪਾਰਟੀਆਂ ਮਰਜ਼ੀ ਹੁੰਦੀਆਂ ਦੇਖੀਆਂ ਗੱਟ ਛੁੱਡਣ ਦੇ ਦੇਖੇ ਸੀਟ ਸ਼ੇਅਰਿੰਗ ਸ਼ਾਇਦ ਪੰਜਾਬ 'ਚ ਪਹਿਲੀ ਵਾਰੀ ਹੋਣੀ ਹੈ ਜੇ ਕਿਤੇ ਪਹਿਲਾਂ ਹੋਈ ਹੈ ਤਾਂ ਤੁਸੀਂ ਜ਼ਰੂਰ ਟਿੱਪਣੀ ਕਰ ਦਿਓ ਸਾਡੇ ਤੋਂ ਵੱਧ ਉਮਰ ਦੇ ਬਹੁਤ ਸਾਰੇ ਲੋਕ ਹੋਣਗੇ ਗੁਰਪ੍ਰੀਤ ਸੰਧਾਲੀਆ ਸਾਹਿਬ ਆਉਂਦੇ ਆਪਾਂ ਉਹਨਾਂ ਨੂੰ ਪੁੱਛ ਲਾਂਗੇ ਕਿ ਭਾਈ ਸੀਟ ਸ਼ੇਅਰਿੰਗ ਵਾਲਾ ਕਨਸੈਪਟ ਕਿਹਨੇ ਦਿੱਤਾ ਸਾਡੇ ਬੰਦੇ ਨੇ ਨੇ ਕਿਤੇ ਸਲਾਹ ਦਿੱਤੀ ਹੋਵੇ ਉਹਨਾਂ ਨੂੰ ਕਿ ਸੀਟਾਂ ਸ਼ੇਅਰ ਕਰ ਲਈ ਦੀਆਂ ਹੁਣ ਜੇ ਸੀਟ ਸ਼ੇਅਰਿੰਗ ਹੋਏਗੀ ਤੇ ਉੱਥੇ ਇੱਕ ਦੂਸਰੇ ਦੇ ਉਮੀਦ ਪੋਸਟਰ ਵੀ ਅੱਡ ਹੋਣਗੇ ਮੈਨੀਫੈਸਟੋ ਵੀ ਅੱਡ ਹੋਣਗੇ ਜਿਹੜਾ ਹਲਕਾ ਜਿਹੜੀ ਪਾਰਟੀ ਨੂੰ ਮਿਲ ਗਿਆ ਦੂਸਰੀ ਪਾਰਟੀ ਉਸ ਹਲਕੇ 'ਚ ਆਪਣਾ ਕੈਂਡੀਡੇਟ ਨਹੀਂ ਦਊਗੀ ਅੰਦਰ ਖਾਤੇ ਵਰਕਣਾ ਨੂੰ ਇਹ ਕਹਿਣਾ ਤੇ ਕਹਿ ਦਊਗੀ ਕਿ ਭਾਈ ਵੋਟਾਂ ਇਹਨਾਂ ਨੂੰ ਪਾ ਦਿਓ ਪਰ ਇੱਕ ਦੂਸਰੇ ਦੇ ਨਾਲ ਨਾ ਤਾਂ ਸਟੇਜਾਂ ਸਾਂਝੀਆਂ ਹੋਣਗੀਆਂ ਨਾ ਫਿਰ ਇੱਕ ਦੂਸਰੇ ਦੇ ਲਈ ਪ੍ਰਚਾਰ ਹੋਊਗਾ ਇੱਕ ਦੂਸਰੇ ਦੇ ਖਿਲਾਫ ਵੀ ਕੋਈ ਕੁਝ ਨਹੀਂ ਬੋਲੂਗਾ ਫਿਰ ਮੈਂ ਉਦਾਹਰਣ ਦਿਨਾ ਆ ਗਿਆ ਜਾ ਕੇ ਤੀਸਰਾ ਕਨਸੈਪਟ ਕੀ ਆ ਇਹ ਵੀ ਹੁੰਦਾ ਕਿ ਭਾਈ ਜੇ ਲੋਕੀ ਹਵਾ ਚੈੱਕ ਕਰਨ ਲਈ ਜਾਂਦੀ ਹੈ ਨਾ ਉਹ ਰਾਜਨੀਤੀ ਦੇ ਵਿੱਚ ਹਵਾ ਚੈੱਕ ਕਰਨੇ ਵੱਡੀ ਵੱਡੀ ਚੀਜ਼ ਹੈ ਹੁਣ ਰਾਜਨੀਤੀ ਚ ਕੀ ਹੁੰਦਾ ਹਵਾ ਚੈੱਕ ਕਰਨ ਲਈ ਲੋਕ ਵਿਰੋਧ ਕਰਦੇ ਆ ਕਿ ਭਾਈ ਪਹਿਲਾਂ ਤੁਸੀਂ ਇੱਕ ਦੂਜੇ ਦੇ ਖਿਲਾਫ ਸੀ ਹੁਣ ਇੱਕ ਦੂਜੇ ਨਾਲ ਇਕੱਠੇ ਕਿੱਦਾਂ ਹੋ ਗਏ ਫੇਰ ਕਈ ਵਾਰੀ ਇਹ ਵੀ ਹੋ ਜਾਂਦਾ ਕਿ ਅੰਦਰ ਖਾਤੇ ਚ ਚਰਚਾ ਕਰ ਲੋ ਕਿ ਆ ਪੰਜ ਛੇ ਸੀਟਾਂ ਤੁਹਾਡੀਆਂ ਆ ਪੰਜ ਛੇ ਸੀਟਾਂ ਸਾਡੀਆਂ ਬੰਦਾ ਤਾਂ ਅਸੀਂ ਖੜਾ ਕਰਾਂਗੇ ਪਰ ਕਮਜ਼ੋਰ ਬੰਦਾ ਖੜਾ ਕਰਾਂਗੇ ਜਿਹੜਾ ਨਾ ਤਾਂ ਪੈਹਾ ਟਾਕਾ ਖਰਚ ਕਰ ਸਕਦਾ ਹੋਵੇ ਜਿਹਦੀ ਨਾ ਪਬਲਿਕ ਦੇ ਵਿੱਚ ਬਹੁਤੀ ਜ਼ਿਆਦਾ ਸੇਵ ਹੋਵੇ ਜਿਹੜਾ ਨਾ ਆਪਣੇ ਪੱਧਰ ਦੇ ਉੱਤੇ ਬਹੁਤੀਆਂ ਬੋਟਾਂ ਲੈਣ ਦੇ ਸਮਰੱਥ ਹੋਵੇ ਤੇ ਨਾ ਸਾਡਾ ਕੋਈ ਵੱਡਾ ਲੀਡਰ ਉਹਦੇ ਲਈ ਪ੍ਰਚਾਰ ਕਰਨਾ ਹੋਵੇ। ਜਾਨੀ ਕਿ ਕਮਜ਼ੋਰ ਉਮੀਦਵਾਰ ਨੂੰ ਟਿਕਟ ਦੇ ਦਿਓ ਜਿਹਦੇ ਨਾਲ ਕਿ ਅਗਲੀ ਪਾਰਟੀ ਦਾ ਬਹੁਤਾ ਨੁਕਸਾਨ ਨਾ ਹੋਵੇ। ਸੋ ਤਿੰਨ ਸਥਿਤੀਆਂ ਹੋ ਸਕਦੀਆਂ। ਇੱਕ ਗੱਠਚੜ ਜੇ ਦੀ ਸੰਭਾਵਨਾ ਘੱਟ ਹੈ। ਦੂਸਰੀ ਸੀਟ ਸ਼ੇਅਰਿੰਗ ਦੀ ਕਿ ਇੱਕ ਦੂਸਰੇ ਦੇ ਖਿਲਾਫ ਉਮੀਦਵਾਰ ਨਾ ਖੜੇ ਕਰੋ ਤੀਸਰੇ ਕਮਜ਼ੋਰ ਉਮੀਦਵਾਰ ਕਰ ਦਿਓ। ਇਹ ਹੁੰਦਾ ਰਿਹਾ। ਇਹ ਆਖਰੀ ਜਿਹੜੀ ਕਮਜ਼ੋਰ ਉਮੀਦਵਾਰਾਂ ਵਾਲੀ ਗੱਲ ਹੈ ਨਾ ਇਹ ਅਣਐਲਾਨੀ ਹੁੰਦੀ ਹੈ। ਇਹ ਹੁੰਦਾ ਰਹਿੰਦਾ ਪਹਿਲਾਂ ਵੀ ਹੁੰਦਾ ਸੀ ਆਪਣੀ ਪਾਰਟੀ ਦੇ ਵਿੱਚ ਵੀ ਬੰਦੇ ਹਰਾਏ ਜਾਂਦੇ ਰਹੇ ਆ ਦੂਸਰੀਆਂ ਪਾਰਟੀਆਂ ਦੇ ਬੰਦੇ ਜਿਤੌਣ ਦੇ ਲਈ ਕਮਜ਼ੋਰ ਉਮੀਦਵਾਰ ਦਿੱਤੇ ਜਾਂਦੇ ਰਹੇ ਆ ਪੰਜਾਬ ਦੇ ਲੋਕਾਂ ਨੇ ਬੜੇ ਰੰਗ ਵੇਖੇ ਨੇ ਪਰ ਉਹ ਰੰਗ ਕਿਤਾਬਾਂ 'ਚ ਨਹੀਂ ਜੇ ਲਿਖਿਆ ਹੁੰਦਾ ਇਹ ਗੱਲ ਚੇਤੇ ਰੱਖਣੀ ਬਹੁਤ ਜ਼ਰੂਰੀ ਹੈ ਫੇਰ ਕੰਮ ਜਿਹੜਾ ਉਸ ਉੱਤਰ ਆ ਸਕਦਾ ਹੁਣ ਉਹਨੇ ਜਾਖੜ ਸਾਹ ਵੱਲ ਹੁਣ ਜੇ ਕਾਂਗਰਸ ਤੇ ਆਮ ਆਦਮੀ ਪਾਰਟੀ ਵਾਲੇ ਸੀਟ ਸ਼ੇਅਰਿੰਗ ਕਰਦੇ ਆ ਹਾਲਾਂਕਿ ਨਾ ਤਾਂ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਲੀਡਰਸ਼ਿਪ ਚਾਹੁੰਦੀ ਐ ਇੱਕ ਸੀਟ ਸ਼ੇਰਾਂ ਹੋ ਨਾ ਪੰਜਾਬ ਦੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਚਾਹੁੰਦੀ ਦੋਨਾਂ ਦੇ ਫੈਸਲੇ ਦਿੱਲੀ ਤੋਂ ਹੁੰਦੇ ਆ ਹਰ ਇੱਕ ਨੈਸ਼ਨਲ ਪਾਰਟੀ ਦੀ ਨੈਸ਼ਨਲ ਬੋਡੀ ਹੀ ਫੈਸਲਾ ਕਰਦੀ ਹੈ ਭਾਜਪਾ ਸਮਝ 파ਟੀ ਕਈਕ ਸੂਬਿਆਂ ਚ ਹੈ ਬੀਬੀ ਮਾਇਆਵਤੀ ਜੀ ਜੋ ਹੁਕਮ ਕਰਦੇ ਆ ਪੰਜਾਬ ਦੀ ਲੀਡਰਸ਼ਿਪ ਮੰਨ ਲੈਂਦੇ ਆ ਉਹਨਾਂ ਨੂੰ ਕਦੇ ਵੀ ਪੁੱਛ ਲਓ ਕਹਿੰਦੇ ਜੋ ਭੈਣ ਮਾਇਆਵਤੀ ਜੀ ਕਹਿਣਗੇ ਪ੍ਰਵਾਨ ਹੋਏਗਾ ਹੁਣ ਪੰਜਾਬ ਦੇ ਵਿੱਚ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚ ਪ੍ਰਿੰਸੀਪਲ ਬੋਧਰਾਮ ਸਾਹਿਬ ਕਹਿਣ ਭਗਵੰਤ ਮਾਨ ਸਾਹਿਬ ਕਹਿਣ ਕੇ ਪਾਈ ਅਸੀਂ ਵੱਧ ਸੀਟਾਂ ਜਿੱਤਣ ਦੇ ਸਮਰੱਥ ਹਾਂ ਪਰ ਕੇਜਰੀਵਾਲ ਸਾਹਿਬ ਉਪਰੋ ਕਹਿ ਸਕਦੇ ਆ ਯਾਰ ਬਾਕੀ ਸੂਬਿਆਂ ਚ ਵੀ ਅਸੀਂ ਦੇਖਣਾ ਨਹੀਂ ਤੁਸੀਂ ਐ ਕਰ ਲਓ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਲੀਡਰਸ਼ਿਪ ਨੇ ਮੰਨ ਲੈਣਾ ਰਾਜਾ ਵੜਿੰਗ ਸਾਹਿਬ ਤੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਵਿਰੋਧ ਕਰਨਗੇ ਹੋ ਸਕਦਾ ਦਿੱਲੀ ਜਾ ਕੇ ਫਿਰ ਮਿਲ ਕੇ ਆਉਣ ਕਿ ਪਾਈ ਇਹ ਕੰਮ ਗਲਤ ਹੋ ਜੂਗਾ ਅਸੀਂ ਤਾਂ ਪੰਜਾਬ ਦੇ ਵਿੱਚ ਖਤਮ ਹੋ ਜਾਾਂਗੇ ਲੋਕਾਂ ਨੂੰ ਦੱਸਾਂਗੇ ਕਿ ਤਾਂ ਉਸ ਵੇਲੇ ਜਾ ਕੇ ਹੋ ਸਕਦਾ ਕਿ ਉਹ ਵੀ ਕਹਿਣ ਕਿ ਨਹੀਂ ਪਾਈ ਸਾਡਾ ਉੱਪਰਲੀ ਰਾਜਨੀਤੀ ਦੇ ਵਿੱਚ ਸਰਦਾ ਨਹੀਂ ਤੁਹਾਡੀਆਂ 13 ਸੀਟਾਂ ਨੂੰ ਕੀ ਕਰੀਏ ਜਾਣੇ ਜੇ ਇਹ ਗੱਠਜੋੜ ਹੁੰਦਾ ਹੈ ਇਹ ਵੱਧਾ ਰੁੱਧਾ ਹੋਊਗਾ ਦੋਏ ਪਾਰਟੀਆਂ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਪੰਜਾਬ ਦੀ ਲੀਡਰਸ਼ਿਪ ਨਹੀਂ ਚਾਹੂਗੀ ਇਹ ਗੱਟ ਜੁੜੋਵੇ ਪਰ ਉੱਪਰੋਂ ਹੁਕਮ ਮੰਨਣਾ ਪੈਂਦਾ ਭਾਈ ਕਾਂਗਰਸ ਪਾਰਟੀ ਵਾਲੇ ਨੇ ਤਾਂ ਆ ਦਿੱਲੀ ਦੇ ਵਿੱਚ ਦਿੱਲੀ ਇਕਾਈ ਨੇ ਵੀ ਵਿਰੋਧ ਕੀਤਾ ਸੀ ਨਾ ਅਗਲੇ ਨੇ ਇੱਕ ਸੰਕੇਤ ਦਿੱਤਾ ਦਿੱਲੀ ਕਾਂਗਰਸ ਦੇ ਸੂਬਾ ਪ੍ਰਧਾਨ ਨੂੰ ਹਟਾ ਕੇ ਅਰਵਿੰਦਰ ਸਿੰਘ ਲਵਲੀ ਨੂੰ ਪ੍ਰਧਾਨ ਬਣਾ ਦਿੱਤਾ ਕਈ ਵਾਰੀ ਸੰਕੇਤ ਦੇਣੇ ਹੁੰਦੇ ਆ ਕਿ ਭਾਈ ਅਸੀਂ ਐਦਾਂ ਵੀ ਕਰ ਲੈਨੇ ਆ ਸੋ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਸੀਟ ਸ਼ੇਅਰਿੰਗ ਜਾਂ ਗੱਠ ਜੁੜਦਿਆਂ ਸੰਭਾਵਨਾਵਾਂ ਵੱਧ ਰਹੀਆਂ ਨੇ ਉਧਰਲੇ ਪਾਸੇ ਜਾਖੜ ਸਾਹਿਬ ਤੱਤੇ ਹੋ ਗਏ ਉਹ ਕਹਿੰਦੇ ਮੈਂ ਤਾਂ ਮਹੀਨਾ ਪਹਿਲਾਂ ਕਹਿਤਾ ਸੀ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਗੱਠ ਜੁੜਾਉਣਾ ਤੇ ਕਾਂਗਰਸ ਦੇ ਕਈ ਅមਲੇ ਮੰਤਰੀਵਾਂ ਨੂੰ ਫਿਰਦਿਆ ਇਹ ਜਾਖੜ ਸਾਹਿਬ ਨੇ ਬਿਆਨ ਦਿੱਤਾ ਵੀ ਸੀ ਅੱਜ ਉਹਨਾਂ ਨੇ ਰੱਜ ਕੇ ਧਜੀਆਂ ਉਡਾਈਆਂ ਦੋਨਾਂ ਪਾਰਟੀਆਂ ਦੀਆਂ ਉਹ ਕਹਿੰਦੇ ਦੇਖ ਲਓ ਇਹਨਾਂ ਦੇ ਸਿਧਾਂਤ ਹੁਣ ਤਾਂ ਇਹ ਵੀ ਹੋਣਾ ਜੇ ਸੀਟ ਸ਼ੇਅਰਿੰਗ ਹੁੰਦੀ ਆ ਗੱਠ ਜੁੜ ਹੁੰਦਾ ਪਿਛਲੀਆਂ ਵੀਡੀਓ ਕੱਟ-ਕੱਟ ਕੇ ਸੋਸ਼ਲ ਮੀਡੀਆ ਤੇ ਆਉਣੀਆਂ ਕੀ ਆ ਦੇਖੋ ਜੀ ਕਾਂਗਰਸ ਪਾਰਟੀ ਵਾਲੇ ਆਮ ਆਦਮੀ ਪਾਰਟੀ ਦੇ ਖਿਲਾਫ ਕੀ ਕਹਿੰਦੇ ਸੀ ਆ ਦੇਖੋ ਜੀ ਆਮ ਆਦਮੀ ਪਾਰਟੀ ਵਾਲੇ ਕਾਂਗਰਸ ਦੇ ਖਿਲਾਫ ਕੀ ਕਹਿੰਦੇ ਸੀ ਤੇ ਆ ਦੇਖੋ ਜੀ ਇੱਕੋ 스테ਜ ਤੇ ਹੁਣ ਭੜਕ ਨੂੰ ਜੇ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਕਾਂਗਰਸ ਪਾਰਟੀ ਮੰਨ ਲਓ ਕਿਸੇ ਹਲਕੇ ਤੋਂ ਟਿਕਟ ਦੇ ਦਿੰਦੀ ਹੈ ਹੁਣ ਚੰਨੀ ਸਾਹਿਬ ਦੇ ਖਿਲਾਫ ਤਾਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਬਹੁਤ ਕੁਝ ਬੋਲੀ ਹੈ ਕੀ ਭੜਕ ਨੂੰ ਉਹਨਾਂ ਲਈ ਪ੍ਰਚਾਰ ਕਰਨਗੇ ਜਾਂ ਭੜਕ ਨੂੰ ਉਹਨਾਂ ਦੇ ਖਿਲਾਫ ਬੰਦਾ ਨਹੀਂ ਖੜਾ ਕਰਨਗੇ ਜਾਂ ਉਧਰਲੇ ਪਾਸੇ ਮੰਨ ਲਓ ਲਾਲਚੰਦ ਘਟਾਰੂ ਚੱਕ ਸਾਹਿਬ ਨੂੰ ਜਾਂ ਫੌਜਾ ਸਿੰਘ ਸਰਾਰੀ ਸਾਹਿਬ ਨੂੰ ਜਬ ਇਹ ਵੀ ਸਰਜਿਤ ਕਰ ਮਾਣੂ ਕਿਨੂੰ ਟਿਕਟ ਮਿਲ ਜਾਂਦੀ ਐ ਦੇ ਸਕਦੇ ਆ ਐਮਐਲਏਜ਼ ਨੂੰ ਐਮਪੀ ਦੀ ਟਿਕਟਾਂ ਮਿਲਦੀਆਂ ਨਹੀਂ ਆ ਤਾਂ ਕਾਂਗਰਸ ਪਾਰਟੀ ਵਾਲੇ ਤਾਂ ਧਰਨੇ ਲਾ ਦਿੰਦੇ ਜਰਾ ਜਾ ਕੇ ਇਹਨਾਂ ਦੇ ਖਿਲਾਫ ਵਿਧਾਨ ਸਭਾ ਦੇ ਵਿੱਚ ਰੌਲਾ ਪਾਉਂਦੇ ਰਿਆ ਫਿਰ ਪ੍ਰਚਾਰ ਕਰਨਗੇ ਜਾਂ ਚੁੱਪ ਰਹਿਣਗੇ ਕਹਾਣੀ ਕਿਧਰਲੇ ਪਾਸੇ ਨੂੰ ਜਾਊਗੀ ਬੜੀ ਐ ਜੀਬੋ ਗਰੀਬ ਸਥਿਤੀ ਐ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਿਹੜੀ ਮੇਰੀ ਉਮਰ ਦੇ ਲੋਕ ਨੇ ਉਹਨਾਂ ਨੇ ਕਦੇ ਸ਼ਾਇਦ ਐਡੀ ਵੱਡੀ ਸਿਆਸੀ ਕਰਵਟ ਵੇਖੀ ਨਹੀਂ ਹੋਊਗੀ ਕਿ ਦਿੱਲੀੋਂ ਕਿਸ ਤਰੀਕੇ ਦੇ ਹੁਕਮ ਆਉਂਦੇ ਆ ਤਾਂ ਫਿਰ ਹੁਕਮ ਵਜਾਉਣੇ ਪੈਂਦੇ ਆ ਹੁਣ ਇੱਕ ਗੱਲ ਪੱਕੀ ਐ ਜੇ ਇਹ ਸੀਟ ਸ਼ੇਅਰਿੰਗ ਦਾ ਗੱਠਜੋੜ ਹੁੰਦਾ ਹੈ ਇਹ ਦੋਏ ਵੱਡੀਆਂ ਪਾਰਟੀਆਂ ਨੇ ਫਿਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੂੰ ਪੁਨਰ ਵਿਚਾਰ ਕਰਨੇ ਪਊਗੀ ਕਿਉਂਕਿ ਜੇ ਤਾਂ ਤਿੰਨ ਚਾਰ ਤੇ ਰਮ ਮੁਕਾਬਲਾ ਹੁੰਦਾ ਸੀ ਕਾਂਗਰਸ ਅੱਡ ਲੜਦੀ ਹੈ ਆਮ ਆਦਮੀ ਪਾਰਟੀ ਅੱਡ ਲੜਦੀ ਹੈ ਭਾਜਪਾ ਅੱਡ ਲੜਦੀ ਹੈ ਜਿਹੜੀ ਅਕਾਲੀ ਦਲ ਅੱਡ ਚੋਂ ਲੜਦਾ ਹੈ ਫਿਰ ਹਰ ਪਾਰਟੀ ਨੂੰ ਥੋੜਾ ਬਹੁਤ ਹਿੱਸਾ ਇੱਕ ਇੱਕ ਦੋ ਦੋ ਸੀਟਾਂ ਦਾ ਮਿਲ ਜਾਣਾ ਸੀ ਕਈ ਹਲਕਿਆਂ ਦੇ ਵਿੱਚ ਬੜਾ ਦਿਲਚਸਪ ਬਹੁਤ ਕੋਣੀ ਮੁਕਾਬਲਾ ਹੋਣਾ ਸੀ ਪਰ ਜੇ ਕਾਂਗਰਸ ਤੇ ਆਮ ਆਦਮੀ ਪਾਰਟੀ ਇਕੱਠੀਆਂ ਹੋ ਜਾਂਦੀਆਂ ਤਾਂ ਦੂਸਰੀਆਂ ਦੋਨਾਂ ਪਾਰਟੀਆਂ ਨੂੰ ਸੋਚਣਾ ਪਊਗਾ ਕਿ ਖਾਤੇ ਇੱਕ ਦਾ ਖੋਲਣੇ ਆ। ਹਾਲ ਦੀ ਘੜੀ ਦੋਨਾਂ ਪਾਰਟੀਆਂ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਸੰਕੇਤ ਨਹੀਂ ਆਇਆ ਪਰ ਇਹ ਵੀ ਹੋ ਸਕਦਾ ਹੈ ਕਿ ਜੇ ਸਪਸ਼ਟ ਰੂਪ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਸੀਟ ਸ਼ੇਅਰਿੰਗ ਦਾ ਐਲਾਨ ਕਰ ਦਿੱਤਾ ਤਾਂ ਫਿਰ ਸ਼ਰਮਣੀ ਅਕਾਲੀ ਦਲ ਤੇ ਭਾਜਪਾ ਵਾਲੇ ਵੀ ਇੱਕ ਵਾਰੀ ਫੇਰ ਸੋਚਣ ਕਿ ਭਾਈ ਮੁਕਾਬਲਾ ਤਾਂ ਕਰਨਾ ਹੀ ਆ। ਪੈਰ ਤਾਂ ਲਾਉਣੀ ਆ। ਕਿਧਰਲੇ ਪਾਸੇ ਨੂੰ ਜਾਵਾਂਗੇ? ਫਿਰ ਪੰਜ ਚਾਰ ਸੀਟਾਂ ਫਿਰ ਇਹ ਵੀ ਹੋ ਜਾਂਦਾ। ਇਸ ਵੇਲੇ ਕਿਉਂਕਿ ਤਿੰਨ ਸੀਟਾਂ ਤੇ ਭਾਜਪਾ ਲੜਦੀ ਸੀ। ਦਸ ਸੀਟਾਂ ਸ਼੍ਰੋਮਣੀ ਅਕਾਲੀ ਦਲ ਦੀਆਂ ਸੀ। ਭਾਜਪਾ ਵਾਲੇ ਹੁਣ ਘੱਟੋ-ਘੱਟ 6 ਚਾਹੁੰਦੇ ਆ। ਹੋ ਸਕਦਾ ਹੈ ਕਿ ਉਹਨਾਂ ਨੂੰ 3 ਤੋਂ ਵਧਾ ਕੇ 5 ਕਰ ਦਿੱਤੀਆਂ ਜਾਣ ਤੇ ਅਕਾਲੀ ਦਲ ਇਹ ਵੀ ਕਰਦੇ ਆ ਕਿ ਭਾਈ ਚੰਡੀਗੜ੍ਹ ਵਾਲੀ ਸੀਟ ਦੇ ਉੱਤੇ ਥੋੜੀ ਸਪੋਰਟ ਕਰਦੇ ਕਿਸੇ ਨੇ ਨਹੀਂ ਆਖਿਆ। ਇਹ ਆਪਾਂ ਅੰਦਾਜ਼ਾ ਲਾਉਨੇ ਆ। ਪਰ ਹੋ ਸਕਦਾ ਹੈ ਕਿ ਆਉਣ ਵਾਲੀ ਲੋਕ ਸਭਾ ਦੀ ਚੋਣ ਦੇ ਵਿੱਚ ਜੇ ਆਮ ਆਦਮੀ ਪਾਰਟੀ ਤੇ ਕਾਂਗਰਸ ਵਾਲੇ ਰਲ ਕੇ ਬੈੰਦੇ ਆ ਦਿੱਲੀ ਨੂੰ ਆਏ ਹੁਕਮਾਂ ਦੇ ਮੁਤਾਬਕ ਤਾਂ ਥੋਨੂੰ ਪੰਜਾਬ ਦੇ ਵਿੱਚ ਇੱਕ ਨਵੇਂ ਤਰ੍ਹਾਂ ਦਾ ਸਿਆਸੀ ਇਕੱਠ ਜੋੜ ਵੀ ਨਜ਼ਰ ਆ ਸਕਦਾ ਉਹਦੀ ਸੰਭਾਵਨਾ ਹੈ ਅਜੇ ਉਹਦਾ ਐਲਾਨ ਬਿਲਕੁਲ ਵੀ ਨਹੀਂ ਹੋਇਆ ਪਰ ਮੈਂ ਫੇਰ ਪੰਜਾਬ ਦੇ ਪਿੰਡ ਵਾਲਿਆਂ ਨੂੰ ਬੇਨਤੀ ਕਰਦਾ ਕਿ ਭਾਈ ਆਪਸ ਵਿੱਚ ਨਹੀਂ ਲੜਨਾ ਆਪਾਂ ਸਰਪੰਚੀ ਦੀ ਇਲੈਕਸ਼ਨ ਵੀ ਆਉਣੀ ਹੈ ਨਗਰ ਨਿਗਮ ਨਗਰ ਕਾਉਂਸਲ ਨਗਰ ਪੰਚਾਇਤ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀਆਂ ਜਿਹਨੂੰ ਪੰਚਾਇਤ ਸੰਮਤੀ ਵੀ ਆਪਾਂ ਕਹਿੰਦੇ ਆ ਉਹਦੀ ਚੋਣ ਵੀ ਸਰਤੇ ਖਲੋਤੀ ਉਤਪਤ ਲੋਕ ਸਭਾ ਦੀ ਚੋਣ ਹੈ ਆਪਾਂ ਕਾਹਨੂੰ ਲੜਨਾ ਹੈ ਜਿਨ੍ਹਾਂ ਕਰਕੇ ਆਪਾਂ ਲੜਦੇ ਸੀ ਇਹਨੂੰ ਤੇ ਇਕੱਠੇ ਬਿਠੇ ਇੱਕੋ ਪਲੇਟ ਦੇ ਵਿੱਚੋਂ ਪਨੀਰ ਵਾਲੇ ਪਕੌੜੇ ਖਾਣੇ ਆ ਨੇ ਨਾ ਕਰਕੇ ਆਪਾਂ ਲੜਦੇ ਸੀ ਉਹਨਾਂ ਨੂੰ ਤੇ ਇੱਕ ਦੂਸਰੇ ਸੁਲਾਈ ਨਹੀਂ ਪਾਜੀ ਆ ਚੀਜ਼ ਨਹੀਂ ਖਾਈਦੀ ਇਹ ਸਿਹਤ ਲਈ ਬਹੁਤੀ ਚੰਗੀ ਨਹੀਂ ਹੁੰਦੀ ਉਹ ਤਾਂ ਇੱਕ ਸਟੇਜ ਤੇ ਬੈਠੇ ਹੋਣਗੇ ਉਹਨਾਂ ਨੇ ਤੇ ਇੱਕ ਦੂਸਰੇ ਦੇ ਖਲਾਬ ਬੰਦੇ ਵੀ ਨਹੀਂ ਖੜੇ ਕਰਨੇ ਤੇ ਆਪਾਂ ਕਹਤੋਂ ਇੱਕ ਦੂਜੇ ਦੇ ਸਿਰ ਪਾੜੀ ਜਾਈਏ ਭਾਈ ਆਪਾਂ ਪਹਿਲਾਂ ਵੀ ਕਿਹਾ ਸੀ ਕਿ ਪੰਜਾਬ ਦੇ ਮੁੱਦੇ ਤੁਹਾਡੇ ਸਾਹਮਣੇ ਹੋਣੇ ਚਾਹੀਦੇ ਆ ਸਾਡੇ ਬੱਚਿਆਂ ਦੀ ਪੜ੍ਹਾਈ ਦਾ ਸਾਡੇ ਰੋਜ਼ਗਾਰ ਦਾ ਸਾਡੇ ਪ੍ਰਦੂਸ਼ਣ ਦਾ ਸਾਡੇ ਥਾਣਿਆਂ ਕਚੈਰੀਆਂ ਦੇ ਵਿੱਚ ਚੱਲਦੇ ਤਹਿਸੀਲਾਂ ਦੇ ਵਿੱਚ ਚੱਲਦੇ ਭ੍ਰਿਸ਼ਟਾਚਾਰ ਦਾ ਉਹ ਸਾਡੇ ਸਾਂਝੇ ਮੁੱਦੇ ਨੇ ਸਾਡੀ ਐਗਰੀਕਲਚਰ ਦਾ ਮੁੱਦਾ ਸਾਡੇ ਲੋਕਾਂ ਦੀ ਖੁਰਾਕ ਦੇ ਵਿੱਚ ਜਿਹੜੇ ਜ਼ਹਿਰੀਲੇ ਤੱਤ ਨੇ ਉਹਨਾਂ ਦਾ ਮੁੱਦਾ ਸਾਡਾ ਸਾਂਝਾ ਮੁੱਦਾ ਹੜ੍ਹਾਂ ਦਾ ਮੁੱਦਾ ਸਾਡਾ ਸਾਂਝਾ ਮੁੱਦਾ ਰੇਤਾ ਦਾ ਮੁੱਦਾ ਸਾਡਾ ਸਾਂਝਾ ਮੁੱਦਾ ਅਸੀਂ ਕਾ ਤੋ ਇੱਕ ਦੂਜੇ ਦਾ ਸਿਰ ਫਾੜਨੇ ਡਾਂਗਾ ਮਾਰ ਮਾਰ ਕੇ ਕਿਸੇ ਸਿਆਸੀ ਲੀਡਰ ਦੇ ਪਿੱਛੇ ਕਿਉਂਕਿ ਲੀਡਰਾਂ ਦਾ ਕੀ ਪਤਾ ਹੈ ਆ ਜੈਸ ਬਨੇਰੇ ਤੇ ਤੇ ਭਾਈ ਕਾ ਨੂੰ ਉਸ ਬਨੇਰੇ ਤੇ ਸੋ ਥੋੜੀਆਂ ਟਿੱਪਣੀਆਂ ਬਹੁਤ ਸਾਰੀਆਂ ਜਿਹੜੀਆਂ ਵਾਰੀਆਂ ਨੇ ਆਪਾਂ ਉਹਨਾਂ ਦੇ ਉੱਤੇ ਵੀ ਗੱਲ ਕਰਦੇ ਆ ਮਾੜਾ ਜਿਹਾ ਕੁੰਡਾ ਖੜਕਿਆ ਆਪਾਂ ਗੁਰਪ੍ਰੀਤ ਸੰਧਾਲੀਆਂ ਨੂੰ ਦੇਖਦੇ ਆ ਕਿ ਆਇਆ ਕਿ ਨਹੀਂ ਲੋਜੀ ਕੁੰਡਾ ਖੜਕਿਆ ਜ਼ਰੂਰ ਸੀ ਪਰ ਬੰਦਾ ਨਹੀਂ ਪਹੁੰਚਾ ਅਜੇ ਤੱਕ ਹੁਣ ਜਿਹੜਾ ਬੰਦਾ ਸਿਆਸੀ ਲੀਡਰਾਂ ਦੇ ਨਾਲ ਬੈਠ ਕੇ ਚਾਹ ਪਾਣੀ ਪੀਵੇ ਪਨੀਰ ਵਾਲੇ ਪਕੌੜੇ ਖਾਵੇ ਉਹ ਬਾਟਕੋ ਆਉਂਦਾ ਹੀ ਹਪਾ ਖਬਰਸਾਰ ਲੈਨੇ ਗੁਰਪ੍ਰੀਤ ਸਿੰਘ ਸੰਧਾਲੀਆ ਦੀ ਭਾਈ ਟਾਈਮ ਦੇਖ ਕੇ ਬੰਦੇ ਨੂੰ ਵੇਲੇ ਸੇ ਰੋਣਾ ਚਾਹੀਦਾ ਬਾਹਰ ਅੰਦਰ ਬੰਦਾ ਘੁੰਮਿਆ ਪੱਛਮੀ ਦੇਸ਼ਾਂ ਦੇ ਵਿੱਚ 2 2.5 ਸਾਲ ਰਹਿ ਕੇ ਹੁਣ ਬੰਦਾ ਭਰਤਿਆ ਆਉਂਦਾ ਹੀ ਆਤਾਂ ਦੇਖੋ ਆਉਂਦਾ ਉੱਥੇ ਬੜਾ ਵਧੀਆ ਬੰਦਾ ਟਾਈਮ ਸਿਰ ਹੁੰਦਾ ਹੈ ਲਾਈਨ ਸਿਰ ਹੁੰਦਾ ਹੈ ਇੱਕ ਦਿਨ ਵੀ ਲੇਟ ਨਹੀਂ ਹੋਣਾ ਰੋਟੀ ਖਾ ਕੇ ਭਾਂਡੇ ਸਿੰਕ ਚ ਆਪ ਰੱਖਣੇ ਆ। ਚਾਹ ਪੀ ਕੇ ਕੱਪ ਸਿੰਕ ਚ ਆਪ ਰੱਖਣਾ ਹੈ। ਜੇ ਕੋਈ ਬੱਤਾ-ਬੁੱਤਾ ਮਾੜਾ ਮੋਟਾ ਪੀਤਾ ਤੇ ਉਹਦੀ ਬੋਤਲ ਐਨ ਉੱਥੇ ਡਸਟਬਨ ਦੇ ਵਿੱਚ ਰੱਖਣੀ ਆ ਜਿੱਥੇ ਉਹਦੀ ਪ੍ਰੋਪਰ ਥਾਂ ਤੇ ਇੱਥੇ ਆਉਂਦੇ ਹੀ ਨਾ ਬੰਦਾ ਨਵਾਬ ਬਣ ਗਿਆ। ਆਹ ਗੱਲ ਮੈਨੂੰ ਬਿਲਕੁਲ ਚੰਗੀ ਨਹੀਂ ਲੱਗੀ ਕਿ ਭਾਈ ਸਮਾਂ ਉੱਧਰ ਪ੍ਰਾਈਮ ਫੋਕਸ ਦਾ ਹੋ ਗਿਆ ਹੋਵੇ ਸਾਰੀ ਦੁਨੀਆ ਦੇ ਵਿੱਚ ਪ੍ਰਾਈਮੇਰੀਆ ਟੀਵੀ ਤੇ ਪਰਿਵਾਰ ਦੇ ਮੈਂਬਰ ਬੈਠੇ ਆ ਸੁਣ ਰਹੇ ਆ, ਵੇਖ ਰਹੇ ਆ, ਉਡੀਕ ਰਹੇ ਆ ਤੇ ਭਾਈ ਬੰਦਾ ਪਰਵਾਹ ਹੀ ਨਹੀਂ ਕਰਦਾ। ਇਸ ਕਰਕੇ ਚਲੋ ਕੋਈ ਗੱਲ ਨਹੀਂ ਆਪਾਂ ਓੜੀਕਦੇ ਆਜੇ ਵੀ ਸਮਾਂ ਹੈਗਾ ਆਪਾਂ ਉਮੀਦ ਕਰਦੇ ਹਾਂ ਕਿ ਭਾਈ ਬੰਦਾ ਜਿਹੜਾ ਉਹ ਅੱਪੜ ਜ਼ਰੂਰ ਜਾਊਗਾ ਚਲੋ ਪਟਵਾਰੀਆਂ ਦੀ ਗੱਲ ਕਰਨੀ ਬੜੀ ਜ਼ਰੂਰੀ ਹੈ ਭਾਈ ਪਟਵਾਰੀ ਸਹਿਬਾਨਾਂ ਨੇ ਕਹਿਤਾ ਕਿ ਭਾਈ ਮੁੱਖ ਮੰਤਰੀ ਸਾਹਿਬ ਭਾਵੇਂ ਐਸਮਾ ਲਾ ਦਿਓ ਭਾਵੇਂ ਕੋਈ ਧਮਕੀ ਦਿਓ ਅਸੀਂ ਡਰਦੇ ਨਹੀਂ ਅਸੀਂ ਸਿਰਫ ਆਪਣੇ ਪਟਵਾਰ ਸਰਕਲ ਦੇ ਵਿੱਚ ਕੰਮ ਕਰਨਾ ਬਾਧੂ ਕੰਮ ਅਸੀਂ ਬਿਲਕੁਲ ਨਹੀਂ ਕਰਨਾ ਦੂਸਰੇ ਪਾਸੇ ਇੱਕ ਹੜਤਾਲ ਹੋਰ ਹੋਣ ਵਾਲੀ ਸੀ ਮੁੱਖ ਮੰਤਰੀ ਸਾਹਿਬ ਦਾ ਟਵੀਟ ਤਿੰਨ ਚਾਰ ਦਿਨ ਪਹਿਲਾਂ ਤੁਸੀਂ ਸਾਰੇ ਵੇਖਿਆ ਹੋਣਾ ਉਸੇ ਡੀਸੀ ਦਫ਼ਤਰਾਂ ਦੇ ਵਿੱਚ ਕੰਮ ਕਰਦੇ ਕਰਮਚਾਰੀ ਉਹਨਾਂ ਨੇ ਵੀ ਕਿਹਾ ਸੀ ਕਿ ਭਾਈ ਅਸੀਂ ਹੜਤਾਲ ਕਰਨੀ ਹੈ 11 ਸਤੰਬਰ ਤੋਂ ਤੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਹੜਾਏ ਆ ਜ਼ਰੂਰੀ ਸਿਵਾਵਾਂ ਵਾਲਾ ਐਕਟ ਉਹਨਾਂ ਲਾਤਾ ਇਸਮਾ ਤਨਾਏ ਵੀ ਕਹਿ ਦਿੱਤਾ ਕਿ ਭਾਈ ਕਲਮ ਛੋੜ ਹੜਤਾਲ ਕਰਨੀ ਹੈ ਕਰ ਦਿਓ ਕਲਮ ਭਾਵੇਂ ਛੱਡ ਦਿਓ ਪਰ ਫਿਰ ਉਹ ਸਾਡੀ ਅਧਿਕਾਰ ਖੇਤਰ ਦੇ ਵਿੱਚ ਹੈ ਕਿ ਅਸੀਂ ਕਲਮੋ ਫੜਾਉਣੀ ਕਿਨੂੰ ਆ ਦੁਬਾਰਾ ਤੁਹਾਨੂੰ ਕਲਮ ਫੜਾਉਣੀ ਆ ਜਾਂ ਕਿਸੇ ਹੋਰ ਨੂੰ ਫੜਾਉਣੀ ਆ ਮੁੱਖ ਮੰਤਰੀ ਸਾਹਿਬ ਨੇ ਕਲੀਅਰ ਕਰਤਾ ਐਂ ਲੱਗਦਾ ਸੀ ਕਿ ਭਾਈ ਕਰਮਚਾਰੀ ਸ਼ਾਇਦ ਡਰ ਜਾਣਗੇ ਕਿ ਭਾਈ ਨੌਕਰੀਆਂ ਨਾ ਚਲੇ ਜਾਣ ਪਰ ਉਹਨਾਂ ਨੇ ਮੀਟਿੰਗ ਕੀਤੀ ਡੀਸੀ ਦਫ਼ਤਰ ਦੇ ਕਰਮਚਾਰੀਆਂ ਨੇ ਮੀਟਿੰਗ ਕਰਨ ਤੋਂ ਬਾਅਦ ਕਰਨ ਲਈ ਪ੍ਰੈਸ ਕਾਨਫਰੰਸ ਉਹ ਕਹਿੰਦੇ ਠੀਕ ਹੈ ਮੁੱਖ ਮੰਤਰੀ ਸਾਹਿਬ ਇਸਮਾਲਾਉਣਾ ਇਸਮਾਲਾ ਦੇ ਉੱਤਮਕੀ ਦੇਣੀ ਧਮਕੀ ਦੇ ਦਿਓ ਪਰ ਜੇ ਤੁਸੀਂ 10 ਸਤੰਬਰ ਤੱਕ ਸਾਡੀਆਂ ਮੰਗਾਂ ਨਾ ਮੰਨੀਆਂ ਦਿਨ ਰਹਿ ਗਏ 6 ਜੇ ਸਾਡੀਆਂ ਮੰਗਾਂ ਪ੍ਰਵਾਨ ਨਾ ਕੀਤੀਆਂ ਜਾਂ ਦੂਸਰਾ ਸ਼ਬਦ ਉਹਨਾਂ ਨੇ ਵਰਤਿਆ ਜਾਂ ਸਾਡੀਆਂ ਮੰਗਾਂ ਤੇ ਵਿਚਾਰ ਨਾ ਕੀਤਾ ਤਾਂ 11 12 ਤੇ 13 ਸਤੰਬਰ ਨੂੰ ਕਲਮ ਛੋੜ ਹੜਤਾਲ ਰਹੂਗੀ ਕਾਰਵਾਈ ਭਾਵੇਂ ਜਿਹੜੀ ਮਰਜ਼ੀ ਕਰਦੇ ਹੋ ਤੇ ਜਿੱਦਣ 13 ਸਤੰਬਰ ਹੋ ਗਈ ਉਸ ਦਿਨ ਕਹਿੰਦੇ ਦੁਬਾਰਾ ਮੀਟਿੰਗ ਕਰਕੇ ਅਸੀਂ ਫਿਰ ਵੱਡਾ ਐਕਸ਼ਨ ਦਾ ਐਲਾਨ ਕਰਨਾ ਸਾਡੇ ਪਰਿਵਾਰ ਸਾਡੇ ਨਾਲ ਹੋਣਗੇ ਧਰਨੇ ਪ੍ਰਦਰਸ਼ਨ ਕਰਾਂਗੇ ਹੁਣ ਇਹਦਾ ਮਤਲਬ ਕੀ ਹੋਇਆ ਕਿ ਮੁੱਖ ਮੰਤਰੀ ਸਾਹਿਬ ਨੇ ਤਾਂ ਇਸ ਕਰਕੇ ਦਬਕਾ ਮਾਰਿਆ ਸੀ ਐਸਮਾ ਲਾਉਣ ਦਾ ਐਲਾਨ ਕਰ ਦਿੱਤਾ ਸੀ ਕਿ ਭਾਈ ਕਰਮਚਾਰੀ ਆਪੋ ਆਪਣੇ ਕੰਮਾਂ ਤੇ ਰਹਿਣਗੇ ਕਰਮਚਾਰੀ ਜਿਹੜੇ ਨੇ ਉਹ ਫਿਰ ਲੋਕਾਂ ਦੇ ਕੰਮ ਕਰਨਗੇ ਲੋਕਾਂ ਦੀਆਂ ਫਾਈਲਾਂ ਨਹੀਂ ਅਟਕਣਗੀਆਂ ਪਰ ਕਰਮਚਾਰੀ ਤਾਂ ਮੋਰੇ ਖੜਗੇ ਅਗਲੇ ਤੱਕ ਕਹਿੰਦੇ ਨਾ ਇਦਾਂ ਨਹੀਂ ਹੋ ਸਕਦਾ ਹੁਣ ਮੰਗਾ ਕੀ ਨੇ ਉਹ ਕਹਿੰਦੇ ਕਈ ਵਾਰੀ ਸੂਚੀਆਂ ਭੇਜੀਆਂ ਸਾਡੀ ਪ੍ਰਮੋਸ਼ਨ ਹੀ ਨਹੀਂ ਹੋ ਰਹੀ ਹੋਰ ਜਿਹੜੀਆਂ ਸਰਵਿਸ ਦੇ ਵਿੱਚ ਰਹਿੰਦੇ ਸਾਨੂੰ ਸਹੂਲਤਾਂ ਮਿਲਣੀਆਂ ਜਿਹਦੀਆਂ ਮਿਲ ਹੀ ਨਹੀਂ ਰਹੀਆਂ ਜੇ ਸਾਡੀ ਪ੍ਰਮੋਸ਼ਨ ਨਹੀਂ ਹੋ ਗਈ ਅਸੀਂ ਉਤਸ਼ਾਹ ਚ ਆ ਕੇ ਕੰਮ ਕਿੱਦਾਂ ਕਰਾਂਗੇ ਅਸੀਂ ਤਾਂ ਫਿਰ ਬੇਨਤੀ ਕਰਦੇ ਹਾਂ ਕਿ ਜੇ ਕਰਮਚਾਰੀਆਂ ਦੀ ਪ੍ਰਮੋਸ਼ਨ ਦਾ ਤਰੱਕੀ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਮਸਲਾ ਤਾਂ ਮਾਨ ਸਾਹਿਬ ਹੱਲ ਕਰ ਦਿਓ ਜੇ ਕਾਨੂੰਨ ਤੇ ਨਿਯਮ ਦੇ ਮੁਤਾਬਕ ਉਹਨਾਂ ਦੀਆਂ ਤਰੱਕੀਆਂ ਹੋਣ ਵਾਲੀਆਂ ਨੇ ਪੈਂਡਿੰਗ ਨੇ ਨਿਯਮਾਂ ਦੇ ਮੁਤਾਬਕ ਉਹ ਪੂਰੇ ਤੇ ਖਰੇ ਉਤਰਦੇ ਆ ਤੇ ਦੇ ਦਿਓ ਤਰੱਕੀਆਂ ਵਧਾ ਦਿਓ ਥੋੜੀ ਥੋੜੀ ਤਨਖਾਹ ਜਿੰਨੀ ਕਿ ਉਹ ਡਿਜ਼ਰਵ ਕਰਦੇ ਆ ਨਿਯਮਾਂ ਦੇ ਮੁਤਾਬਕ ਪਰ ਦੂਸਰੇ ਪਾਸੇ ਅਸੀਂ ਫਿਰ ਕਰਮਚਾਰੀਆਂ ਨੂੰ ਕਹਿੰਨੇ ਆ ਕਿ ਭਾਈ ਲੋਕ ਤੰਗ ਤਾਂ ਨਹੀਂ ਕਿਤੇ ਤੁਹਾਡੇ ਤੋਂ ਲੋਕ ਪਰੇਸ਼ਾਨ ਤਾਂ ਨਹੀਂ ਤੁਸੀਂ ਕੁਰਸੀ ਤੇ ਬਹਿ ਕੇ ਜਦੋਂ ਕੰਮ ਕਰਦੇ ਹੋ ਕਿਤੇ ਇਹ ਤਾਂ ਨਹੀਂ ਕਿਹਨੇ ਫਾਈਲ ਨੂੰ ਟਾਇਰ ਲਾਓ ਭਾਈ ਰੁਪਈਆਂ ਦੇ ਲੋਕਾਂ ਦੀ ਦਿਹਾੜੀ ਤਾਂ ਨਹੀਂ ਡੁੱਟਦੀ ਲੋਕਾਂ ਨਾਲ ਡੀਲ ਚੰਗਾ ਕਰਦੇ ਹੋ ਡੀਸੀ ਦਫ਼ਤਰਾਂ ਦੇ ਵਿੱਚ ਕੀ ਚੰਗੇ ਤਰੀਕੇ ਦੇ ਨਾਲ ਕੰਮ ਹੁੰਦਾ ਕਿ ਰਿਸ਼ਵਤ ਰਿਸ਼ਵਤ ਤਾਂ ਨਹੀਂ ਚਲਦੀ ਮਾੜੀ ਮੁੱਟੀ ਕਿਉਂਕਿ ਮੈਂ ਤਾਂ ਨਹੀਂ ਅਜੇ ਦੇਖਿਆ ਕਿ ਪਾਈ ਕੋਈ ਬੰਦਾ ਪੰਜਾਬ ਦੇ ਵਿੱਚ ਧਰਨੇ ਪ੍ਰਦਰਸ਼ਨ ਦੇ ਵਿੱਚ ਉਹਨੇ ਐਲਾਨ ਕੀਤਾ ਹੋਵੇ ਕਿ ਪਾਈ ਅਸੀਂ ਤਾਂ ਡੀਸੀ ਦਫ਼ਤਰਾਂ ਦੇ ਕਰਮਚਾਰੀਆਂ ਦੇ ਹੱਕ ਚਾ ਮੈਂ ਨਹੀਂ ਕਹਿਣਾ ਕਿ ਤੁਸੀਂ ਗਲਤ ਕਰਦੇ ਹੋ ਨਾ ਸਾਰੇ ਬੰਦੇ ਤੁਹਾਡੇ ਜੋ ਠੀਕ ਹੈ ਤੇ ਨਾ ਸਾਰੇ ਗਲਤ ਹੈ ਜਿਹੜੇ ਸਹੀ ਨੇ ਜਿਹੜੇ ਰਿਸ਼ਵਤ ਤੋਂ ਬਿਨਾਂ ਕੰਮ ਕਰਦੇ ਐ ਜਿਨ੍ਹਾਂ ਨੂੰ ਬਿਲਕੁਲ ਵੀ ਇਸ ਗੱਲ ਦਾ ਲਾਲਚ ਨਹੀਂ ਕਿ ਪਾਈ ਤਨਖਾਹ ਤੋਂ ਬਿਨਾਂ ਅਸੀਂ ਬਾਕੀ ਪੈਸੇ ਕਮਾਉਣੇ ਆ ਉਹਨਾਂ ਨੂੰ ਸਲੂਟ ਹੈ ਤੇ ਬਾਕੀਆਂ ਨੂੰ ਚੁਣੌਤੀ ਵੀ ਰਣੀ ਐ ਹੁਣ ਦੇਖਦੇ ਹਾਂ ਕਿ 10 ਤਰੀਕ ਨੂੰ ਜੇ ਕਲਮਸ਼ੋੜ ਹੜਤਾਲ ਉਹਨਾਂ ਨੇ ਕਰ ਦਿੱਤੀ ਤਾਂ ਮਾਨਸਾਬ ਦੀ ਸਰਕਾਰ ਕਰੂਗੀ ਪਰ ਆਪਾਂ ਦੁਬਾਰਾ ਪਟਵਾਰੀ ਸਹਿਮਾਨਾਂ ਤੇ ਆਉਨੇ ਆਂ ਜਿਹੜੇ 700 ਤੋਂ ਵੱਧ ਪਟਵਾਰੀ ਅਸਲੇ ਟ੍ਰੇਨਿੰਗ ਤੇ ਨੇ ਉਹ ਤਿਆਰ ਨੇ ਉਹ ਕਹਿੰਦੇ ਭਾਵੇਂ ਦੋ-ਦੋ ਦੇ ਦਿਓ ਸਾਨੂੰ ਸਰਕਲ ਪਟਵਾਰ ਸਰਕਲ ਤਨਖਾਹ ਪੂਰੀ ਦਿਓ ਅਜੇ ਸਾਨੂੰ 5000 ਮਿਲਦਾ ਟ੍ਰੇਨਿੰਗ ਪੱਤਾ ਹੁਣ ਜੇ ਮਾਨਸਾਬ ਉਹਨਾਂ ਨੂੰ ਤਨਖਾਹ ਪੂਰੀ ਦੇ ਦਿੰਦੇ ਐ 700 ਪਟਵਾਰੀ ਐ ਮੰਨ ਲਓ ਦੋ-ਦੋ ਸਰਕਲ ਉਹਨਾਂ ਨੂੰ ਦੇ ਦੇ 1400 ਸਰਕਲ ਤੇ ਇਹ ਹੋ ਜਾਣਾ ਫਿਰ ਜਿਨ੍ਹਾਂ ਨੇ ਟੈਸਟ ਪਾਸ ਕਰ ਲਏ ਉਹਨਾਂ ਦੀ ਜੁਆਇਨ ਸਾਲਖੰਡ ਉਹਨਾਂ ਨੂੰ ਟ੍ਰੇਨਿੰਗ ਦੇ ਕੇ ਲਾ ਦੇਣਗੇ ਜਾਨੀ ਕੁਛ ਨਾ ਕੁਛ ਕੰਮ ਰੜਪਣ ਲੱਗੂਗਾ ਪਰ ਇਹ ਮੁੱਦਾ ਕਿੱਥੋਂ ਸ਼ੁਰੂ ਹੋਇਆ ਸੀ ਪਟਵਾਰੀਆਂ ਨੇ ਕਾਨੂੰਗੋ ਸਾਹਿਬ ਨੇ ਹੜਤਾਲ ਤੇ ਜਾਣ ਦੀ ਗੱਲ ਕਿਉਂ ਕੀਤੀ ਸੀ ਤੁਹਾਨੂੰ ਯਾਦ ਹੋਣਾ ਕਿ ਇੱਕ ਪਟਵਾਰੀ ਸਾਹਿਬ ਤੇ ਕਾਨੂੰਗੋ ਸਾਹਿਬ ਦੇ ਉੱਤੇ ਪਰਚਾ ਹੋ ਗਿਆ ਸੀ 2018 ਦਾ ਕੋਈ ਕੇਸ ਸੀ ਅਸੀਂ ਨਹੀਂ ਕਿਨੇ ਪਟਵਾਰੀ ਮਾੜੇ ਨੇ ਬੜੇ ਚੰਗੇ ਪਟਵਾਰੀ ਸਾਹਿਬ ਵੀ ਨੇ ਜਿਹੜੇ ਇਮਾਨਦਾਰੀ ਨਾਲ ਕੰਮ ਕਰਦੇ ਆ ਤਨਖਾਹ ਦੇ ਵਿੱਚ ਗੁਜ਼ਾਰਾ ਕਰਦੇ ਆ ਤੇ ਲੋਕਾਂ ਨੂੰ ਝਟਕਣ ਨਹੀਂ ਦਿੰਦੇ ਪਰ ਹੁਣ ਇੱਕ ਐਗਜ਼ਾਮਪਲ ਸਾਹਮਣੇ ਆਈ ਹੈ ਪਟਵਾਰੀ ਸਾਹਿਬ ਦਾ ਨਾਮ ਬਲਕਾਰ ਸਿੰਘ ਉਹਨਾਂ ਦੀ ਗ੍ਰਿਫਤਾਰੀ ਹੋ ਗਈ ਨਾਲ ਕਾਨੂੰਗੋ ਸਾਹਿਬ ਦੀ ਆਪਾਂ ਬਲਕਾਰ ਸਿੰਘ ਹੋਰਾਂ ਦੇ ਉੱਤੇ ਰਹੀ ਨੇ ਇੱਕ ਐਗਜ਼ਾਮਪਲ ਹੈ ਕਿਉਂਕਿ ਪਟਵਾਰ ਜੂਨੀਅਨ ਨੇ ਕਿਹਾ ਸੀ ਕਿ ਭਾਈ ਸਾਡੇ ਬੰਦਿਆਂ ਨੂੰ ਗਲਤ ਤਰੀਕੇ ਫਸਾਇਆ ਗਿਆ ਐਸ.ਡੀ.ਐਮ ਤੇ ਡੀ.ਸੀ ਸਾਹਿਬ ਨੇ ਕਲੀਨ ਚਿੱਟ ਦੇ ਦਿੱਤੀ ਮੈਂ ਕਹਿੰਦਾ ਜੇ ਬੰਦਾ ਇਮਾਨਦਾਰ ਹੈ ਤੇ ਇਹਦੇ ਤੋਂ ਵੱਧ ਖੁਸ਼ੀ ਦੀ ਗੱਲ ਕਿਹੜੀ ਹੋ ਸਕਦੀ ਹੈ ਕਿ ਸਾਡੇ ਪੰਜਾਬ ਦੇ ਲੋਕਾਂ ਨੂੰ ਸੇਵਾਵਾਂ ਦੇਣ ਵਾਲੇ ਬੰਦੇ ਇਮਾਨਦਾਰ ਨੇ ਸਾਨੂੰ ਤਾਂ ਇਮਾਨਦਾਰੀ ਚਾਹੀਦੀ ਹੈ ਪਰ ਜੋ ਹੁਣ ਅੰਕੜੇ ਸਾਹਮਣੇ ਆਏ ਆ ਵਿਜੀਲੈਂਸ ਦੀ ਜਾਂਚ ਦੇ ਵਿੱਚੋਂ ਜੋ ਕੁਝ ਅਜੇ ਤੱਕ ਸਾਹਮਣੇ ਆ ਰਿਹਾ ਪੁਣ ਪੁਣ ਛਣ ਛਣ ਕੇ ਰੜ ਰੜ ਕੇ 2002 ਦੇ ਵਿੱਚ ਭਰਤੀ ਹੋਏ ਸਰਦਾਰ ਬਲਕਾਰ ਸਿੰਘ ਹੋਰੀ ਐਜ਼ ਏ ਪਟਵਾਰੀ ਤੂੰ ਕਾਹਦਾ ਪਟਵਾਰੀ ਮੁੰਡਾ ਮੇਰਾ ਰੂਬੇ ਅੰਬ ਨੂੰ ਬੜਾ ਕੁਛ ਪੰਜਾਬ ਚ ਬਣਿਆ ਪਟਵਾਰੀ ਦੀ ਤਾਂ ਹੈਸੀਅਤ ਬੜੀ ਉੱਚੀ ਹੁੰਦੀ ਹੈ ਹੁਣ ਉਹ ਕਹਿੰਦੇ ਜੀ ਪਟਵਾਰੀ ਸਾਹਿਬ ਨੂੰ 21 ਸਾਲ ਹੋ ਗਿਆ ਪਟਵਾਰ ਖਾਨੇ ਚ ਕੰਮ ਕਰਦਿਆਂ ਨੂੰ ਤਨਖਾਹ ਮਿਲਦੀ ਐ ਸੋਹਣੀ ਤੇ ਕਿਹੜੇ ਕੇਸ ਦੇ ਵਿੱਚ ਗ੍ਰਿਫਤਾਰੀ ਹੋਈ ਅਜੇ ਜੱਜ ਸਾਹਿਬ ਨੇ ਦੇਖਣਾ ਕਿ ਉਹਨਾਂ ਦੇ ਉੱਤੇ ਲੱਗੇ ਦੋਸ਼ ਠੀਕ ਨੇ ਜਾਂ ਨਹੀਂ 2018 ਦੀ ਕਹਿੰਦੇ ਪੁਰਾਣਾ ਕੇਸ ਹੈ ਇੱਕ ਵਿਅਕਤੀ ਦੀ ਕੋਈ ਕੁਝ ਕਨਾਲ ਜਿਹੜੀ ਉੱਥੇ ਜ਼ਮੀਨ ਸੀ 13 14 ਕਨਾਲ ਨਕਲੀ ਜਾਲੀ ਬੰਦਾ ਖੜਾ ਕਰਕੇ ਨਕਲੀ ਜਾਲੀ ਗਵਾਖੂ ਖੜਾ ਕਰਕੇ ਕਹਿੰਦੇ ਜੀ ਇਹਨਾਂ ਨੇ ਇੱਕ ਨੈਕਸਸ ਜਆ ਬਣਾਇਆ ਤਿੰਨ ਚਾਰ ਸਰਕਾਰੀ ਕਰਮਚਾਰੀ ਕੁਝ ਇੱਕ ਡੀਲਰ ਇਕੱਠੇ ਹੋ ਕੇ ਇੱਕ ਬੰਦੇ ਦੇ ਨਾਂ ਕਰਾਤੀ ਯਾਨੀ ਜ਼ਮੀਨ ਕਿਸੇ ਦੀ ਹੈ ਉਹਨੂੰ ਪਤਾ ਹੀ ਨਹੀਂ ਕਿ ਪਾਈ ਮੇਰੀ ਜ਼ਮੀਨ ਜਿਹੜੀ ਹੈ ਕਿਸੇ ਦੇ ਨਾਂ ਹੋ ਚੁੱਕੀ ਹੈ ਰਲ ਮਿਲ ਕੇ ਵਿਜੀਲੈਂਸ ਵਾਲੇ ਕਹਿੰਦੇ ਜੀ ਇਹਨਾਂ ਨੇ ਕੰਮ ਕੀਤਾ ਜਦੋਂ ਉਹਨੂੰ ਪਤਾ ਲੱਗਾ ਉਹਨੇ ਆਣ ਕੇ ਪਰਚਾ ਕਰਾਤਾ ਕਿ ਭਾਈ ਜ਼ਮੀਨ ਤਾਂ ਮੇਰੀ ਸੀ ਨਾਮ ਹੈ ਕਿਸੇ ਨੂੰ ਰਜਿਸਟਰੀ ਕਰਾਈ ਆ ਮੜ ਜਾ ਭੇਤ ਤਾਂ ਖੋਲੂ ਕਿ ਕਰਾ ਕੇ ਨਹੀਂ ਦਿੱਤਾ ਪਟਵਾਰੀ ਸਾਹਿਬ ਦਾ ਨਾਮ ਬੋਲ ਪਿਆ ਵਿੱਚ ਕਈ ਹੋਰ ਬੰਦਿਆਂ ਦਾ ਬੋਲਿਆ ਪਟਵਾਰੀ ਸਾਹਿਬ ਦੀ ਗ੍ਰਿਫਤਾਰੀ ਹੋ ਗਈ ਜਦੋਂ ਗ੍ਰਿਫਤਾਰੀ ਹੋਈ ਅਸੀਂ ਨਹੀਂ ਕਹਿੰਨੇ ਕਿ ਭਾਈ ਉਹ ਮਾੜੇ ਨੇ ਹੋ ਸਕਦਾ ਬੰਦੇ ਇਮਾਨਦਾਰ ਹੀ ਹੋਣ ਵਧੀਆ ਹੀ ਹੋਣ ਪਰ ਪਤਾ ਲੱਗਾ ਹੈ ਬਿਜ਼ਨਸ ਦੀ ਹੁਣ ਤੱਕ ਦੀ ਜਾਂਚ ਦੇ ਵਿੱਚੋਂ ਕਿ 21 ਸਾਲਾਂ ਦੇ ਵਿੱਚ 4 ਕਰੋੜ ਤੋਂ ਵੱਧ ਦੀ ਪ੍ਰਾਪਰਟੀ ਬਣਾਈ ਹੈ 4 ਕਰੋੜ ਤੋਂ ਵੱਧ ਦੀ ਇਹ ਹੁਣ ਤੱਕ ਦਾ ਅੰਕੜਾ ਮੈਂ ਕਮਾ ਪੜ ਕੇ ਦੱਸ ਦਿੰਨਾ ਫਿਰ ਚੰਗਾ ਰਹੂਗਾ ਕੰਮ ਹੁਣ ਛੜੱਪੇ ਕਿਦਾਂ ਮਾਰਦੀ ਰਹੀ ਪ੍ਰਾਪਰਟੀ ਪ੍ਰਾਪਰਟੀ ਦਾ ਕੰਮ ਤਾਂ ਚੱਲਦਾ ਹੀ ਨਹੀਂ ਜਿਹਨਾਂ ਨੇ ਲਿਖਿਆ ਸੀ ਕਿ ਪਲਾਟ ਖਰੀਦਣ ਤੇ ਵੇਚਣ ਦੀ ਲੈ ਮਿਲੋ ਪਲਾਟ ਹੀ ਪਲਾਟ ਆਹ ਪ੍ਰਾਪਰਟੀ ਡੀਲਰ ਥੱਲੇ ਟੈਲੀਫੋਨ ਨੰਬਰ ਉਹਨਾਂ ਦੇ ਦਫ਼ਤਰਾਂ ਮੋੜੇ ਤੱਕ ਆਉਗੇ ਉਹ ਐਨਓਸੀ ਮਿਲਦੀ ਨਹੀਂ ਰਜਿਸਟਰੀਆਂ ਬਹੁਤੀਆਂ ਹੁੰਦੀਆਂ ਹੀ ਨਹੀਂ ਪਰ ਕਮਾਲ ਦੀ ਗੱਲ ਹੈ ਕਿ 21 ਸਾਲਾਂ ਦੇ ਵਿੱਚ ਪਟਵਾਰੀ ਸਾਹਿਬ ਨੇ 54 ਰਜਿਸਟਰੀਆਂ ਕਰਾਈਆਂ ਆਪਣੇ ਆਪਣੀ ਪਤਨੀ ਤੇ ਆਪਣੀ ਮਾਤਾ ਦੇ ਨਾਲ ਤੇ 54 ਰਜਿਸਟਰੀਆਂ 54 21 ਸਾਲਾਂ ਦੇ ਵਿੱਚ 54 ਦਾ ਮਤਲਬ ਕੀ ਹੋਇਆ 21.42 ਯਾਨੀ ਕਿ ਸਾਲ ਦੇ ਵਿੱਚ 2.5 ਰਜਿਸਟਰੀਆਂ ਦੀ ਔਸਤ ਨਿਕਲਦੀ ਹੈ ਤੇ ਇਹ ਵੀ ਪਤਾ ਲੱਗਿਆ ਕਿ ਜਦੋਂ ਉਹ ਪਟਵਾਰੀ ਲੱਗੇ ਸੀ ਤਾਂ 3 ਸਾਲ ਦੇ ਅੰਦਰ ਅੰਦਰ ਪਹਿਲੀ ਜ਼ਮੀਨ ਉਹਨਾਂ ਨੇ ਖਰੀਦ ਲਈ ਸੀ ਰਜਿਸਟਰੀ ਜਿਹੜਾ ਅੰਕੜਾ 55 ਇਕੜ ਜ਼ਮੀਨ ਉਹਨਾਂ ਨੇ ਬਣਾਈ ਹੈ 21 ਸਾਲਾਂ ਦੇ ਵਿੱਚ 55 ਇਕੜ ਜਾਨੀ ਕਿ ਔਸਤ ਹਰ ਸਾਲ ਉਹ 2.5 ਇਕੜ ਜ਼ਮੀਨ ਖਰੀਦ ਲੈਂਦੇ ਸੀ ਹੁਣ ਪਟਵਾਰੀ ਸਾਹਿਬ ਦੀ ਤਨਖਾਹ ਮੈਨੂੰ ਨਹੀਂ ਪਤਾ ਕਿੰਨੀ ਹੁੰਦੀ ਹੈ ਹੋ ਸਕਦਾ ਹੈ ਕਿ ਉਹਨਾਂ ਦਾ ਹੋਰ ਵੀ ਕੋਈ ਕੰਮ ਹੋਵੇ ਹੋ ਸਕਦਾ ਉਹਨਾਂ ਦੀ ਖੇਤੀਬਾੜੀ ਹੋਵੇ ਹੋ ਸਕਦਾ ਉਹਨਾਂ ਦੀ ਦੁਕਾਨ ਹੋਵੇ ਹੋ ਸਕਦਾ ਪਰਿਵਾਰ ਦਾ ਕੋਈ ਹੋਰ ਜੀ ਵੀ ਕਮਾਈ ਕਰਦਾ ਹੋਵੇ ਤੇ ਇਕੱਠੇ ਹੋ ਕੇ ਖਰੀਦੇ ਹੋਣ ਪਰ 54 ਇਕੜ ਤਾਂ ਬੜੀ ਕਮਾਲ ਦੀ ਗੱਲ ਹੈ ਹੋਰ ਦੇਖੋ ਇਹਦੇ ਤੋਂ ਇਲਾਵਾ ਲੱਖਾਂ ਰੁਪਈਆ ਦੀ ਜ਼ਮੀਨ ਤੇ ਤਾਂ ਬਿਆਨੇ ਵੀ ਕੀਤੇ ਉਹ ਲੱਖ ਰੁਪਈਆ ਦੇ ਕੇ ਕੌਣ ਵਾਲੇ ਸਮੇਂ 'ਚ ਜਿਹੜੀ ਜ਼ਮੀਨ ਖਰੀਦਣੀ ਸੀ ਹੁਣ ਜੇ ਇਸ ਪਟਵਾਰੀ ਸਾਹਿਬ ਦੇ ਬਾਬਤ ਕਿਹਾ ਜਾ ਰਿਹਾ ਹੈ ਨਾ ਕਿ ਪਾਈ ਉਹਨਾਂ ਨੂੰ ਗਲਤ ਫੜਿਆ ਗਿਆ 400 ਗਜ ਦਾ ਇੱਕ ਪਟਿਆਲੇ 'ਚ ਪਲੋਟ ਹੈ ਰਹਿਸ਼ੀ ਦੋ ਕਮਰਸ਼ੀਅਲ ਪਲੋਟ ਨੇ ਇੱਕ ਦੇ ਉੱਤੇ ਕੁਝ ਲੱਖ ਰੁਪਈਆ ਲਾ ਕੇ ਕੰਸਟਰਕਸ਼ਨ ਵੀ ਕੀਤੀ ਹੈ ਹੁਣ ਜੇ 21 ਸਾਲਾਂ ਦੇ ਵਿੱਚ 3-4 ਕਰੋੜ ਰੁਪਏ ਦੀ ਪ੍ਰਾਪਰਟੀ ਖਰੀਦੀ ਜਾ ਸਕਦੀ ਹੈ ਕੁਝ ਹੋਰ ਪ੍ਰਾਪਰਟੀਆਂ ਦੇ ਬਿਆਨੇ ਕੀਤੇ ਜਾ ਸਕਦੇ ਆ ਕਮਰਸ਼ੀਅਲ ਤੇ ਰਹਿਸ਼ੀ ਪਲਾਟ ਖਰੀਦੇ ਜਾ ਸਕਦੇ ਆ ਫਿਰ ਤਾਂ ਠੀਕ ਹੈ ਭਾਈ ਫਿਰ ਕੌਣ ਉਂਗਲ ਕਰ ਸਕਦਾ ਫਿਰ ਕਿਹੜਾ ਬੰਦਾ ਆਖ ਸਕਦਾ ਕਿ ਭਾਈ ਕਹਾਣੀ ਕਿੱਧਰ ਹੈ ਅਸੀਂ ਤਾਂ ਕਹਿੰਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇ ਜਿਹੜੇ ਬੰਦੇ ਇਮਾਨਦਾਰ ਨੇ ਜਿਹੜੇ ਬੰਦੇ ਕਿਸੇ ਤੋਂ ਚਾਹ ਨਹੀਂ ਪੀਂਦੇ ਜਿਹੜੇ ਕਿਸੇ ਤੋਂ ਪਾਣੀ ਦਾ ਗਲਾਸ ਤੱਕ ਲੈ ਕੇ ਨਹੀਂ ਪੀਂਦੇ ਜੀ ਉਹਨਾਂ ਬੰਦਿਆਂ ਦੇ ਉੱਤੇ ਉਂਗਲ ਉੱਠਦੀ ਆ ਤਾਂ ਬਹੁਤ ਮਾੜਾ ਉਹ ਬੰਦੇ ਤਾਂ ਇਮਾਨਦਾਰ ਹੁੰਦੇ ਆ ਭਾਈ ਉਹਨਾਂ ਨੂੰ ਤੇ ਉਂਗਲ ਵੀ ਕਰ ਜਵੇ ਤਾਂ ਉਹਨਾਂ ਨੂੰ ਗੋਲੀ ਲੱਗਣ ਜੰਨੀ ਸੱਟ ਲੱਗਦੀ ਹੁੰਦੀ ਹੈ ਕਿ ਭਾਈ ਮੇਹ ਵਾਲੇ ਉਂਗਲ ਕਰਤੀ ਪਰ ਜੇ ਕਿਸੇ ਨੇ ਫਰਦ ਦੇਣ ਲੱਗਿਆਂ ਰਜਿਸਟਰੀ ਕਰਨ ਲੱਗਿਆਂ ਇੰਤਕਾਲ ਚੜਾਉਣ ਲੱਗਿਆਂ ਕੁਝ ਹੋਰ ਦਸਤਖਤ ਕਰਨ ਲੱਗਿਆਂ ਕੋਈ ਵਸੀਅਤ ਦਾ ਕੰਮਕਾਰ ਆ ਗਿਆ ਉਹ ਕਰਨ ਲੱਗਿਆਂ ਰੁਪਈਏ ਮੁਛੇ ਆ ਕਿਸੇ ਤੋਂ ਲਏ ਆ ਮੋٹے ਨੋਟ ਫਿਰ ਤਾਂ ਭਾਈ ਇਨਕੁਆਰੀ ਹੋਣੀ ਚਾਹੀਦੀ ਹੈ ਕਿਉਂਕਿ ਜੇ ਕਿਸੇ ਨੇ ਪ੍ਰਾਪਰਟੀ ਬਣਾਈ ਹੈ ਜੇ ਕਿਸ ਨੇ ਆਲੀਸ਼ਾਨ ਘਰ ਬਣਾਇਆ ਹੈ ਉਹਦੇ ਵਿੱਚ ਆਲੀਸ਼ਾਨ ਫਰਨੀਚਰ ਪਾਇਆ ਹੈ ਜੇ ਕਿਸ ਨੇ ਕਾਰ ਲਈ ਹੈ ਸਾਰਾ ਕੁਝ ਹੈ 12 ਮਹੀਨਿਆਂ ਦੇ ਵਿੱਚ ਤਨਖਾਹ ਕਿੰਨੀ ਐਨੀ ਪ੍ਰਾਪਰਟੀ ਕਿੰਨੀ ਖਰੀਦੀ ਐਨੀ ਹਾਲਾਂਕਿ ਉਹ ਸਰਕਾਰੀ ਕੀਮਤ ਹੀ ਉਹਨੇ ਕਲੈਕਟਰ ਰੇਟ ਹੀ ਦੱਸਿਆ ਜੇ ਬਾਜ਼ਾਰ ਕੀਮਤ ਨਹੀਂ ਦੱਸੀ ਕਿਉਂਕਿ ਬਾਜ਼ਾਰ ਕੀਮਤ ਆਪਾਂ ਨੂੰ ਪਤਾ ਕਿ 10 ਲੱਖ ਦੀ ਰਜਿਸਟਰੀ ਉਹਦਾ 25-30 ਲੱਖ ਦਾ ਕੰਮ 20 ਲੱਖ ਰੁਪਈਆ ਤੋਂ ਉੱਪਰ ਥਲੇ ਹੋ ਜਾਂਦਾ ਕੰਮ ਅਜੇ ਆਪਾਂ ਕਲੈਕਟਰ ਰੇਟ ਦੀ ਗੱਲ ਕਰ ਰਹੇ ਹਾਂ ਤਾਜੇ ਬਾਜ਼ਾਰ ਕੀਮਤ ਦੇ ਮੁਤਾਬਕ ਕੰਮ ਚੱਲੀਏ ਬੇ ਤਾਂ ਬਹੁਤ ਗਾਂਹ ਤੱਕ ਚਲੇ ਜਾਂਦਾ ਸੋ ਅਸੀਂ ਤਾਂ ਪਾਈ ਇਹ ਹੀ ਬੇਨਤੀ ਕਰਦੇ ਆ ਕਿ ਜਿਹੜਾ ਤੁਹਾਡੇ ਉੱਤੇ ਵਾਧੂ ਭਾਰ ਪਾਇਆ ਗਿਆ ਸੀ ਪਟਵਾਰੀਆਂ ਦੇ ਉੱਤੇ ਵੱਧ ਸਰਕਲਾਂ ਦਾ ਉਹ ਗਲਤ ਸੀ ਪਟਵਾਰੀ ਭਰਤੀ ਕਰਨੇ ਚਾਹੀਦੇ ਆ ਸਾਡੇ ਮੁੰਡੇ ਕੁੜੀਆਂ ਨੂੰ ਨੌਕਰੀ ਮਿਲੇ ਤੁਹਾਡੇ ਤੇ ਕੰਮ ਦਾ ਬੋਝ ਘੱਟ ਹੋਵੇ ਤੁਹਾਨੂੰ ਬੰਦੇ ਨਾ ਰੱਖਣੇ ਪੈਣ ਲੋਕਾਂ ਦਾ ਕੰਮ ਵਿਲੇ ਸਰੋਜਵੇ ਲੋਕਾਂ ਨੂੰ ਰਿਸ਼ਵਤ ਨਾ ਦੇਣੀ ਪਵੇ ਜੇ ਤੁਹਾਡੀ ਤਰੱਕੀ ਤਰੁੱਕੀ ਰਹਿੰਦੀ ਆ ਤਾਂ ਉਹ ਵੀ ਹੋ ਜਵੇ ਜੇ ਕਾਗਜ਼ ਪੱਤਰ ਤੁਹਾਡੇ ਲੱਗਦੇ ਪੈਨ ਸਿਆਹੀ ਲੱਗਦੀ ਹੈ ਕੋਈ ਤਾਂ ਉਹਦਾ ਖਰਚਾ ਸਰਕਾਰ ਦੇਵੇ ਤੁਸੀਂ ਕਿਉਂ ਦੋ ਪੱਲਿਓ ਭਾਈ ਤੁਸੀਂ ਵੀ ਤਾਂ ਨਿਆਣੇ ਪਾਲਣੇ ਆ ਪਰ ਜੇ ਫਿਰ ਤੁਹਾਡੇ ਵਿੱਚੋਂ ਕੋਈ ਬੰਦਾ ਦੋ ਨੰਬਰ ਦੇ ਵਿੱਚ ਲੋਕਾਂ ਨੂੰ ਤੰਗ ਪਰੇਸ਼ਾਨ ਕਰਦਾ ਹੈ ਜੇ ਕੋਈ ਤੁਹਾਡੇ ਵਿੱਚੋਂ ਬੰਦਾ ਰਿਸ਼ਵਤ ਲੈਂਦਾ ਹੈ ਜੇ ਕੋਈ ਫਿਰ ਐਡੇ ਮੋਟੀਆਂ-ਮੋਟੀਆਂ ਪ੍ਰਾਪਰਟੀਆਂ ਬਣਾਉਂਦਾ ਹੈ ਜੇ ਉਹਦੇ ਉੱਤੇ ਜਾਂਚ ਪਰਚਾ ਚੱਲਦੀ ਹੈ ਤਾਂ ਫਿਰ ਤੁਹਾਨੂੰ ਉਹਦੇ ਖਿਲਾਫ ਹੋਣਾ ਚਾਹੀਦਾ ਫਿਰ ਤੁਹਾਨੂੰ ਤਾਂ ਉਸ ਤਰ੍ਹਾਂ ਦੀ ਜਾਂਚ ਦਾ ਸਵਾਗਤ ਕਰਨਾ ਚਾਹੀਦਾ ਕਿ ਭਾਈ ਅਸੀਂ ਠੋਕ ਬਜਾ ਕੇ ਤੇ ਸਵਾਗਤ ਕਰਦੇ ਹਾਂ ਹੋਰ ਆਪਾਂ ਕੀ ਕਰਨਾ ਠੋਕ ਬਜਾ ਕੇ ਸਵਾਗਤ ਕਰਨਾ ਚਾਹੀਦਾ ਤੇ ਜੂਨੀਅਨ ਦੇ ਵਿੱਚ ਮਤੇ ਵੀ ਪਾਣੇ ਚਾਹੀਦੇ ਆ ਕਿ ਪਾਈ ਇਸ ਬੰਦੇ ਤੇ ਦੋਸ਼ ਲੱਗੇ ਆ ਜਦੋਂ ਤੱਕ ਇਹਨਾਂ ਦੋਸ਼ਾਂ ਦਾ ਨਿਪਟਾਰਾ ਨਹੀਂ ਹੁੰਦਾ ਅਸੀਂ ਲੰਬੇ ਹੁੰਨੇ ਆ ਕਿਉਂਕਿ ਆਮ ਲੋਕਾਂ ਦਾ ਜੇ ਸਮਰਥਨ ਨਹੀਂ ਮਿਲਦਾ ਤਾਂ ਕੋਈ ਸੰਘਰਸ਼ ਨਹੀਂ ਸਫਲ ਹੁੰਦਾ ਇਹ ਗੱਲ ਕਲੀਅਰ ਹੈ ਜੇ ਆਮ ਲੋਕਾਂ ਦੀ سپورਟ ਨਹੀਂ ਮਿਲਦੀ ਤਾਂ ਫਿਰ ਨਹੀਂ ਗੱਲ ਹੋਣੀ ਹੁਣ ਪਟਵਾਰੀਆਂ ਦੀ ਅੱਧੀ ਘੜਤਾਲ ਚੱਲਦੀ ਹੈ ਡੀਸੀ ਦਫ਼ਤਰਾਂ ਦੇ ਕਰਮਚਾਰੀਆਂ ਨੇ ਹੜਤਾਲ ਕਰਨ ਦਾ ਐਲਾਨ ਕਰ ਦਿੱਤਾ ਹੈ 11 ਤਰੀਕ ਤੋਂ ਹੁਣ ਸਰਕਾਰ ਇਸ ਮੁੱਦੇ ਦੇ ਉੱਤੇ ਕਿੰਨੇ ਕ ਬਦਲਵੇਂ ਪ੍ਰਬੰਧ ਕਰਨ ਦੇ ਵਿੱਚ ਕਾਮਯਾਬ ਹੁੰਦੀ ਹੈ ਜਾਂ ਫਿਰ ਕੰਮ ਅਧ ਵਿਚਾਲੇ ਅੜ ਜਾਂਦਾ ਇਹਦੇ ਉੱਤੇ ਹਾਲ ਦੀ ਘੜੀ ਜੜੀਆਂ ਨਜ਼ਰਾਂ ਟਿਕੀਆਂ ਰਹਿਣਗੀਆਂ ਸਾਡਾ ਲੀਡਰ ਨਹੀਂ ਅਜੇ ਤੱਕ ਆਇਆ ਤੁਸੀਂ ਕਿੰਨਾ ਯਕੀਨ ਕਰ ਲਿਆ ਨੇ ਲੀਡਰਾਂ ਤੇ ਲੀਡਰ ਸਾਹਿਬ ਆਉਣਗੇ ਤਬਦੀਲੀ ਕਰ ਦੇਣਗੇ ਲੀਡਰ ਸਾਹਿਬ ਜਿਹੜੇ ਨੇ ਆ ਕਰ ਦੇਣਗੇ ਪਰ ਸਾਡਾ ਸੰਧਾਲੀਆ ਥੋੜੋ ਆਇਆ ਹੁਣ ਤੁਸੀਂ ਦੇਖੋ ਕਿੰਨਾ ਚਿਰ ਹੋ ਗਿਆ ਆਪਾਂ ਗੱਲਾਂ ਬਾਤਾਂ ਕਰੀ ਜਾਂਦੇ ਆ ਤੁਸੀਂ ਟਿੱਪਣੀਆਂ ਕਰੀ ਜਾਂਦੇ ਆ ਆਪਾਂ ਪੰਜਾਬ ਵਾਲੇ ਗੱਠ ਜੁੜ ਤੇ ਚਰਚਾ ਕਰ ਲਈ ਆਪਾਂ ਪਟਵਾਰੀਆਂ ਤੇ ਚਰਚਾ ਕਰ ਲਈ ਆਪਾਂ ਡੀਸੀ ਦਫ਼ਤਰਾਂ 'ਚ ਵੀ ਗੇੜਾ ਮਾਰ ਕੇ ਆ ਗਏ ਥੋੜੀ ਵੀ ਕੋਈ ਯਾਦ ਹੋਵੇ ਮੈਂ ਕਹਿੰਦਾ ਕਿ ਅਜ ਇਮਾਨਦਾਰ ਜਿਹੜੇ ਕਰਮਚਾਰੀ ਅਧਿਕਾਰੀ ਜੇ ਤੁਹਾਨੂੰ ਉਹਨਾਂ ਦੇ ਨਾਲ ਜਿੱਦਾਂ ਵਾਅਦਾ ਪਿਆ ਸਾਰਿਆਂ ਦਾ ਪਿਆ ਹੋਊਗਾ ਮੇਰਾ ਤਾਂ ਪਿਆ ਕਈ ਇਮਾਨਦਾਰ ਬੰਤਿਆਂ ਨਾਲ ਵਾਹ ਜਿਹੜੇ ਸਰਕਾਰੀ ਡਿਊਟੀ ਦੇ ਵਿੱਚ ਆ ਸਰਕਾਰੀ ਸੇਵਾ ਦੇ ਵਿੱਚ ਨੇ ਪਰ ਕੰਮ ਇਮਾਨਦਾਰੀ ਨਾਲ ਕਰਦੇ ਆ ਤੁਹਾਡਾ ਵੀ ਕਦੇ ਵਾਅਦਾ ਪਿਆ ਹੋਣਾ ਬੇਈਮਾਨਾਂ ਦਾ ਤੁਸੀਂ ਟਿੱਪਣੀ ਝਟ ਲਿਖ ਦਿੰਦੇ ਹੋ ਕਿਸੇ ਵੀ ਵਿਭਾਗ ਵਿੱਚ ਹੋਵੇ ਸਰਕਾਰੀ ਤਾਂ ਜੇ ਕਿਸੇ ਇਮਾਨਦਾਰ ਅਫਸਰ ਦੇ ਨਾਲ ਕਰਮਚਾਰੀ ਨਾਲ ਵਾਅਦਾ ਪਿਆ ਤਾਂ ਫਿਰ ਜ਼ਰੂਰ ਤੁਸੀਂ ਉਹਦੀ ਵੀ ਟਿੱਪਣੀ ਕਰਦੇ ਹੋ ਹੁਣ ਆਪਾਂ ਚੱਲਦੇ ਆ ਸਿਆਸੀ ਪਾਰਟੀਆਂ ਦੀਆਂ ਛਲਾਂਗਾਂ ਵੱਲ ਸੇ ਅਸੀ ਪਾਰਟੀਆਂ ਤਾਂ ਛਾਲਾ ਮਾਰ ਰਹੀਆਂ ਰਾਜਸਥਾਨ ਦੇ ਵਿੱਚ ਚੋਣਾਂ ਨੇ ਹਰਿਆਣਾ ਦੇ ਵਿੱਚ ਵੋਟਾਂ ਨੇ ਮੱਧ ਪ੍ਰਦੇਸ਼ ਦੇ ਵਿੱਚ ਵੋਟਾਂ ਨੇ ਭਾਰਤੀ ਜਨਤਾ ਪਾਰਟੀ ਨੇ ਯਾਤਰਾ ਦਾ ਸਿਲਸਲਾ ਸ਼ੁਰੂ ਕਰਤਾ ਜੇਪੀ ਨੱਡਾ ਸਾਹਿਬ ਭਾਜਪਾ ਦੇ ਕੌਮੀ ਪ੍ਰਧਾਨ ਨੇ ਉਹ ਮੱਧ ਪ੍ਰਦੇਸ਼ ਦੇ ਵਿੱਚ ਗਏ ਤੇ ਜਿਹੜੀ ਭਾਰਤੀ ਜਨਤਾ ਪਾਰਟੀ ਨੇ ਉੱਥੇ ਪਹਿਲੀ ਯਾਤਰਾ ਕਰਨੀ ਹੈ ਉਸ ਯਾਤਰਾ ਨੂੰ ਉਹਨਾਂ ਨੇ ਹਰੀ ਝੰਡੀ ਦਿੱਤੀ ਹੁਣ 5 ਯਾਤਰਾਵਾਂ ਕੱਢਣੀਆਂ ਮੱਧ ਪ੍ਰਦੇਸ਼ ਦੇ ਵਿੱਚ ਬੀਜੇਪੀ ਨੇ ਥਾਂ-ਥਾਂ ਦੇ ਉੱਤੇ ਯਾਤਰਾ ਰੁਕਿਆ ਕਰੂਗੀ ਵੱਡੇ ਲੀਡਰ ਯਾਤਰਾ ਸ਼ਾਮਲ ਹੋਇਆ ਕਰਨਗੇ ਪਾਰਟੀ ਦੇ ਵਰਕਰਾਂ ਨੂੰ ਉਤਸ਼ਾਹ ਦੇਣਾ ਕਿਉਂਕਿ ਮੱਧ ਪ੍ਰਦੇਸ਼ ਦੇ ਵਿੱਚ ਬੀਜੇਪੀ ਦੀ ਪੂਰੀ ਕੋਸ਼ਿਸ਼ ਹੈ ਕਿ ਸਾਡੀ ਸਰਕਾਰ ਬਚੀ ਰਹੇ ਸ਼ਿਵਰਾਜ ਸਿੰਘ ਚੋਹਾਨ ਹੋਰਾਂ ਦੀ ਅਗਵਾਈ ਦੇ ਵਿੱਚ ਅਸੀਂ ਜਿੱਤ ਪ੍ਰਾਪਤ ਕਰ ਲਈਏ ਜਿੱਤ ਹੁੰਦੀ ਹੈ ਕਿ ਨਹੀਂ ਹੁੰਦੀ ਕਿਉਂਕਿ ਜੋਰ ਪ੍ਰਿਅੰਕਾ ਗਾਂਧੀ ਨੇ ਵੀ ਪੂਰਾ ਲਾਇਆ ਕਸਰ ਰਾਹੁਲ ਗਾਂਧੀ ਵੀ ਉੱਥੇ ਕੋਈ ਨਹੀਂ ਛੱਡ ਰਿਹਾ ਕਦੇ ਕਿਸੇ ਦੇ ਘਰੇ ਜਾ ਕੇ ਰੋਟੀ ਖਾਂਦੇ ਆ ਕਦੇ ਮੋਟਰਸਾਈਕਲ ਠੀਕ ਕਰਦੇ ਆ ਕਦੇ ਲਾਲੂ ਪ੍ਰਸਾਦ ਯਾਦਵ ਤੋਂ ਮਟਰਨ ਬਣਾਉਣਾ ਸਿੱਖਦੇ ਆ ਬਰੀਆਨੀ ਬਣਾਉਣਾ ਸਿੱਖਦੇ ਆ ਕਦੇ ਉਹ ਜਿਹੜਾ ਸਕੂਟੀ ਦੇ ਉੱਤੇ ਜਾ ਕੇ ਡਿਲੀਵਰੀ ਬੁਆਏ ਆ ਉਹਦੇ ਪਿੱਛੇ ਬੈਂਦੇ ਆ ਕਦੇ ਟਰੱਕ 'ਚ ਸਫਰ ਕਰਦੇ ਆ ਐਵੇਂ ਤਾਂ ਨਹੀਂ ਕਰਦੇ ਇੰਨੀ ਗਰਮੀ 'ਚ ਨਹੀਂ ਤਾਂ ਕਿਦਾ ਜੀ ਕਰਦਾ ਉਹਨਾਂ ਨੂੰ ਵੀ ਪਤਾ ਕਿ ਭਾਈ ਮੱਧ ਪ੍ਰਦੇਸ਼ ਦੇ ਵਿੱਚ ਟੱਕਰ ਸਖਤ ਹੈ ਹੁਣ ਭਾਜਪੀ ਦੀਆਂ ਯਾਤਰਾਵਾਂ ਟੁੰਬਦੀਆਂ ਨੇ ਮੱਧ ਪ੍ਰਦੇਸ਼ ਦੇ ਵੋਟਰ ਨੂੰ ਜਾਂ ਰਾਹੁਲ ਗਾਂਧੀ ਸਾਹਿਬ ਦਾ ਬਰੀਆਨੀ ਬਣਾਉਣ ਦਾ ਢੰਗ ਟੁੰਬਦਾ ਜਾਂ ਪ੍ਰਿਅੰਕਾ ਗਾਂਧੀ ਦਾ ਭਾਸ਼ਣ ਟੁੰਬਦਾ ਹੁਣ ਇਹ ਵੀ ਆਪਾਂ ਨੂੰ ਦੇਖਣਾ ਪਊਗਾ ਮੱਧ ਪ੍ਰਦੇਸ਼ ਤੋਂ ਗੱਡੀ ਮੋੜ ਕੇ ਰਾਜਸਥਾਨ ਲੈ ਆਉਨੇ ਆ ਰਾਜਸਥਾਨ 'ਚ ਕੀ ਹੋਇਆ ਰਾਜਸਥਾਨ ਦੇ ਵਿੱਚ ਬੀਤੇ ਕੱਲ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਸਾਹਿਬ ਗਏ। ਲਗਾਤਾਰ ਦੋ ਦਿਨ ਲਾਇ ਦੋਨਾਂ ਲੀਡਰਾਂ ਨੇ। ਇੱਕ ਦਿਨ ਲਾਇਆ ਹਰਿਆਣੇ 'ਚ। ਦੂਸਰਾ ਦਿਨ ਲਾਇਆ ਜੈਪੁਰ ਰਾਜਸਥਾਨ 'ਚ। ਹੁਣ ਕੀਤਾ ਕੀ? ਰਾਜਸਥਾਨ ਦੇ ਵਿੱਚ ਉਹਨਾਂ ਨੇ ਪਾਰਟੀ ਵਰਕਰਾਂ ਲੀਡਰਾਂ ਨਾਲ ਮੁਲਾਕਾਤ ਕੀਤੀ, ਮੀਟਿੰਗ ਕੀਤੀ, ਕਾਠ ਬਾਵਾ ਸੀ। ਤੇ ਉੱਥੇ ਜਾ ਕੇ ਫਿਰ ਲੀਡਰਾਂ ਨੇ ਕਿਹਾ ਦੋਨਾਂ ਨੇ। ਉਹ ਕਹਿੰਦੇ ਜੀ ਦੇਖੋ ਤੁਸੀਂ ਭਾਜਪਾ ਵੀ ਪਰਖ ਲਈ, ਤੁਸੀਂ ਕਾਂਗਰਸ ਵੀ ਪਰਖ ਲਈ। ਕਾਂਗਰਸ ਤੇ ਘਾਟੀ ਵਰੇ ਵੈਸੀ। ਪਹਿਲੇ ਨਾਲੋਂ ਘੱਟ ਟੋਨ ਥੋੜੀ ਨਰਮ ਹੋਈ ਅੱਗੇ ਨਾਲੋਂ ਹੁਣ ਉੱਥੇ ਕਿਹਾ ਕਿ ਉਹ ਕਹਿੰਦੇ ਜੀ ਤੁਸੀਂ ਸਾਰੇ ਪਰਖ ਲੇ ਕਰੀ ਸਾਨੂੰ ਦਿਓ ਮੌਕਾ ਤੇ ਜਿਹੜੀ ਗੱਲ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਸਾਹਿਬ ਕਰਦੇ ਸੀ ਪੰਜਾਬ ਦੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਪੰਜਾਬ ਕੇ ਲੋਕੋ ਆਪਕੇ ਦਿੱਲੀ ਮੇ ਬਹੁਤ ਸਾਰੇ ਸਗੇ ਸੰਬੰਧੀ ਹੋਣਗੇ ਦੋਸਤ ਮਿੱਤਰ ਹੋਣਗੇ ਆ ਪਹਿਲੇ ਵਾਹਾਂ ਪਰ ਫੋਨ ਕਰਕੇ ਪੁੱਛੀਏ ਕਿ ਅਰਵਿੰਦ ਕੇਜਰੀਵਾਲ ਨੇ ਕੰਮ ਕੀਤਾ ਹੈ ਕਿ ਨਹੀਂ ਕੀਤਾ اگر وہ لوگ کہیں کہ انہوں نے کوئی کام نہیں کیا تو ہم کو ووٹ مت دینا اگر وہ کہیں کہ ہم نے کام کیا ہے تو ہمیں ووٹ ضرور دینا ایک بار موقع دیجئے یہ گل انہوں نے پنجاب چ کہی سی کہ بھائی اسی دلی دے وچ کام کیتا ہے تے پنجاب دے لوکوں اوتھے پوچھ لو تے پوچھ کے سਾਨੂੰ ووٹ پا دیو ہن وہ Rajasthan چ بھی وہی کہہ کے آئے ہیں وہ کہندے دلی والے نوں پوچھ لو تے پنجاب والے نوں پوچھ لو کہ دونوں ہی صوبیاں دے وچ عام آدمی پارٹی دی سرکار ہے اسی کام کیتا کہ نہیں کیتا ਤੇ ਜੇ ਕਹਿੰਦੇ ਤੁਹਾਨੂੰ ਲੱਗਦਾ ਕਿ ਅਸੀਂ ਕੰਮ ਕੀਤਾ ਤਾਂ ਸਾਨੂੰ ਵੋਟ ਪਾ ਦਿਓ ਤੇ ਜੇ ਦਿੱਲੀ ਤੇ ਪੰਜਾਬ ਦੇ ਲੋਕ ਕਹਿੰਣ ਕਿ ਇਹਨਾਂ ਨੇ ਕੱਖ ਨਹੀਂ ਕੀਤਾ ਸਾਨੂੰ ਵੋਟ ਨਾ ਪਾਇਓ ਹੁਣ ਆਮ ਆਦਮੀ ਪਾਰਟੀ ਦਾ ਯਤਨ ਹੈ ਕਿ ਭਾਈ ਅਸੀਂ ਖਾਤਾ ਖੋਲੀਏ ਦੇਖੋ ਇੱਕ ਗੱਲ ਪੱਥਰ ਤੇ ਲਕੀਰ ਹੈ ਆਮ ਆਦਮੀ ਪਾਰਟੀ ਉਸ ਸਥਿਤੀ ਚ ਰਾਜਸਥਾਨ ਚ ਨਹੀਂ ਕਿ ਇਹਨਾਂ ਨੂੰ ਆਪਾਂ ਮੁੱਖ ਮੁਕਾਬਲੇ ਚ ਮੰਨੀਏ ਮੁੱਖ ਮੁਕਾਬਲਾ ਕਾਂਗਰਸ ਤੇ ਭਾਜਪਾ ਦਾ ਹੀ ਹੈ ਆਮ ਆਦਮੀ ਪਾਰਟੀ ਤਾਂ ਉੱਥੇ 5-6% ਵੋਟਾਂ ਲੈ ਜਵੇ ਖਾਤਾ ਖੋਲ ਕੇ 2-3 ਐਮਐਲਏ ਬਣਾ ਲਵੇ ਇੱਥੇਕ ਤੱਕ ਹੀ ਦੌੜ ਹੈ ਉਹਨਾਂ ਨੇ ਜਿਹੜੇ ਸਪੋਕਸਪਰਸਨ ਨੇ ਉਹਨਾਂ ਦੀ ਸੂਚੀ ਐਲਾਨ ਕਰ ਦਿੱਤੀ ਇਹਦੇ ਤੋਂ ਇੱਕ ਦਿਨ ਪਹਿਲਾਂ ਆਏ ਸੀ ਉਹ ਹਰਿਆਣਾ ਉੱਥੇ ਦੀ ਗੱਲ ਬੜੀ ਦਿਲਚਸਪ ਹੈ ਉੱਥੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਹਿਬ ਕਿਉਂਕਿ ਉੱਥੇ 4000 ਅਹੁਦੇਦਾਰ ਐ ਲੈਣੇ ਸੀ ਆਮ ਆਦਮੀ ਪਾਰਟੀ ਉਹਨਾਂ ਨੂੰ ਸੋਚ ਕੋਣੀ ਸੀ ਆ ਪੰਜਾਬ ਚ ਵੀ ਸੋਚ ਕਾਈ ਸੀ ਇਹ ਸਮਝ ਜ਼ਰੂਰ ਚੁਕਾਉਂਦੇ ਜਦੋਂ ਕਿਸੇ ਨੂੰ ਆਪਣੀ ਪਾਰਟੀ ਦੇ ਵਿੱਚ ਅਹੁਦਾ ਦਿੰਦੇ ਆ ਤੇ ਸੋਚ ਕਾਉਣ ਤੋਂ ਪਹਿਲਾਂ ਕੱਠ ਵੱਡਾ ਸੀ ਉੱਥੇ ਭਗਵੰਤ ਮਾਨ ਸਾਹਿਬ ਕਹਿੰਦੇ ਜੀ ਪੰਜਾਬ ਤੇ ਹਰਿਆਣੇ ਦਾ ਤਾਂ ਸੰਬੰਧ ਬੜਾ ਗੂੜਾ ਆਪਾਂ ਤੇ ਇੱਕੋ ਹੀ ਹੁੰਦੇ ਸੀ ਥੋਡੀਆਂ ਪੰਜਾਬ ਚ ਰਿਸ਼ਤੇਦਾਰੀਆਂ ਪੰਜਾਬ ਦੀਆਂ ਕੰਬਾਈਨਾਂ ਤੁਹਾਡੇ ਆਉਂਦੀਆਂ ਥੋਡੀਆਂ ਕੰਬਾਈਨਾਂ ਪੰਜਾਬ ਚ ਜਾਂਦੀਆਂ ਪੰਜਾਬ ਦੇ ਟਰੱਕ ਥੋੜੇ ਆਉਂਦੇ ਥੋੜੇ ਟਰੱਕ ਪੰਜਾਬ ਚ ਜਾਂਦੇ ਕਿਸਾਨਾਂ ਦੇ ਤਾਂ ਬਹੁਤੇ ਸੰਬੰਧ ਹੈ ਉਹ ਕਹਿੰਦੇ ਬਸ ਟੈਲੀਫੋਨ ਕਰਕੇ ਪੁੱਛ ਲਿਓ ਕਿ ਭਗਵੰਤ ਮਾਨ ਨੂੰ ਤੁਸੀਂ ਵੋਟਾਂ ਪਾਈਆਂ ਸੀ ਕੋਈ ਕੰਮ ਹੋਇਆ ਕਿ ਨਹੀਂ ਹੋਇਆ ਫਿਰ ਉਹ ਕਹਿੰਦੇ ਜੀ ਬਿਜਲੀ ਆਉਂਦੀ ਹੈ ਬਿੱਲ ਕਿੰਨਾ ਆਉਂਦਾ ਪੁੱਛਿਆ ਵਿੱਚੋਂ ਵਿੱਚੋਂ ਉਹ ਕਹਿੰਦੇ ਪੰਜਾਬ ਚ ਨਹੀਂ ਬਿੱਲ ਆਉਂਦਾ ਦਿੱਲੀ ਚ ਵੀ ਨਹੀਂ ਬਿੱਲ ਆਉਂਦਾ ਤਾਂ ਤੁਹਾਡੇ ਹਰਿਆਣੇ ਕਿਉਂ ਆਉਂਦਾ ਤੇ ਸਭ ਤੋਂ ਮਹਿੰਗੀ ਬਿਜਲੀ ਕਿਉਂ ਆ ਤੁਹਾਡੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਬਿਜਲੀ ਅੰਦੋਲਨ ਚਲਾਇਆ ਸੀ ਇਹਨਾਂ ਨੇ ਉੱਥੇ ਉਹ ਪੰਜਾਬ ਦੇ ਜ਼ੀਰੋ ਬਿੱਲਾਂ ਦੀਆਂ ਲਿਸਟਾਂ ਲੈ ਕੇ ਜਾਂਦੇ ਸੀ ਦਿੱਲੀ ਦੇ ਜ਼ੀਰੋ ਬਿੱਲਾਂ ਦੀਆਂ ਤੇ ਹਰਿਆਣਿਆਂ ਦੇ ਬਿੱਲ ਚੁੱਕੀ ਵਰਦੇ ਆ 2000 ਤੇ 3000 ਤੇ 4000 ਤੇ ਵਾਦਾ ਕੀਤਾ ਕਿ ਭਾਈ ਅਸੀਂ ਬਿਜਲੀ ਦੇ ਬਿੱਲ ਜਿਹੜੇ ਆ ਉਹ ਜ਼ੀਰੋ ਕਰ ਦਿਆਂਗੇ ਹਰਿਆਣਿਆਂ ਵਾਲੇ ਸਾਨੂੰ ਵੋਟਾਂ ਬਾ ਦਿਓ ਬਾਰ-ਬਾਰ ਕਿਹਾ ਉਹ ਕਹਿੰਦੇ ਜੇ ਕੇਜਰੀਵਾਲ ਕਰ ਸਕਦਾ ਭਗਵੰਤ ਮਾਨ ਕਰ ਸਕਦਾ ਤਾਂ ਮਨੂੰ ਉਹਨਾਂ ਨੇ ਖੱਟਰ ਸਾਹਿਬ ਕਿਉਂ ਨਹੀਂ ਕਰ ਸਕਦੇ ਬੜਾ ਰੌਲਾ ਰੱਪਾ ਪਿਆ ਹੁਣ ਉੱਥੇ ਜਦੋਂ ਬਾਰ-ਬਾਰ ਕਹਿੰਦੇ ਆ ਕਿ ਭਾਈ ਟੈਲੀਫੋਨ ਕਰਕੇ ਪੁੱਛ ਲੋ ਹਰਿਆਣੇ 'ਚ ਵੀ ਕੋਸ਼ਿਸ਼ ਉਹਨਾਂ ਦੀ ਇਹੀ ਹੈ ਹਰਿਆਣੇ ਦਾ ਸ਼ੋਰਾ ਇੱਕ ਸਲੋਗਨ ਦੇ ਦਿੱਤਾ ਅਰਵਿੰਦ ਕੇਜਰੀਵਾਲ ਹਰਾਨੇ ਕਿਉਂਕਿ ਕੇਜਰੀਵਾਲ ਸਾਹਿਬ ਬੇਸਿਕਲੀ ਹਰਿਆਣੇ ਤੋਂ ਨੇ ਉਹ ਕਹਿੰਦੇ ਜੀ ਮੈਂ ਤਾਂ ਹਰਿਆਣੇ ਦਾ ਸ਼ੋਰਾ ਹਾਂ ਆਪਣੇ ਬੰਦੇ ਨੂੰ ਨਹੀਂ ਵੋਟ ਪਾਉਣੀ ਤਾਂ ਕਿਹਨੂੰ ਪਾਉਣੀ ਹੈ ਉਹ ਕਹਿੰਦੇ ਸਾਨੂੰ ਦਿੱਲੀ ਵਾਲੇ ਨੇ ਵੀ ਮੰਨ ਲਿਆ ਲੀਡਰ ਪੰਜਾਬ ਵਾਲੇ ਨੇ ਵੀ ਮੰਨ ਲਿਆ ਤੇ ਮੈਂ ਜਿੱਥੇ ਦਾ ਹੈਗਾ ਉੱਥੋਂ ਦੇ ਲੋਕ ਵੀ ਲੀਡਰ ਮੰਨੋ ਮੈਂ ਤੁਹਾਨੂੰ ਕੰਮ ਕਰਕੇ ਦਿਖਾਉਂਗਾ ਹੁਣ ਕੀ ਇੱਕ ਮੌਕਾ ਕੇਜਰੀਵਾਲ ਕੋ ਦਿੱਲੀ ਦੇ ਵਿੱਚ ਸਲੋਗਨ ਚੱਲਿਆ ਸੀ ਇੱਕ ਮੌਕਾ ਕੇਜਰੀਵਾਲ ਔਰ ਭਗਵੰਤ ਮਾਨ ਕੋ ਪੰਜਾਬ ਚ ਸਲੋਗਨ ਚੱਲਿਆ ਸੀ ਕੀ ਹਰਿਆਣੇ ਦਾ ਸ਼ੋਰਾ ਕੇਜਰੀਵਾਲ ਇਸ ਸਲੋਗਨ ਹਰਿਆਣੇ ਚ ਚੱਲੂ ਕਿਉਂਕਿ ਮੁੱਧੜੇ ਮੁੰ ਡਿੱਗੇ ਅਰਵਿੰਦ ਕੇਜਰੀਵਾਲ ਸਾਹਿਬ ਆਪਣੇ ਸੂਬੇ ਚ ਉਹਨਾਂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਲੜੀਆਂ ਕੱਖ ਨਹੀਂ ਮਿਲਿਆ ਲੋਕ ਸਭਾ ਦੀਆਂ ਚੋਣਾਂ ਲੜੀਆਂ ਹਰਿਆਣੇ ਚ ਕੱਖ ਨਾ ਮਿਲਿਆ ਆ ਜ਼ਿਮਨੀ ਚੋਣ ਪਿੱਛੇ ਜਾਈਏ ਜੇ ਲੜੀ ਆਦਮਪੁਰ ਦੀ ਆਦਮਪੁਰ ਹਰਿਆਣੇ ਚ ਹੈ ਉਥੋਂ ਜ਼ਿਮਨੀ ਚੋਣ ਲੜੀ ਹੈ ਜ਼ਮਾਨ ਤੋਂ ਜ਼ਬਤ ਹੋਈ ਹੈ ਆਮ ਆਦਮੀ ਪਾਰਟੀ ਦੀ ਚਾਣੀ ਕੇਜਰੀਵਾਲ ਸਾਹਿਬ ਚਾਹੇ ਦਿੱਲੀ ਚ ਪੈਰ ਲਾਗਾ ਪੰਜਾਬ ਚ ਵੀ ਪੈ ਪਰ ਉਹਨਾਂ ਦੀ ਪਾਰਟੀ ਅਜੇ ਤੱਕ ਹਰਿਆਣੇ ਦੇ ਵਿੱਚ ਉਹਨਾਂ ਦੇ ਆਪਣੇ ਸੂਬੇ 'ਚ ਪੈਰ ਨਹੀਂ ਲਾ ਸકી। ਹੁਣ ਦੇਖਦੇ ਆਂ, ਪੈਸੇ ਟੱਕਰ ਉੱਥੇ ਵੀ ਕਾਂਗਰਸ ਤੇ ਆਮ ਆਦਮੀ ਭਾਜਪਾ ਦੀ ਹੈ ਹਰਿਆਣੇ 'ਚ ਵੀ। ਵੋਟਾਂ ਅਗਲੇ ਸਾਲ ਉੱਥੇ ਵੀ ਪੈਣੀਆਂ। ਇੰਡੀਅਨ ਨੈਸ਼ਨਲ ਲੋਕਦਲ ਉੱਥੇ ਵੀ ਪਛੜ ਗਈ ਹੈ। ਆਮ ਆਦਮੀ ਪਾਰਟੀ ਹੁਣ ਕਿੱਥੇ ਕ ਜਾਊਗੀ, ਖਾਤਾ ਖੋਲ ਪਾਊਗੀ ਕਿ ਨਹੀਂ ਖੋਲ ਪਾਊਗੀ ਪਤਾ ਨਹੀਂ ਪਈ। ਕਿਉਂਕਿ ਲੀਡਰਾਂ ਦਾ ਕੀ ਪਤਾ ਹੈ ਕਿੱਥੇ ਗੱਠ ਛਡੋ ਜਾਣਾ, ਕਿੱਥੇ ਨਹੀਂ। ਕਿਉਂਕਿ ਉੱਥੇ ਭਾਜਪੀ ਤੇ ਬਰੇ ਨੇ ਆਮ ਆਦਮੀ ਪਾਰਟੀ ਦੇ ਲੀਡਰ ਕਾਂਗਰਸ ਪ੍ਰਤੀ ਸੁਰਥੜ ਜੀ ਨਰਮ ਰਹੀ ਹੈ ਕਿਉਂਕਿ ਉਹ ਪਰ ਇੰਡੀਆ ਗੱਠਜੋੜ ਹੈ ਨਾ ਆਪਾਂ ਬਹੁਤੀ ਦੂਰ ਦੀ ਭਵਿੱਖਬਾਣੀ ਨਹੀਂ ਕਰ ਸਕਦੇ ਕਿਉਂਕਿ ਲੀਡਰਾਂ ਦਾ ਕੀ ਪਤਾ ਹੈ ਇਹ ਅੱਜ ਇੱਥੇ ਨੇ ਕੱਲ ਨੂੰ ਉੱਥੇ ਨੇ ਪਰਸੋਂ ਉੱਥੇ ਨੇ ਕੋਈ ਕੁਝ ਆਖਿਆ ਨਹੀਂ ਪਾਈ ਜਾ ਸਕਦਾ ਹਾਂ ਹਰਿਆਣੇ ਦੀ ਇੱਕ ਖਬਰ ਹੋਰ ਥੋੜੀ ਜੀ ਉਹ ਜ਼ਰੂਰ ਧਿਆਨ ਮੰਗਦੀ ਹੈ ਸੰਦੀਪ ਸਿੰਘ ਨੂੰ ਆਪਾਂ ਸਾਰੇ ਜਾਣਦੇ ਹਾਂ ਹਾਕੀ ਦਾ ਟਾਪ ਦਾ ਖਿਡਾਰੀ ਰਿਹਾ ਭਾਰਤੀ ਹਾਕੀ ਟੀਮ ਦੀ ਪ੍ਰਤੀਨਿਧਤਾ ਕੀਤੀ ਸਰਦਾਰ ਖਿਡਾਰੀ ਹੁਣ ਉਹਦੇ ਤੋਂ ਬਾਅਦ ਪਟਕਾ ਬਨ ਕੇ ਖੇਡਦਾ ਸੀ ਚਿੱਟੇ ਰੰਗ ਦਾ ਫਿਰ ਭਾਜਪੀ ਦੇ ਵਿੱਚ ਸ਼ਾਮਲ ਹੋ ਗਿਆ ਭਾਜਪੀ ਵਾਲਿਆਂ ਨੇ ਵਿਧਾਨ ਸਭਾ ਦੀ ਟਿਕਟ ਦਿੱਤੀ ਲੋਕਾਂ ਨੇ ਵੋਟਾਂ ਪਾਤੀਆਂ ਹੁਣ ਸਟਾਰ ਹਾਕੀ ਦਾ ਖਿਡਾਰੀ ਹੋਵੇ ਤਾਂ ਵੋਟਾਂ ਤਾਂ ਪੈਣੀਆਂ ਹੀ ਆ ਖੱਟਰ ਸਾਹਿਬ ਨੇ ਆਪਣੇ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕਰ ਲਿਆ ਰਾਜ ਮੰਤਰੀ ਬਣਾ ਲਿਆ ਖੇਡ ਵਿਭਾਗ ਦੇ ਤਾਂ ਦੋ ਵਿਭਾਗ ਹੋਰ ਦਿੱਤੇ ਇੱਕ ਬੀਬੀ ਖੇਡ ਵਿਭਾਗ ਦੇ ਵਿੱਚ ਜੂਨੀਅਰ ਕੋਚ ਉਹਨੇ ਕਈ ਮਹੀਨੇ ਪਹਿਲਾਂ ਦੋਸ਼ ਲਾਇਆ ਸੀ ਕਿ ਮੇਰੇ ਨਾਲ ਸੰਦੀਪ ਸਿੰਘ ਨੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਸਪੋਰਟਸ ਮਿਨਿਸਟਰ ਨੇ ਬੜਾ ਰੌਲਾ ਪਿਆ ਵਿਰੋਧੀ ਪਾਰਟੀਆਂ ਨੇ ਗੱਲ ਚੱਕਲੋ ਚੱਕਲੋ ਕਰਤੀ ਸੰਦੀਪ ਸਿੰਘ ਨੇ ਇਨਕਾਰ ਕੀਤਾ ਕਹਿੰਦੇ ਇਦਾਂ ਦੀ ਕੋਈ ਗੱਲ ਨਹੀਂ ਉਹ ਬੀਬੀ ਨੇ ਰੌਲਾ ਪਾਇਆ ਕਿ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਢਾ ਲਓ ਮੇਰੇ ਕੋਲ ਸਬੂਤ ਹੈ ਗਿਆ ਇਹਨੇ ਮੇਰੇ ਕੱਪੜੇ ਪਾੜ ਦਿੱਤੇ ਵੀ ਕੁਛ ਕਿਹਾ ਬੀਬੀ ਨੇ ਚਲੋ ਫਿਰ ਬੀਬੀ ਨੇ ਵੀ ਕਿਹਾ ਕਿ ਪਾਈ ਮੈਂ ਇਹਦੇ ਵਿਭਾਗ ਦੇ ਵਿੱਚ ਸੀ ਜੂਨੀਅਰ ਕੋਚ ਸੀ ਮੇਰੀ ਬਦਲੀ ਜਾਂ ਨੇ ਦੂਰ ਕਰ ਦਿੱਤੀ ਅਸੀਂ ਬਿਲਕੁਲ ਨਹੀਂ ਚਾਹੁੰਦੇ ਕਿ ਸੰਦੀਪ ਸਿੰਘ ਤੇ ਉੱਤੇ ਕੋਈ ਦੋਸ਼ ਸਾਬਤ ਹੋਵੇ ਉਹ ਬਰੀ ਹੋਣਾ ਚਾਹੀਦਾ ਬੰਦਾ ਲੋਕਾਂ ਦਾ ਯਕੀਨ ਤੇ ਵਿਸ਼ਵਾਸ ਖੜਾਰੀਆਂ ਚ ਬਣਿਆ ਰਵੇ ਵਿਧਾਨ ਸਭਾ ਚ ਰੌਲਾ ਪੈ ਗਿਆ ਪੁਲਿਸ ਨੇ ਫਿਰ ਚਾਰਜ ਸ਼ੀਟ ਪੇਸ਼ ਕੀਤੀ ਛੇੜਛਾੜ ਦੇ ਦੋਸ਼ ਤਾਂ ਲਾਏ ਪਰ ਜ਼ਬਰਦਸਤੀ ਕਰਨ ਦੀ ਧਾਰਾ ਨਹੀਂ ਉਚਲਾਈ ਹੁਣ ਕੀ ਹੁੰਦਾ ਹੈ ਖੱਟਰ ਸਾਹਿਬ ਨੂੰ ਪਿਛਲੇ ਦਿਨੀ ਹਰਿਆਣੇ ਦੀ ਵਿਧਾਨ ਸਭਾ ਦਾ ਕੰਮ ਚੱਲਦਾ ਸੀ ਖੱਟਰ ਸਾਹਿਬ ਨੂੰ ਕਿਆ ਮਨੋਰਨਲ ਖੱਟਰ ਨੂੰ ਵਿਰੋਧੀ ਧਿਰਾਂ ਨੇ ਭពਿੰਦਰ ਸਿੰਘ ਹੱਡਾ ਨੇ ਕਿ ਭਾਈ ਸੰਦੀਪ ਸਿੰਘ ਦਾ ਅਸਤੀਫਾ ਲਾਓ ਉਹ ਕਹਿੰਦੇ ਜੀ ਖੇਡ ਵਿਭਾਗ ਵਾਪਸ ਲੈ ਲਿਆ ਅਸਤੀਫੇ ਦੀ ਲੋੜ ਨਹੀਂ ਅਦਾਲਤ ਜੋ ਵੀ ਫੈਸਲਾ ਕਰੂ ਮਨਜ਼ੂਰ ਹੋਊਗਾ ਹੁਣ ਇੱਕ ਬੀਬੀ ਹਰਿਆਣੇ ਦੇ ਵਿੱਚ ਕਾਂਗਰਸ ਪਾਰਟੀ ਦੀ ਸਾਬਕਾ ਪ੍ਰਧਾਨ ਹੈ ਉਸ ਬੀਬੀ ਨੇ ਵੀਡੀਓ ਜਾਰੀ ਕਰ ਦਿੱਤੀ ਕਿਰਨ ਚੌਧਰੀ ਨੇ ਉਹ ਬੀਬੀ ਨੇ ਵੀਡੀਓ ਕਿ ਜਾਰੀ ਕੀਤੀ ਉਸ ਵੀਡੀਓ ਦੇ ਵਿੱਚ ਉਹ ਜਿਹੜੀ ਜੂਨੀਅਰ ਕੋਚ ਹੈ ਉਹ ਇੱਕ ਕਹਾਣੀ ਸੁਣਾ ਰਹੀ ਹੈ ਉਹ ਕਹਿੰਦੀ ਜੀ ਮੈਨੂੰ ਡਾਕੂਮੈਂਟ ਵੈਰੀਫਾਈ ਕਰਨ ਦੇ ਬਹਾਨੇ ਮੇਰੇ ਡਾਕੂਮੈਂਟ ਚੈੱਕ ਕਰਨ ਦੇ ਬਹਾਨੇ ਮੰਤਰੀ ਸੰਦੀਪ ਸਿੰਘ ਨੇ ਸੱਦਿਆ ਆਪਣੇ ਘਰੇ ਸਰਕਾਰੀ ਘਰੇ ਤੇ ਉੱਥੇ ਜਾ ਕੇ ਮੈਂ ਉਹਦੇ EMPLOYEES ਜਿਹੜੇ ਕਰਮਚਾਰੀ ਸੀ ਉਹਨਾਂ ਨੂੰ ਕਿਹਾ ਮੈਂ ਵਾਸ਼ਰੂਮ ਯੂਜ਼ ਕਰਨਾ ਉਹਨਾਂ ਨੇ ਕਹਿੰਦੇ ਜੀ ਮੈਨੂੰ ਜਾਣਬੁੱਝ ਕੇ ਉਹਦਾ ਜਿਹੜਾ ਬੈੱਡਰੂਮ ਸੀ ਉੱਥੇ ਉਹਦਾ ਵਾਸ਼ਰੂਮ ਯੂਜ਼ ਕਰਨ ਨੂੰ ਕਿਹਾ ਮੈਂ ਵਾਸ਼ਰੂਮ ਦੇ ਵਿੱਚੋਂ ਬਾਹਰ ਨਿਕਲੀ ਤਾਂ ਉਹ ਕਹਿੰਦੇ ਜੀ ਸੰਦੀਪ ਸਿੰਘ ਮੋੜੇ ਖੜਾ ਸੀ ਉਹਨੇ ਮੇਰੇ ਨਾਲ ਧੱਕਾ ਮੁੱਕੀ ਕਰਨ ਦੀ ਕੋਸ਼ਿਸ਼ ਕੀਤੀ ਮੇਰੇ ਕੱਪੜੇ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਬੀਬੀ ਵੀਡੀਓ ਦੇ ਵਿੱਚ ਸੁਣਦੀ ਆ ਕਿ ਮੈਂ ਸੰਦੀਪ ਸਿੰਘ ਦੇ ਚਪੇੜ ਮਾਰੀ ਮੈਂ ਪਹਿਲਾਂ ਮਿੰਤਾ ਕੀਤੀਆਂ ਨਹੀਂ ਮੰਨਿਆ ਪਰ ਜਦੋਂ ਹਾਵੀ ਹੋਣ ਲੱਗਿਆ ਮੈਂ ਉਹਦੇ ਚਪੇੜ ਮਾਰੀ ਫਿਰ ਕਹਿੰਦੇ ਜੀ ਉਹਨੇ ਵੀ ਮੇਰੇ ਚਪੇੜ ਮਾਰੀ ਹੁਣ ਇਸ ਉਹ ਕਹਿ ਰਿਹਾ ਕਿ ਮਨੋਰਨਲ ਖੱਟਰ ਸਾਹਿਬ ਜੀ ਹੁਣ ਵੀ ਨਹੀਂ ਅਸਤੀਫਾ ਲੈਣਾ ਕਿਉਂਕਿ ਚਾਰਜ ਸ਼ੀਟ ਪੇਸ਼ ਹੋ ਚੁੱਕੀ ਹੈ ਦਰਜਨਾ ਗਵਾਹ ਉਹਦੇ ਵਿੱਚ ਪੁਲਿਸ ਨੇ ਬਣਾਏ ਨੇ ਉਸ ਔਰਤ ਤੇ ਲੜਕੀ ਦੇ ਜਿਹੜੇ ਕੱਪੜੇ ਫਟੇ ਹੋਏ ਸੀ ਉਹ ਸਬੂਤ ਦੇ ਤੌਰ ਤੇ ਰੱਖੇ ਗਏ ਆ ਵੀਡੀਓ ਜਿਹੜੇ ਸੌਰੀ ਮੋਬਾਈਲ ਦੀ ਡਿਟੇਲ ਕੁਆਲਟੀਲ ਉੱਥੇ ਰੱਖੀ ਗਈ ਹੈ ਹੁਣ ਦੇਖਦੇ ਆ ਹਰਿਆਣੇ ਦੇ ਵਿੱਚ ਸਾਲ ਦੇ ਅੰਦਰ ਅੰਦਰ ਵਿਧਾਨ ਸਭਾ ਦੀਆਂ ਚੋਣਾਂ ਨੇ ਲੋਕ ਸਭਾ ਦੀਆਂ ਚੋਣਾਂ ਵੀ ਐ ਹੋਰ ਬਹੁਤ ਸਾਰੇ ਮੁੱਦੇ ਨੇ ਹਰਿਆਣੇ ਦੇ ਖੇਤੀਬਾੜੀ ਦੇ ਆ ਬਾਕੀ ਵੀ ਐ ਪਰ ਸੰਦੀਪ ਸਿੰਘ ਮਨਿਸਟਰ ਜਿਹੜੇ ਨੇ ਇਸ ਵੇਲੇ ਉਹਨਾਂ ਦਾ ਮੁੱਦਾ ਪਖੂਗਾ ਜ਼ਰੂਰ ਇਹ ਗੱਲ ਜਿਹੜੀ ਹੈ ਪੱਥਰ ਤੇ ਲਕੀਰ ਅਰ ਗਈ ਹੈ ਪਰ ਤੁਸੀਂ ਦੇਖ ਲਓ ਆਪਾਂ ਪੰਜਾਬ ਦੀ ਗੱਲ ਕਰ ਲਈ ਕਾਂਗਰਸ ਆਪ ਦੇ ਸੰਭਾਵੀ ਗੱਠ ਚੜ ਦੀ ਜਾਖੜ ਸਾਹਿਬ ਦਾ ਜ਼ਿਕਰ ਕਰ ਲਿਆ ਅਕਾਲੀਆਂ ਦਾ ਜ਼ਿਕਰ ਕਰ ਲਿਆ ਡੀਸੀ ਦਫਤਰ ਵਾਲਿਆਂ ਦਾ ਜ਼ਿਕਰ ਕਰ ਲਿਆ ਪਟਵਾਰੀ ਸਾਹਿਬ ਦਾ ਜ਼ਿਕਰ ਕਰ ਲਿਆ ਉਹਦੇ ਤੋਂ ਬਾਅਦ ਮੱਧ ਪ੍ਰਦੇਸ਼ ਤੋਂ ਰਾਜਸਥਾਨ ਹੋ ਕੇ ਹਰਿਆਣਾ ਆ ਗਿਆ ਮੰਤਰੀ ਸਾਹਿਬ ਸੰਦੀਪ ਸਿੰਘ ਉਹਨਾਂ ਦਾ ਜ਼ਿਕਰ ਕਰ ਲਿਆ ਪਰ ਸਾਡਾ ਸੰਧਾ ਵਾਲਿਆ ਨਹੀਂ ਆਇਆ ਚਲੋ ਕੋਈ ਗੱਲ ਨਹੀਂ ਪਾਈ ਅੱਜ ਉਹਨਾਂ ਨੂੰ ਛੁੱਟੀ ਦੇ ਦਿਓ ਲੀਡਰ ਬੰਦੇ ਨੇ 20 ਕੰਮਕਾਰ ਹੁੰਦੇ ਆ ਸੇਧ ਸੂਤੋਂ ਦਾਨੋਂ ਦੀ ਚੰਗੀ ਐ ਅਸੀਂ ਕੋਈ ਗੱਲ ਨਹੀਂ ਹੈਗੀ ਪਰ ਤੁਸੀਂ ਪ੍ਰੋਗਰਾਮ ਦੇ ਵਿੱਚ ਸਾਥ ਦਿੱਤਾ ਬਹੁਤ ਸਾਰੀਆਂ ਟਿੱਪਣੀਆਂ ਕੀਤੀਆਂ ਮੈਨੂੰ ਇਕੱਲੇ ਨੂੰ ਹੀ ਛੱਲਿਆ ਉਸ ਗੱਲ ਦੇ ਲਈ ਤੁਹਾਡਾ ਧੰਨਵਾਦ ਪਰ ਇੱਕੋ ਬੇਨਤੀ ਪੰਜਾਬ ਦੇ ਵਿੱਚ ਸਰਪੰਚ ਪੰਚ ਦੀ ਚੋਣਾਂ ਐ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੀ ਚੋਣਾਂ ਐ ਨਗਰ ਕਾਉਂਸਲ ਨਗਰ ਪੰਚਾਇਤ ਤੇ ਨਗਰ ਨਿਗਮ ਦੀਆਂ ਵੀ ਚੋਣਾਂ ਨੇ ਉਹਦੇ ਤੋਂ ਬਾਅਦ ਲੋਕ ਸਭਾ ਦੀਆਂ ਵਿੱਚ ਉਹਨਾਂ ਨੇ ਲੜਿਓ ਨਾ ਆਪਸ 'ਚ ਨਾ ਝਗੜਿਓ ਭਾਈਚਾਰਾ ਨਾ ਤੋੜਿਓ ਗਵਾਂਡੀ ਗਵਾਂਡੀ ਬੋਲ ਚਾਲ ਨਾ ਬੰਦ ਕਰ ਲਿਓ ਕਿਉਂਕਿ ਲੀਡਰਾਂ ਦਾ ਕੋਈ ਪਤਾ ਨਹੀਂ ਅੱਜ ਇਧਰਲੇ ਪਾਸੇ ਬੈਠਿਆ ਕੱਲੋਂ ਉਧਰਲੇ ਪਾਸੇ ਹੋ ਜਾਣਾ ਫਿਰ ਸਾਈ ਇੱਕ ਦੂਜੇ ਤੋਂ ਕਈ ਵਾਰੀ ਸ਼ਰਮਿੰਦੇ ਹੁੰਦੇ ਰਹਿੰਦੇ ਆ ਸੋ ਜੇ ਪ੍ਰੋਗਰਾਮ ਠੀਕ ਲੱਗਿਆ ਤੇ ਭਾਈ ਤੁਸੀਂ ਟਿੱਪਣੀਆਂ ਕਰਦੇ ਹੋ ਉਹਨੂੰ ਲਾਈਕ ਸ਼ੇਅਰ ਕਰਦੇ ਹੋ ਤੇ ਗੁਰਪ੍ਰੀਤ ਸੰਧਾਲੀਆ ਸਾਹਿਬ ਦੇ ਨਾਲ ਭੜਕ ਨੂੰ ਜਿਹੜਾ ਉਹ ਗੱਲਬਾਤ ਜਿਹੜੀ ਉਹ ਕਰਦੇ ਆ ਸੋ ਇੱਥੇ ਦਿਓ ਪਰਮਜੀਤ ਸਿੰਘ ਪਾਰਟ ਨੂੰ ਆ ਗਿਆ ਦੇਖਦੇ ਰਹਿਣਾ ਪ੍ਰਾਈਮੇਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ